ਸਿਰ ਤਰ ਤਲੀ ਗਲੀ ਮੋਰੀ ਆਓ ਦਸਮੇਸ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਸਤਿਗੁਰੂ ਜੀ ਪਹਿਨ ਪੁਸ਼ਾਕ ਕੀਤੀ ਅਤੇ ਲਾ ਪੰਜ ਹਥਿਆਰ ਆਏ ਬੈਠੇ ਵਿੱਚ ਦੀਵਾਨ ਦੀਦਾਰ ਦਿੱਤੇ ਲੋਕ ਵੇਖ ਕੇ ਹੋਣ ਬਲਹਾਰ ਆਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਸਮੇਂ ਪਹਿਲੇ ਇੱਕ ਸੀਸ ਦੀ ਮੰਗ ਕਰਦੇ ਹੋਏ ਖੜ੍ਹੇ ਹੋਏ। ਸਾਰੇ ਦੀਵਾਨ ਵਿੱਚ ਚੁੱਪ ਵਰਤ ਗਈ। ਥੋੜ੍ਹੇ ਸਮੇਂ ਪਿੱਛੋਂ ਸੀਸ ਭੇਟਾ ਕਰਨ ਲਈ ਪਹਿਲੇ ਭਾਈ ਦਇਆ ਰਾਮ ਲਾਹੌਰ ਦਾ ਉੱਠਿਆ, ਉਸਦਾ ਸੀਸ ਕਲਮ ਕਰ ਦਿੱਤਾ, ਫਿਰ ਸੀਸ ਦੇਣ ਲਈ ਮੰਗ ਕੀਤੀ। ਭਾਈ ਧਰਮ ਚੰਦ ਵੀ ਉੱਠੇ, ਫਿਰ ਉਸ ਤਰ੍ਹਾਂ ਇਸੇ ਤਰ੍ਹਾਂ ਭਾਈ ਹਿੰਮਤ ਰਾਏ ਜੀ, ਭਾਈ ਮੋਹਕਮ ਚੰਦ ਜੀ, ਭਾਈ ਸਾਹਿਬ ਰਾਮ ਨਿਤਰੇ। ਅੰਮ੍ਰਿਤ ਤਿਆਰ ਕਰਕੇ ਇਹਨਾਂ ਪੰਜਾਂ ਪਿਆਰਿਆਂ ਨੂੰ ਸਰਦੀਤ ਕੀਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਥ ਖਾਲਸਾ ਦੀ ਨੀਂਹ ਰੱਖੀ। ਪੰਥ ਦੀ ਸਾਜਨਾ ਕਰਕੇ ਸਿੱਖ ਨੂੰ ਸਿੰਘ ਬਣਾ ਦਿੱਤਾ, ਉਹਨਾਂ ਦੇ ਮਨਾਂ ਵਿੱਚੋਂ ਹਕੂਮਤ ਦਾ ਡਰ ਕੱਢ ਦਿੱਤਾ। ਪੰਥ ਖਾਲਸਾ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਜ਼ੁਲਮ ਨੂੰ ਨੇਸਤੋਂ ਨਬੂਦ ਕਰਨ ਦੇ ਯੋਗ ਹੋ ਗਿਆ ਸੀ। ਉਹ ਰੰਬੀਆਂ ਨਾਲ ਖੋਪਰੀਆਂ ਲਹਾ ਸਕਦਾ ਸੀ, ਬੰਦ ਬੰਦ ਕਟਵਾ ਸਕਦਾ ਸੀ, ਚਰਖੜੀਆਂ 'ਤੇ ਚੜ੍ਹ ਸਕਦਾ ਸੀ। ਹਕੂਮਤੀ ਹੁਕਮ ਨੂੰ ਅਕਾਲ ਪੁਰਖ ਦਾ ਭਾਣਾ ਮੰਨ ਕੇ ਸਹਿਣ ਕਰਨ ਯੋਗ ਹੋ ਗਿਆ ਸੀ। ਸਿਰ ਤਰਤਲੀ ਗਲੀ ਮੋਰੀ ਆਓ, ਉਸ ਵੇਲੇ ਔਰੰਗਜ਼ੇਬ ਦਾ ਜਸੂਸ, ਜਿਸਦਾ ਨਾਮ ਪਹਿਲੇ ਸ਼ਿਵਦੱਤ ਸੀ, ਔਰੰਗਜ਼ੇਬ ਦੇ ਜ਼ੁਲਮ ਤੋਂ ਡਰਦਾ ਮੁਸਲਮਾਨ ਬਣਿਆ ਸੀ, ਫਿਰ ਨਾਮ ਅਬੂਲ ਤਰਾਨੀ ਰੱਖਿਆ, ਜਿਸ ਨੂੰ ਜਸੂਸ ਦੇ ਕਾਬਲ ਸਮਝ ਕੇ ਅਨੰਦਪੁਰ ਸਾਹਿਬ ਭੇਜਿਆ ਗਿਆ। ਉਹ ਪੰਡਿਤ ਦਾ ਭੇਸ ਧਾਰ ਕੇ ਗੁਲਾਬੇ ਮਾਲੀ ਦੇ ਘਰ ਰਹਿੰਦਾ ਸੀ। ਉਹ ਸਾਰੀ ਰਿਪੋਰਟ ਔਰੰਗਜ਼ੇਬ ਨੂੰ ਭੇਜਦਾ ਸੀ। ਜਦੋਂ ਵੀ ਦੀਵਾਨ ਵਿੱਚ ਆਉਂਦਾ, ਸੱਚੇ ਪਾਤਸ਼ਾਹ ਜੀ ਨੂੰ ਡੰਡੌਤ ਕਰਦਾ ਸੀ। ਸੱਚੇ ਪਾਤਸ਼ਾਹ ਜੀ ਅੰਤਰਜਾਮੀ ਮੁਸਕਰਾ ਛੱਡਦੇ ਸਨ। 1756 ਦੀ ਵਿਸਾਖੀ ਸਮੇਂ ਦਾ ਅੱਖੀ ਡਿੱਠਾ ਹਾਲ ਉਹ ਔਰੰਗਜ਼ੇਬ ਨੂੰ ਲਿਖ ਕੇ ਭੇਜਦਾ ਹੈ। 20-25 ਹਜ਼ਾਰ ਦੀ ਸੰਗਤ ਵਿੱਚ ਗੁਰੂ ਜੀ ਨੇ ਇੱਕ ਸੀਸ ਦੀ ਮੰਗ ਕੀਤੀ। ਕੁਝ ਸਮੇਂ ਤੱਕ ਸਨਾਟਾ ਛਾ ਗਿਆ, ਫਿਰ ਇੱਕ ਸਿੱਖ ਉੱਠ ਕੇ ਹਾਜ਼ਰ ਹੋਇਆ, ਉਸਦਾ ਪਰੇ ਦੀਵਾਨ ਵਿੱਚ ਹੀ ਸੀਸ ਕਲਮ ਕਰ ਦਿੱਤਾ। ਇਸੇ ਹੀ ਤਰ੍ਹਾਂ 5 ਸਿੱਖਾਂ ਦੇ ਸਿਰ ਕਲਮ ਕੀਤੇ, ਦੀਵਾਨ ਵਿੱਚ ਭਾਜੜ ਪੈ ਗਈ। ਗੁਰੂ ਜੀ ਨੇ ਇੱਕ ਇੱਕ ਸੀਸ ਚੁੱਕ ਕੇ ਇੱਕ ਦੂਜੇ ਦੇ ਤੜਾਂ ਨਾਲ ਜੋੜ ਦਿੱਤੇ, ਉੱਪਰ ਚਿੱਟੀ ਚਾਦਰ ਪਾ ਦਿੱਤੀ, ਫਿਰ ਇੱਕ ਲੋਹੇ ਦੇ ਬਰਤਨ ਵਿੱਚ ਪਾਣੀ ਪਾ ਕੇ ਆਪ ਹਿਲਾਉਂਦੇ ਰਹੇ, ਕੁਝ ਕਲਾਮਾਂ ਪੜ੍ਹੀਆਂ। ਆਪਣੀ ਕਰਾਮਾਤ ਨਾਲ ਇਹ ਆਬੇ ਹਜਾਤ ਤਿਆਰ ਕਰਕੇ ਗੁਰੂ ਜੀ ਨੇ ਪਹਿਲੇ ਆਪ ਹੀ ਛਕਿਆ, ਫਿਰ ਉਹਨਾਂ ਦੀਆਂ ਲਾਸ਼ਾਂ ਤੋਂ ਪਰਦਾ ਚੁੱਕ ਕੇ ਪਹਿਲੇ ਇੱਕ ਸਿੱਖ ਦੇ ਸਾਹਮਣੇ ਬੈਠ ਕੇ ਮੂੰਹ ਖੋਲ੍ਹ ਕੇ ਆਬੇ ਹਜਾਤ ਉਸਦੇ ਮੂੰਹ ਵਿੱਚ ਪਾਇਆ, ਫਿਰ ਸਿਰ ਦੇ ਵਾਲਾਂ ਵਿੱਚ ਪਾਇਆ, ਫਿਰ ਸਾਰੇ ਸਰੀਰ 'ਤੇ ਛਿੜਕਿਆ ਅਤੇ ਆਖਿਆ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਕਹਿੰਦੇ ਸਾਰ ਹੀ ਸਿੱਖ ਉੱਠ ਕੇ ਖੜ੍ਹਾ ਹੋ ਗਿਆ ਅਤੇ ਉੱਚੀ ਦੇਣੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲਿਆ। ਹਜ਼ਾਰਾਂ ਦੀ ਸੰਗਤ ਵਿੱਚ ਕੋਈ ਉੱਚੀ ਸਾਹ ਨਹੀਂ ਸੀ ਲੈਂਦਾ। ਇਹ ਕਰਾਮਾਤ ਦੇਖ ਕੇ ਸਭ ਹੈਰਾਨ ਹੁੰਦੇ ਸਨ। ਇਸੇ ਤਰ੍ਹਾਂ ਹੀ ਫਿਰ ਚੌਹਾਂ ਨੂੰ ਜੀਵਿਤ ਕੀਤਾ ਅਤੇ ਫਿਰ ਤੰਬੂ ਵਿੱਚ ਲੈ ਗਏ ਅਤੇ ਚਿੱਟੇ ਵਸਤਰ ਪਵਾ ਕੇ ਬਾਹਰ ਆਏ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਿਆ ਅਤੇ ਉਹਨਾਂ ਪੰਜਾਂ ਦੇ ਨਾਮ ਨਾਲ ਵੀ ਸਿੰਘ ਸ਼ਬਦ ਲਾਇਆ ਅਤੇ ਨਾਮ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ,
ਮੋਹਕਮ ਸਿੰਘ ਅਤੇ ਸਾਹਿਬ ਸਿੰਘ ਰੱਖ ਦਿੱਤਾ। ਅਬੂਲ ਤਰਾਨੀ ਲਿਖਦਾ ਹੈ ਕਿ ਮੈਂ ਬਹੁਤ ਪਛਤਾਇਆ ਤੇ ਰੋਇਆ। ਉੱਥੇ ਹਜ਼ਾਰਾਂ ਆਦਮੀਆਂ ਨੇ ਆਬੇ ਹਯਾਤ ਪੀਤਾ, ਮੇਤੋਂ ਨਹੀਂ ਰਿਹਾ ਗਿਆ। ਮੈਂ ਉਹਨਾਂ ਦੀ ਮਿਕਨਾਤੀਸੀ ਕਸ਼ਿਸ਼ ਨਾਲ ਛੱਟ ਹੀ ਗੁਰੂ ਜੀ ਦੇ ਚਰਨਾਂ 'ਤੇ ਟਿਕਾ। ਮੈਂ ਆਪ ਵੀ ਆਬੇ ਹਯਾਤ ਗੁਰੂ ਜੀ ਤੋਂ ਮੰਗ ਕੀਤੀ। ਉਹਨਾਂ ਨੇ ਮੈਨੂੰ ਥਾਪੜੀ ਦੇ ਆਬੇ ਹਯਾਤ ਪਿਲਾਇਆ ਅਤੇ ਮੇਰਾ ਨਾਮ ਅਜਮੇਰ ਸਿੰਘ ਰੱਖ ਦਿੱਤਾ। ਮੈਂ ਹੁਣ ਗੁਰੂ ਜੀ ਦੀ ਫੌਜ ਵਿੱਚ ਭਰਤੀ ਹੋ ਗਿਆ ਹਾਂ। ਜੇ ਤੂੰ ਵੀ ਆਪਣਾ ਆਪ ਬਚਾਉਣਾ ਚਾਹੁੰਦਾ ਹੈ ਤਾਂ ਇਹਨਾਂ ਦੀ ਸ਼ਰਨ ਵਿੱਚ ਆ ਜਾ, ਨਹੀਂ ਤਾਂ ਸਭ ਕੁਛ ਤਬਾਹ ਕਰ ਬੈਠੇਗਾ। ਬੜੇ ਜ਼ੋਰ ਨਾਲ ਔਰੰਗਜ਼ੇਬ ਨੂੰ ਤਾੜਨਾ ਕੀਤੀ, ਜਿਉਂਦੇ ਜਾਗਦੇ ਖੁਦਾ ਨਾਲ ਮੱਥਾ ਨਾ ਲਾ, ਤੇਰਾ ਖਾਨਦਾਨ ਸਲਤਨਤ ਤਬਾਹ ਹੋ ਜਾਵੇਗੀ, ਦੁਨੀਆਂ ਦੇ ਤਖ਼ਤ ਤੋਂ ਨਾਮੋ ਨਿਸ਼ਾਨ ਮਿਟ ਜਾਵੇਗਾ। ਇਹ ਸਾਰੀ ਵਾਰਤਾ ਬਖਸ਼ੀ ਸਿੰਘ ਆਦਲ ਦੀ ਲਿਖਤ ਰਾਮਗੜੀਆ ਇਤਿਹਾਸ ਵਿੱਚੋਂ ਧੰਨਵਾਦ ਸਹਿਤ ਲਈ ਗਈ ਹੈ। ਲਿਖਦੇ ਹਨ ਕਿ ਅਲੀਗੜ੍ਹ ਯੂਨੀਵਰਸਿਟੀ ਵਿੱਚ ਇਸ ਦੀ ਕਾਪੀ ਮੌਜੂਦ ਹੈ। 1756 ਵਿਸਾਖੀ ਵਾਲੇ ਦਿਨ ਇਹਨਾਂ ਪੰਜਾਂ ਪਿਆਰਿਆਂ ਨੂੰ ਕੱਛ, ਕੜਾ, ਕਿਰਪਾਨ, ਕੰਘਾ ਅਤੇ ਕੇਸ ਪੰਜ ਕੱਕੇ ਰਹਿਤ ਮਰਜ਼ਾਦਾ ਰੱਖਣ ਦਾ ਆਦੇਸ਼ ਦਿੱਤਾ। ਹੁਕਮ ਕੀਤਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਹੀ ਮੈਂ ਕਰੂ ਨਿਵਾਸ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਹੀ ਵਿਦਵਾਨ, ਸੂਰਮੇ, ਤੀਰ ਤਲਵਾਰ ਦੇ ਧਨੀ, ਬੜੇ ਨਿਰਭੈ ਅਤੇ ਕੌਤਕੀ ਸਨ। ਦੁਸ਼ਮਣਾਂ ਦੀ ਅੱਖੀਂ ਕੱਟਾ ਪਾ ਕੇਸ ਬਦਲਾ ਕੇ ਦੁਸ਼ਮਣਾਂ ਦੀ ਫੌਜ ਵਿੱਚੋਂ ਨਿਕਲ ਜਾਣਾ ਆਪ ਵਾਸਤੇ ਬੜਾ ਮਾਮੂਲੀ ਸੀ। ਸਤਿਗੁਰ ਜੀ ਪਾਸ 52 ਕਵੀ ਸਨ, ਉਹਨਾਂ ਪਾਸੋਂ ਗ੍ਰੰਥ ਲਿਖਵਾਏ। ਆਪ ਜੀ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ। ਸੱਚੇ ਪਾਤਸ਼ਾਹ ਜੀ ਪਾਉਂਟਾ ਸਾਹਿਬ ਵਿਖੇ ਬਾਣੀ ਰਚ ਰਹੇ ਹਨ। ਇਹ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਵਿੱਚ ਹੈ, ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇਹ ਕਵੀ ਦਰਬਾਰ ਅਸਥਾਨ ਹੈ ਸ੍ਰੀ ਪਾਉਂਟਾ ਸਾਹਿਬ। ਇਸ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਕਵੀਆਂ ਨੂੰ ਆਪਣੀਆਂ ਰਚਨਾਵਾਂ ਸੁਣਾਉਣ ਦਾ ਸੁਭਾਗ ਪ੍ਰਾਪਤ ਹੁੰਦਾ ਰਹੇਗਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚੋਂ 40 ਸਿੰਘ ਕਿਸੇ ਕਾਰਨ ਗੁਰੂ ਸਾਹਿਬ ਜੀ ਨੂੰ ਵਿਦਾਵਾ ਲੈ ਕੇ ਦੇ ਗਏ ਕਿ ਤੂੰ ਸਾਡਾ ਗੁਰੂ ਨਹੀਂ ਅਤੇ ਅਸੀਂ ਤੇਰੇ ਸਿੱਖ ਨਹੀਂ, ਅਤੇ ਆਪਣੇ ਆਪਣੇ ਘਰੀਂ ਚਲੇ ਗਏ। ਉਹਨਾਂ ਦੇ ਮਾਪਿਆਂ ਨੇ, ਸਿੰਘਣੀਆਂ ਨੇ ਅਤੇ ਲੋਕਾਂ ਨੇ ਬਹੁਤ ਇਹਨਾਂ ਨੂੰ ਬੁਰਾ ਭਲਾ ਕਿਹਾ ਕਿ ਤੁਸੀਂ ਸਤਿਗੁਰੂ ਜੀ ਤੋਂ ਬੇਮੁੱਖ ਹੋ ਕੇ ਆਏ ਹੋ, ਕਿਸੇ ਨੇ ਵੀ ਇਹਨਾਂ ਨੂੰ ਮੂੰਹ ਨਹੀਂ ਲਾਇਆ। ਇਹ ਬੇਮੁਖੀ ਦਾ ਪਾਸਾ ਛੱਡ ਕੇ ਇਹ ਦੁਬਾਰਾ ਲੜਾਈ ਦੇ ਮੈਦਾਨ ਵਿੱਚ ਆ ਗਏ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਬਖਸ਼ਮੰਦੀ ਕਰਾਈ ਅਤੇ ਖਦਰਾਣੇ ਦੀ ਢਾਬ ਉੱਤੇ ਬੇਅੰਤ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦੀਆਂ ਪਾ ਗਏ। ਅੰਤਰਜਾਮੀ ਸਤਿਗੁਰ ਜੀ ਗਏ, ਸਭ ਨੂੰ ਵਰ ਦਿੰਦੇ ਹਨ, ਇਹ ਮੇਰਾ 5,000, ਇਹ ਮੇਰਾ 10,000। ਅਜੇ ਮਹਾਂ ਸਿੰਘ ਸਹਿਕਦਾ ਹੀ ਸੀ, ਸੱਚੇ ਪਾਤਸ਼ਾਹ ਜੀ ਕਿਹਾ ਕਿ ਮਹਾਂ ਸਿੰਘ ਮੰਗ, ਤੂੰ ਕੀ ਮੰਗਣਾ ਹੈ? ਮਹਾਂ ਸਿੰਘ ਨੇ ਅਰਜ਼ ਕੀਤੀ, ਗਰੀਬ ਨਿਵਾਜ ਜੀ ਸਾਨੂੰ ਸਭ ਨੂੰ ਬਖਸ਼ ਦੇਵੋ ਜੀ, ਸਾਡਾ ਦਿੱਤਾ ਵਿਦਾਵਾ ਪਾੜ ਦੇਵੋ। ਸੱਚੇ ਪਾਤਸ਼ਾਹ ਜੀ ਨੇ ਵਿਦਾਵਾ ਪਾੜ ਦਿੱਤਾ ਅਤੇ ਮਹਾਂ ਸਿੰਘ ਜੀ ਸਰੀਰ ਤਿਆਗ ਗਏ। ਇੱਥੇ 40 ਸਿੰਘਾਂ ਦਾ ਸੰਸਕਾਰ ਕੀਤਾ ਗਿਆ। ਸੱਚੇ ਪਾਤਸ਼ਾਹ ਜੀ ਨੇ ਇਸ ਜਗ੍ਹਾ ਦਾ ਨਾਮ ਮੁਕਤਸਰ ਰੱਖਿਆ। ਜਿਸ ਸਿੰਘ ਦੇ ਆਪ ਜੀ ਦਰਸ਼ਨ ਕਰਦੇ ਹੋ, ਇਹ ਭਾਈ ਕਨ੍ਹਈਆ ਜੀ ਹਨ। ਆਪਣੇ ਵੈਰੀ ਨੂੰ ਅਤੇ ਮਿੱਤਰ ਨੂੰ ਆਪਣੇ ਸਤਿਗੁਰ ਜੀ ਦਾ ਹੀ ਸਰੂਪ ਸਮਝ ਕੇ ਸਭ ਨੂੰ ਜੰਗ ਵਿੱਚ ਜਲ ਛਕਾਉਂਦੇ ਜਾਂਦੇ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਘਮਸਾਨ ਯੁੱਧ ਸਮੇਂ ਕਿਲ੍ਹੇ ਨੂੰ ਘੇਰੀ ਬੈਠੇ ਫੌਜ ਦੇ ਜਰਨੈਲ ਸੈਦ ਖਾਂ ਦੇ ਮਨ ਵਿੱਚ ਸਤਿਗੁਰੂ ਜੀ ਦੇ ਸਾਹਮਣੇ ਹੋਣ ਦੀ ਇੱਛਾ ਹੋਈ।
ਸੱਚੇ ਪਾਤਸ਼ਾਹ ਜੀ ਫੌਜਾਂ ਨੂੰ ਚੀਰਦੇ ਹੋਏ ਸੈਦ ਖਾਨ ਦੇ ਸਾਹਮਣੇ ਆਮ ਦਰਸ਼ਨ ਦਿੱਤੇ। ਸੱਚੇ ਪਾਤਸ਼ਾਹ ਜੀ ਦੇ ਨੂਰਾਨੀ ਦਰਸ਼ਨ ਕਰਕੇ ਹੀ ਆਪਣੀ ਤਲਵਾਰ ਸੁੱਟ ਕੇ ਸਤਿਗੁਰੂ ਜੀ ਦੇ ਚਰਨੀ ਲੱਗਾ, ਸਦਾ ਲਈ ਸਤਿਗੁਰੂ ਜੀ ਦਾ ਹੀ ਹੋ ਗਿਆ। ਇਹ ਕਿਲ੍ਹਾ ਆਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਹੈ, ਜਿਸ ਨੂੰ ਖਾਲੀ ਕਰਾਉਣ ਲਈ ਔਰੰਗਜ਼ੇਬ ਨੇ ਕੁਰਾਨ ਦੀਆਂ ਕਸਮਾਂ ਲਿਖਤੀ ਰੂਪ ਵਿੱਚ ਲਿਖ ਕੇ ਕਿਹਾ ਸੀ ਕਿ ਤੁਸੀਂ ਕਿਲ੍ਹਾ ਥੋੜ੍ਹੇ ਦਿਨਾਂ ਲਈ ਛੱਡ ਦੇਵੋ, ਤੁਹਾਨੂੰ ਜਾਣ ਦਿੱਤਾ ਜਾਵੇਗਾ। ਸਤਿਗੁਰੂ ਜੀ ਨੂੰ ਪਤਾ ਸੀ ਕਿ ਇਹ ਝੂਠਾ ਬੰਦਾ ਹੈ, ਫਿਰ ਜਾਣ ਵਾਲਾ ਹੈ, ਉਸ ਦੀਆਂ ਕੁਰਾਨ ਦੀਆਂ ਕਸਮਾਂ 'ਤੇ ਯਕੀਨ ਨਹੀਂ ਸਨ ਕਰਦੇ। ਜਦੋਂ 22 ਧਾਰ ਦੇ ਰਾਜਿਆਂ ਨੇ ਆਲਟੇ ਦੀ ਗਊ ਬਣਾ ਕੇ ਵਿੱਚ ਛੁਰੀ ਰੱਖ ਕੇ ਅਰਜ਼ ਕੀਤੀ ਕਿ ਆ ਕੇ ਅਸੀਂ ਗਊ ਅਤੇ ਛੁਰੀ ਫੇਰੀਏ ਜੇ ਅਸੀਂ ਤੁਹਾਡੇ ਨਾਲ ਬੁਰਾ ਕਰੀਏ, ਸਤਿਗੁਰੂ ਕਿਹਾ ਕਿ ਹਮ ਜੈਸੇ ਛੱਤਰੀ ਨਹੀਂ ਮਾਨੇ ਔਰ ਕੌਣ ਫਨ ਮਾਨੇ। ਸਤਿਗੁਰੂ ਜੀ ਨੂੰ ਗਊ ਦੀ ਆਸ ਰੱਖਣ ਲਈ ਅਨੰਦਪੁਰ ਸਾਹਿਬ ਛੱਡਣਾ ਪਿਆ। ਸਾਹਿਬਜ਼ਾਦਿਆਂ ਦਾ ਵੈਰ ਲੈਣ ਵਾਸਤੇ ਬੰਦੇ ਬਹਾਦਰ ਨੂੰ ਸਰਹੰਦ ਭੇਜਿਆ। ਸੱਚੇ ਪਾਤਸ਼ਾਹ ਜੀ ਨਿਦੇੜ ਹੀ ਸਨ। ਉੱਥੇ ਬਹਾਦਰ ਸ਼ਾਹ ਨੇ ਦੋ ਪਠਾਨ ਗੁਪਤਚਰ ਜਮਸ਼ੇਦ ਖਾਂ ਅਤੇ ਗੁਲ ਖਾਂ ਭੇਜੇ ਸਨ, ਜੋ ਕਿ ਸਤਿਗੁਰਾਂ ਦੇ ਸੇਵਕ ਬਣ ਕੇ ਰਹੇ। ਸੱਚੇ ਪਾਤਸ਼ਾਹ ਜੀ ਇਹਨਾਂ ਦਾ ਵਿਸਾਹ ਨਹੀਂ ਸਨ ਕਰਦੇ। ਇੱਕ ਦਿਨ ਸੱਚੇ ਪਾਤਸ਼ਾਹ ਜੀ ਇਕੱਲੇ ਹੀ ਤੰਬੂ ਵਿੱਚ ਬਿਰਾਜਮਾਨ ਸਨ। ਮੌਕਾ ਦੇਖ ਕੇ ਜਮਸ਼ੇਦ ਖਾਂ ਨੇ ਛੁਰੇ ਦਾ ਵਾਰ ਕਰ ਦਿੱਤਾ। ਸਤਿਗੁਰੂ ਜੀ ਨੇ ਉਸ ਨੂੰ ਤਾਂ ਉੱਥੇ ਹੀ ਤਲਵਾਰ ਨਾਲ ਕਤਲ ਕਰ ਦਿੱਤਾ। ਜੋ ਬਾਹਰ ਗੁਲ ਖਾਂ ਸੀ, ਉਸ ਨੂੰ ਸਿੱਖਾਂ ਨੇ ਬਾਹਰ ਦੌੜਦੇ ਜਾਂਦੇ ਨੂੰ ਮਾਰ ਦਿੱਤਾ। ਛੁਰੇ ਦਾ ਵਾਰ ਬਹੁਤ ਗਹਿਰਾ ਹੋ ਗਿਆ ਸੀ। ਸੱਚੇ ਪਾਤਸ਼ਾਹ ਜੀ ਨੇ ਕੇਸੂ ਦੇ ਫੁੱਲ ਮੰਗਵਾ ਕੇ ਬੰਨ੍ਹ ਦਿੱਤੇ। ਇਲਾਜ ਚਾਲੂ ਰਿਹਾ। ਕੁਝ ਦਿਨਾਂ ਵਿੱਚ ਹੀ ਜ਼ਖਮ ਨੂੰ ਆਰਾਮ ਆ ਗਿਆ। ਸੱਚੇ ਪਾਤਸ਼ਾਹ ਜੀ ਠੀਕ ਹੋ ਗਏ, ਫਿਰਨਾ ਤੁਰਨਾ ਸ਼ੁਰੂ ਕਰ ਦਿੱਤਾ, ਘੋੜੇ ਦੀ ਸਵਾਰੀ ਕਰਨ ਲੱਗ ਪਏ। ਸਰਹੰਦ ਤੋਂ ਬੰਦੇ ਬਹਾਦਰ ਦੀਆਂ ਖਬਰਾਂ ਵੀ ਆਉਂਦੀਆਂ ਸਨ। ਸੂਬਾ ਸਰਹੰਦ ਵਜੀਦ ਖਾਂ ਨੂੰ ਮਾਰ ਦਿੱਤਾ। ਕਾਜੀ ਅਤੇ ਸੁੱਚਾਨੰਦ ਦੀਵਾਨ ਸਭ ਨੂੰ ਮੌਤ ਦੀ ਘਾਟ ਉਤਾਰ ਦਿੱਤਾ। ਥਾਂ ਪਰ ਥਾਂ ਸਿੱਖਾਂ ਨੂੰ ਹਾਕਮ ਕਰ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਇੱਕ ਪ੍ਰੋਗਰਾਮ ਬਣਾਇਆ, ਜਿਸ ਤਰ੍ਹਾਂ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਸਨ, ਜਿਸ ਤਰ੍ਹਾਂ ਲੱਖਾਂ ਫੌਜਾਂ ਵਿੱਚੋਂ ਨੀਲੇ ਵਸਤਰ ਪਾ ਕੇ ਉੱਚ ਦੇ ਪੀਰ ਬਣ ਕੇ ਨਿਕਲੇ ਸਨ, ਉਹੋ ਹੀ ਰੀਤੀ ਫਿਰ ਵਰਤਣ ਲੱਗੇ। ਸਤਿਗੁਰਾਂ ਆਖਿਆ ਕਿ ਇਹ ਜ਼ਾਲਮ ਦੁਸ਼ਮਣ ਮੁਸਲਮਾਨ ਅਜੇ ਤੱਕ ਵੀ ਮੇਰਾ ਪਿੱਛਾ ਨਹੀਂ ਛੱਡਦੇ, ਜੋ ਅੱਗੇ ਸਮਾਂ ਹੈ ਉਹ ਗੁਪਤ ਹੋ ਕੇ ਵਰਤਾਂਗੇ। ਇਹ ਸਲਾਹ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਅਤੇ ਆਲਮ ਸਿੰਘ ਕਵੀ ਨਾਲ ਕੀਤੀ। ਇਹ ਤਿੰਨੇ ਹੀ ਨਿਦੇੜ ਸਾਹਿਬ ਵਿੱਚ ਨਾਲ ਹੀ ਸਨ। ਇਹਨਾਂ ਤਿੰਨਾਂ ਨਾਲ ਹੀ ਇਹ ਸਲਾਹ ਗੁਪਤ ਰਹਿਣ ਦੀ ਬਣਾਈ। ਆਲਮ ਸਿੰਘ ਕਵੀ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ ਅਤੇ ਪੁੱਛਿਆ ਕਿ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਫਿਰ ਕਿਸ ਤਰ੍ਹਾਂ ਹੋਣਗੇ। ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮੇਰੇ ਹੁਣ ਦਰਸ਼ਨ ਇਸ ਤਰ੍ਹਾਂ ਨਹੀਂ ਹੋਣਗੇ, ਮੈਂ ਗੁਪਤ ਰੂਪ ਵਿੱਚ ਹੀ ਖਾਲਸੇ ਨਾਲ ਰਹਾਂਗਾ, ਚਿੰਤਾ ਨਹੀਂ ਕਰਨੀ। ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਵੀ ਆਲਮ ਸਿੰਘ ਜੀ ਨੇ ਪੁੱਛਿਆ, ਆਲਮ ਸਿੰਘ ਬੰਦ ਕਰ ਦੋਏ ਕਹਾਂ ਕੋ ਦਰਸ਼ਨ ਪੀ ਤੁਮ ਹੋਏ, ਸੱਚੇ ਪਾਤਸ਼ਾਹ ਜੀ ਤੁਹਾਡਾ ਦਰਸ਼ਨ ਦੁਆਰਾ ਫਿਰ ਕਦੋਂ ਹੋਵੇਗਾ। ਕਲਗੀਧਰ ਪਾਤਸ਼ਾਹ ਸੂਰਜ ਪ੍ਰਕਾਸ਼ ਵਿੱਚ ਇਸ ਭਾਈ ਸੰਤੋਖ ਸਿੰਘ ਦੀ ਜ਼ੁਬਾਨੀ ਜਵਾਬ ਦਿੰਦੇ ਹਨ, ਆਲਮ ਸਿੰਘ ਆ ਵੇਰ ਗਿਆਰਵੀਂ ਜਬ ਹਮ ਆਵੇਂ ਤਾਂ ਤੇ ਕੋਈ ਇੱਕ ਹਮ ਲਿਖ ਪਾਵੇਂ, ਪੰਥ ਖਾਲਸਾ ਖੇਤੀ ਮੇਰੀ ਕਰੂੰ ਸੰਭਾਲਣ ਮੈਂ ਤਿਸ ਵੇਰੀ।
ਸਤਿਗੁਰੂ ਜੀ ਨੇ ਕਿਹਾ ਕਿ ਚੰਦਨ ਦੀ ਲੱਕੜੀ ਮੰਗਵਾਓ। ਚਿਖਾ ਬਣਾਈ ਗਈ, ਚਾਰ ਚੁਫੇਰੇ ਕਨਾਤ ਮੰਗਵਾਈ ਗਈ। ਰਾਤ 12 ਵਜੇ ਦਾ ਟਾਈਮ ਰੱਖਿਆ। ਸਿੱਖਾਂ ਨੂੰ ਕਿਹਾ ਕਿ ਕਨਾਤ ਤੋਂ ਬਾਹਰ ਸਾਰੇ ਪਿੱਠ ਕਰਕੇ ਬੈਠੋ। ਸਭ ਨੂੰ ਮੇਰਾ ਹੁਕਮ ਹੈ, ਅੰਗੀਠੇ ਵੱਲ ਨਹੀਂ ਦੇਖਣਾ ਅਤੇ ਨਾ ਹੀ ਅੰਗੀਠਾ ਖੋਲ੍ਹਣਾ ਹੈ। ਮੇਰੀ ਕੋਈ ਸਮਾਧ ਇੱਥੇ ਨਾ ਬਣਾਵੇ, ਜੋ ਬਣਾਵੇਗਾ ਉਸਦਾ ਸਰਬੰਸ ਖਤਮ ਹੋ ਜਾਵੇਗਾ। ਸੱਚੇ ਪਾਤਸ਼ਾਹ ਜੀ ਅੰਗੀਠੇ ਨੂੰ ਅੱਗ ਲਾ ਕੇ ਇੱਕ ਨਿੱਕੀ ਕਿਰਪਾਨ ਵਿੱਚ ਸੁੱਟ ਕੇ ਅਲੋਪ ਹੋ ਗਏ। ਬਾਅਦ ਵਿੱਚ ਸਿੱਖਾਂ ਨੇ ਦੇਖਿਆ ਕਿ ਤਵੇਲੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਘੋੜਾ ਵੀ ਅਤੇ ਬਾਜ ਵੀ ਨਹੀਂ ਸੀ। ਨੰਦੇੜ ਦੇ ਕੌਤਕ ਕਰਨ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 7-8 ਕੋਸ 'ਤੇ ਇੱਕ ਉਦਾਸੀ ਸਾਧੂ ਮਿਲਿਆ। ਉਸਨੂੰ ਪ੍ਰਸ਼ਾਦ ਦਿੱਤਾ ਅਤੇ ਕਿਹਾ ਕਿ ਤੂੰ ਨੰਦੇੜ ਜਾ ਕੇ ਸਿੱਖਾਂ ਨੂੰ ਕਹੋ ਕਿ ਉਦਾਸ ਨਾ ਹੋਵਣ, ਮੈਂ ਖਾਲਸੇ ਦੇ ਅੰਗ ਸੰਗ ਹੀ ਰਹਾਂਗਾ, ਪਰ ਦਰਸ਼ਨ ਨਹੀਂ ਹੋਣਗੇ। ਇਸ ਸਥਾਨ 'ਤੇ ਗੁਰਦੁਆਰਾ ਰਤਨਗੜ੍ਹ ਬਣਿਆ ਹੋਇਆ ਹੈ। ਰਤਨਗੜ੍ਹ ਤੋਂ ਅੱਗੇ 5 ਸਿੰਘ ਪੰਜਾਬ ਤੋਂ ਆਉਂਦੇ ਮਿਲੇ। ਉਹਨਾਂ ਨੂੰ ਵੀ ਇਹੋ ਹੀ ਸੁਨੇਹਾ ਦਿੱਤਾ ਕਿ ਜੋ ਅਗਲਾ ਸਮਾਂ ਹੈ ਮੈਂ ਗੁਪਤ ਰੂਪ ਵਿੱਚ ਵਰਤਾਉਣਾ ਹੈ। ਸਿੱਖਾਂ ਨੂੰ ਜਾ ਕੇ ਕਹਿ ਦੇਵੋ ਮੈਂ ਕਿਤੇ ਗਿਆ ਨਹੀਂ, ਤੁਹਾਡੇ ਅੰਗ ਸੰਗ ਹੀ ਰਹਾਂਗਾ। ਨੰਦੇੜ ਦੇ ਕੌਤਕ ਤੋਂ ਬਾਅਦ ਦੋ ਮਰਹੱਟੇ ਰੁਸਤਮ ਰਾਓ ਅਤੇ ਬਾਲਾ ਰਾਓ ਨੂੰ ਔਰੰਗਜ਼ੇਬ ਨੇ ਪੂਨੇ ਸਤਾਰੇ ਦੇ ਕਿਲ੍ਹੇ ਵਿੱਚ ਕੈਦ ਕੀਤਾ ਹੋਇਆ ਸੀ। ਉਹਨਾਂ ਦੋਹਾਂ ਨੂੰ ਉਮਰ ਕੈਦ ਸੀ। ਇੱਥੇ ਦਾ ਦਰੋਗਾ ਸਤਿਗੁਰਾਂ 'ਤੇ ਸ਼ਰਧਾ ਰੱਖਦਾ ਸੀ। ਉਸਨੇ ਕਿਹਾ ਕਿ ਗੁਰੂ ਨਾਨਕ ਦੀ ਗੱਦੀ 'ਤੇ ਗੁਰੂ ਗੋਬਿੰਦ ਸਿੰਘ ਜੀ ਹਨ, ਉਹਨਾਂ ਅੱਗੇ ਅਰਦਾਸ ਕਰੋ, ਉਹ ਹੀ ਤੁਹਾਨੂੰ ਇੱਥੋਂ ਛੁਡਾ ਸਕਦੇ ਹਨ। ਇਹਨਾਂ ਦੋਹਾਂ ਨੇ ਹੱਥ ਜੋੜ ਕੇ ਸੱਚੇ ਦਿਲੋਂ ਅਰਦਾਸ ਕੀਤੀ ਤਾਂ ਸੱਚੇ ਪਾਤਸ਼ਾਹ ਜੀ ਉਸ ਰਾਤ ਘੋੜੇ 'ਤੇ ਸਵਾਰ ਹੋ ਕੇ ਪੂਨੇ ਸਤਾਰੇ ਦੇ ਕਿਲ੍ਹੇ ਦੇ ਅੰਦਰ ਜਾ ਕੇ ਇਹਨਾਂ ਨੂੰ ਆਵਾਜ਼ ਮਾਰੀ। ਇਹ ਦੋਵੇਂ ਬਾਹਰ ਆਏ ਕਿ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਘੋੜੇ ਦੀਆਂ ਰਕਾਬਾਂ ਫੜਾ ਕੇ ਘੋੜਾ ਉਡਾ ਕੇ ਲੈ ਗਏ ਅਤੇ ਮਨਵਾੜ ਜਾ ਕੇ ਉਤਾਰਿਆ। ਰੁਸਤਮ ਰਾਓ ਅਤੇ ਬਾਲਾ ਰਾਓ ਨੂੰ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਗੁਪਤਸਰ ਬਣਿਆ ਹੋਇਆ ਹੈ। ਗੁਰਦੁਆਰੇ ਦੇ ਅੰਦਰ ਇਸ ਘਟਨਾ ਦੀ ਵੱਡੀ ਫੋਟੋ ਵੀ ਲੱਗੀ ਹੋਈ ਹੈ। ਦਰਸ਼ਨ ਕਰਕੇ ਸਤਿਗੁਰਾਂ ਦੀ ਯਾਦ ਆਉਂਦੀ ਹੈ, ਆਪਣੇ ਆਪ ਹੀ ਮੂੰਹੋਂ ਨਿਕਲਦਾ ਹੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸ੍ਰੀ ਸਤਿਗੁਰ ਪ੍ਰਤਾਪ ਸਿੰਘ ਜੀ ਦਾ ਪਵਿੱਤਰ ਉਪਦੇਸ਼। ਗੁਰੂ ਗੋਬਿੰਦ ਸਿੰਘ ਨੇ ਅੰਗੀਠਾ ਫੋੜ ਕੇ ਕੀ ਕੀਤਾ? ਸਾਡੇ ਹਿਸਾਬ ਨਾਲ ਤੇ ਗੁਰੂ ਗੋਬਿੰਦ ਸਿੰਘ ਨੇ ਸਰੀਰ ਨਹੀਂ ਛੱਡਿਆ ਹਜ਼ੂਰ ਸਾਹਿਬ। ਅਸੀਂ ਜਦੋਂ ਦੇਖਦੇ ਹਾਂ ਕਿ ਨਵਾਂ ਗੁਰੂਆਂ ਤੱਕ ਗੁਰੂ ਹਰਗੋਬਿੰਦ ਸਾਹਿਬ ਦੇ ਕਿਤੇ ਕੋਤਲ ਨਹੀਂ ਰੱਖੇ ਜਾਂਦੇ। ਹਜ਼ੂਰ ਸਾਹਿਬ ਅਜੇ ਤੱਕ ਘੋੜਾ ਗੁਰੂ ਗੋਬਿੰਦ ਸਿੰਘ ਦੀ ਸਵਾਰੀ ਵਾਸਤੇ ਰਹਿੰਦਾ। ਫਿਰ ਸਾਹਿਬ ਅੰਗੀਠੇ ਵੱਲ ਜਾਂਦੇ ਹਨ, ਕੀ ਹੁਕਮ ਦਿੰਦੇ ਨੇ? ਦੂਰ ਕਨਾਤੋਂ ਖੜੇ ਰਹਾਇਓ, ਸਮਝਸ ਜਾਤ ਨਾ ਕੋਈ ਪਾਇਓ, ਫੋਲਿਓ ਨਾ ਹਮਰਾ ਨਾ ਇਹ ਅੰਗੀਠਾ, ਨਾ ਇਹ ਸਮਾਧ ਬਣਾਇਓ ਨੀਠਾ, ਜੋ ਸਮਾਧ ਹਮਰੀ ਬਣਵਾਇਆ ਤਿਸਕਾ ਸਭ ਸਰਬੰਸ ਨਸਾਇਆ। ਜੇ ਗੁਰੂ ਤੇਗ ਬਹਾਦਰ ਦਾ ਸੀਸ ਲੈ ਕੇ ਸਿੱਖ ਪਹੁੰਚਦਾ ਹੈ ਆਨੰਦਪੁਰ ਸਾਹਿਬ, ਉਸ ਦਾ ਉੱਥੇ ਦਿਉਰਾ ਬਣਾਉਂਦੇ ਹਨ ਤੇ ਆਪਣੇ ਤੋਂ ਕਿਉਂ ਜਵਾਬ ਦਿੰਦੇ ਹਨ? ਫਿਰ ਥੋੜੀ ਦੇਰ ਬਾਅਦ ਜਦੋਂ ਰੌਲਾ ਪਿਆ ਬਸੰਤਰ ਨੂੰ ਲਾਤੀ ਅੱਗ, ਉਦੋਂ ਥੋੜਾ ਚਿਰ ਬਾਅਦ ਸਿੱਖ ਵਿਰਾਗ ਕਰਦੇ ਨੇ। ਉਹਨਾਂ ਨੂੰ ਇੱਕ ਸਾਧੂ ਆਉਂਦੇ ਨੇ ਪੰਜਾਬ ਤੋਂ, ਉਹ ਕਹਿੰਦੇ ਨੇ ਤੁਸੀਂ ਕਿਉਂ ਵਿਰਾਗ ਕਰਦੇ ਹੋ? ਕਹਿੰਦੇ ਗੁਰੂ ਗੋਬਿੰਦ ਸਿੰਘ ਸਰੀਰ ਛੱਡ ਗਿਆ। ਉਹ ਕਹਿੰਦੇ ਝੂਠ ਬੋਲਦੇ ਹੋ, ਮੈਨੂੰ ਉਹਦੇ ਸ਼ਿਕਾਰ ਖੇਡਦੇ ਮਿਲੇ ਹਨ, ਔਰ ਕਿਹਾ ਹੈ ਕਿ ਸਾਡਾ ਅਫਸੋਸ ਨਾ ਕਰਨ ਅਸੀਂ ਖਾਲਸੇ ਦੇ ਵਿੱਚ। ਫਿਰ ਪੜ੍ਹੋ ਇਤਿਹਾਸ, ਰੁਸਤਮ ਰਾਓ ਔਰ ਬਾਲੇ ਰਾਓ ਨੂੰ ਜਾ ਕੇ ਪੂਨੇ ਦੇ ਕਿਲ੍ਹੇ ਵਿੱਚ ਘੋੜੇ ਤੇ ਚੜੇ ਹੋਏ ਜਾਂਦੇ ਹਨ, ਉਹ ਗੁਰੂ ਸਾਹਿਬ ਨੂੰ ਧਿਆਉਂਦੇ ਹਨ, ਉਹ ਦੋਨਾਂ ਰਕਾਬਾਂ ਨੂੰ ਫੜਾ ਕੇ ਉਹਨਾਂ ਨੂੰ ਕਹਿੰਦੇ ਫੜੋ, ਦੋਨੋਂ ਰਕਾਬਾਂ ਸਣੇ ਘੋੜੇ ਕਿਲ੍ਹੇ ਚੋਂ ਬਾਹਰ ਲਿਆ ਕੇ ਉਹਨਾਂ ਨੂੰ ਛੱਡਦੇ ਹਨ। ਜੇ ਮੰਨ ਵੀ ਲਈਏ
ਵੀ ਗੁਰੂ ਸਾਹਿਬ ਨੇ ਉੱਥੇ ਦੇਹ ਤਿਆਗੀ ਤਾਂ ਜਿਸ ਵੇਲੇ ਅੰਗੀਠਾ ਖੋਲਿਆ ਚੜ੍ਹ ਨਿਕਲੀ ਸਾਡੇ ਜਮ ਕੋਈ ਨਹੀਂ ਲੱਭਿਆ ਕਿਉਂਕਿ ਗੁਰੂ ਚੀਜ਼ ਐਸੀ ਹੈ ਜੇ ਇਹਦੇ ਵੱਲ ਧਿਆਨ ਦਿੱਤਾ ਜਾਏ ਜੇ ਇਸ ਪਾਸੇ ਨੂੰ ਵੀ ਮੰਨ ਲਈਏ ਤਾਂ ਸਤਿਗੁਰੂ ਅਜੋਨੀ ਹੈ ਔਰ ਆਦ ਅੰਤ ਏਕਾ ਹੈ ਅਵਤਾਰਾ ਇੱਕੋ ਹੈ ਦੂਸਰਾ ਨਹੀਂ ਇਸ ਗੱਲ ਨਾਲ ਕਿਸੇ ਨਾਲ ਜਿੱਦ ਨਹੀਂ ਕਿਸੇ ਨਾਲ ਗੁੱਸਾ ਨਹੀਂ ਕਿਸੇ ਨੂੰ ਜਿੱਥੋਂ ਤੱਕ ਕਿਸੇ ਦਾ ਚਿੱਤ ਕਰਦਾ ਕੋਈ ਮੰਨੇ ਜੇ ਅਸੀਂ ਕਿਸੇ ਦੇ ਆਖੇ ਲੱਗ ਕੇ ਆਪਣੀ ਯਕੀਨ ਨਹੀਂ ਬਦਲਦੇ ਕਿਸੇ ਵਾਸਤੇ ਵੀ ਸਾਨੂੰ ਨਹੀਂ ਕਿ ਅਸੀਂ ਕਿਸੇ ਨੂੰ ਕਹੀਏ ਮਜਬੂਰ ਹੋ ਗਏ ਕਿ ਤੂੰ ਇਸੇ ਤਰ੍ਹਾਂ ਮੰਨ ਉਹ ਨਹੀਂ ਜਿਵੇਂ ਮਰਜ਼ੀ ਹੈ ਮੰਨੇ। ਸਤਿਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਸੀ ਕਿ ਮੇਰਾ ਅੰਗੀਠਾ ਨਾ ਫੋਲਿਓ, ਸਿੱਖਾਂ ਨੇ ਫਿਰ ਵੀ ਫੋਲਿਆ, ਉਸ ਵਿੱਚੋਂ ਨਿੱਕੀ ਕਿਰਪਾਨ ਹੀ ਨਿਕਲੀ, ਹੋਰ ਕੁਛ ਨਹੀਂ ਮਿਲਿਆ। ਬਾਅਦ ਵਿੱਚ ਨੰਦੇੜ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੇ ਸਮਾਧ ਬਣਾਈ, ਉਸਦਾ ਸਾਰਾ ਸਰਬੰਸ ਖਤਮ ਹੋ ਗਿਆ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਵਾਕ ਪੂਰੇ ਹੋਏ। ਨਾਮਧਾਰੀ ਪੰਥ ਦਾ ਇਹ ਨਿਹਚਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਦੇ ਵਿੱਚ ਅਜੈਪਾਲ ਸਿੰਘ ਦੇ ਨਾਮ 'ਤੇ ਜੀਵਨ ਬਤੀਤ ਕਰਦੇ ਰਹੇ ਸਨ। ਸੱਚੇ ਪਾਤਸ਼ਾਹ ਜੀ ਭਾਦਰੇ ਅਤੇ ਜੀਂਦ ਅਤੇ ਪਟਿਆਲੇ ਅਤੇ ਫਿਰ ਨਾਭੇ ਦੀ ਝਿੜੀ ਵਿੱਚ ਨਿਵਾਸ ਰੱਖਦੇ ਸਨ। ਇਹਨਾਂ ਦੇ ਨਿੱਜੀ ਸੇਵਕ ਬਾਬਾ ਸਰੂਪ ਸਿੰਘ ਜੀ ਸਨ। ਬਾਬਾ ਸਰੂਪ ਸਿੰਘ ਜੀ ਜੋ ਕਿ ਪੰਜਾਬੀ ਦੇ ਮਹਾਨ ਕੋਸ਼ ਦੇ ਕਰਤਾ ਸਰਦਾਰ ਬਹਾਦਰ ਭਾਈ ਕਾਨ ਸਿੰਘ ਜੀ ਨਾਭਾ ਦੇ ਪੜਦਾਦੇ ਲੱਗਦੇ ਸਨ। ਬਾਬਾ ਸਰੂਪ ਸਿੰਘ ਜੀ ਬਾਬਾ ਅਜੈਪਾਲ ਸਿੰਘ ਜੀ ਦੇ ਪਲੰਗ ਕੋਲ ਬੈਠ ਕੇ ਦੇਖਣ ਲੱਗੇ, ਬੱਖੀ ਉੱਪਰ ਬੜਾ ਭਾਰੀ ਘਾਉ ਦੇਖਿਆ ਅਤੇ ਅਰਜ਼ ਕੀਤੀ, ਇਹ ਘਾਉ ਕਿੱਥੋਂ ਲੱਗਾ ਸੀ ਜੀ? ਬਾਬਾ ਅਜੈਪਾਲ ਸਿੰਘ ਜੀ ਨੇ ਕਿਹਾ ਕਿ ਇਹ ਉਹੀ ਘਾਉ ਹੈ ਜੋ ਦੱਖਣ ਨੰਦੇੜ ਵਿਖੇ ਪਠਾਨ ਨੇ ਮਾਰਿਆ ਸੀ। ਇਹ ਸੁਣ ਕੇ ਬਾਬਾ ਸਰੂਪ ਸਿੰਘ ਨੂੰ ਪੂਰਨ ਨੇਚਾ ਹੋ ਗਿਆ ਕਿ ਇਹ ਕਲਗੀਧਰ ਦਸਮ ਪਾਤਸ਼ਾਹ ਜੀ ਹਨ। ਫਿਰ ਕਦੇ ਮਨ ਨਹੀਂ ਸੀ ਡੋਲਿਆ, ਬੜੇ ਸਤਿਕਾਰ ਨਾਲ ਸੇਵਾ ਕਰਦੇ ਰਹੇ ਸਨ। ਨਾਭੇ ਦੇ ਡੇਰੇ ਤੋਂ ਹੀ ਦਰਿਆ ਸਿੰਧ ਹਰੋ ਨਦੀ ਦੇ ਸੰਗਮ 'ਤੇ ਪਹੁੰਚੇ। ਪੰਜ ਸਿੰਘ ਨਾਲ ਸਨ। ਬਾਬਾ ਬਾਲਕ ਸਿੰਘ ਜੀ ਨੂੰ ਭਜਨ ਕਰਦਿਆਂ ਨੂੰ ਦਰਸ਼ਨ ਦਿੱਤੇ। ਬਾਬਾ ਬਾਲਕ ਸਿੰਘ ਜੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਹਨ ਕਿ ਜਿਸ ਦੀ ਤੂੰ ਅੱਜ ਤੱਕ ਆਰਾਧਨਾ ਕਰਦਾ ਆਇਆ ਹੈ ਉਹ ਮੈਂ ਹੀ ਹਾਂ, ਮੇਰਾ ਨਾਮ ਹੀ ਗੁਰੂ ਗੋਬਿੰਦ ਸਿੰਘ ਹੈ। ਸਾਡਾ ਅੱਜ ਤੱਕ ਇਸ ਤਰ੍ਹਾਂ ਵਿਚਰਨਾ ਇੱਕ ਗੁਪਤ ਭੇਦ ਸੀ ਜਿਸ ਦੇ ਪ੍ਰਗਟ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਇਹ ਪੁੱਛਣਾ ਚਾਹੀਦਾ ਹੈ। ਮੈਂ ਆਪ ਜੀ ਨੂੰ ਇਹ ਗੁਰਗੱਦੀ ਦੀ ਅਮਾਨਤ ਸੌਂਪ ਰਿਹਾ ਹਾਂ। ਜਲਦੀ ਹੀ ਪੈਣੀ ਗ੍ਰਾਮ ਵਿੱਚ ਬਾਬਾ ਜੱਸਾ ਸਿੰਘ ਰਾਮਗੜੀਏ ਦੇ ਘਰ ਅਵਤਾਰ ਧਾਰਨ ਕਰਾਂਗੇ। ਮੇਰਾ ਨਾਮ ਰਾਮ ਸਿੰਘ ਹੋਵੇਗਾ। ਆਪ ਪਾਸੋਂ ਗੁਰਤਾ ਵਾਪਸ ਲਵਾਂਗੇ। 5 ਪੈਸੇ ਅਤੇ ਨਰੇਲ ਮੱਥਾ ਟੇਕ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ, ਬਾਲਕ ਮਰਗੇਸ਼ ਦੇ ਵਿਸ਼ੇਸ਼ ਉਪਦੇਸ਼ ਨਾਮ ਯਦੀ ਨਰ ਨਾਰੀ ਲੈ ਅਪਾਰੀ ਭਾਵਤੇ ਤਰੇ ਔਰ ਅਲਿਹਾਮ ਕਰਤਾਰ ਕਈ ਵਾਰ ਦਿਓ ਨਾਮ ਦੇ ਉਧਾਰ ਕਰ ਜੀਵਨ ਕਾ ਤੂੰ ਕਰੇ ਐ ਪੈ ਗੁਰੂ ਦਰਸ਼ਨ ਦਰਸ ਦੇਹ ਜੋ ਕਹਿ ਉਤਾਹ ਮੇਰੋ ਅਵਤਾਰ ਅੰਸ ਰਾਮ ਸਿੰਘ ਹੋਵੇ ਕਰੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਲਿਖਦੇ ਹਨ, ਜਾਮੇ ਧਾਰੇ ਦਸਗੁਰੂ ਨਵਸਤ ਕਲਾ ਸੁਧਾਰ ਗੁਪਤ ਗਿਆਰਵਾਂ ਖੇਲ ਸੀ ਕੋਇਕ ਪਾਵੇ ਪਾਰ ਜਾਮਾ ਪੈਰੇ ਯਾਰਵਾਂ ਬਾਜਾਪੁਰ ਕੇ ਮਾਂ ਸੰਗਤ ਮੇਲੇ ਕਰੋੜ ਦੋਏ ਦਸ ਦਿਖਾਵੇ ਤਾ ਤੀਨ ਮਾਸ ਖੱਟ ਰਹੇਗੇ ਗ੍ਰਹਿ ਗਨ ਕਾ ਗੁਰਿੰਡ ਉਧਰ ਲੋਪ ਅੰਡਾ ਸਹਿ ਸੌ ਸਾਖੀ ਬ੍ਰਹਿਮੰਡ ਗੁਰਿੰਡ ਨਾਮਾ ਪਾਤਸ਼ਾਹੀ ਦਸਵੇਂ। ਭਾਈ ਸੰਤੋਖ ਸਿੰਘ ਜੀ ਵੀ ਲਿਖਦੇ ਹਨ,
ਬੇਰ ਗਿਆਰਵੀਂ ਹਮ ਚਲ ਆਵੇ ਤਬ ਤੇ ਹਮੇ ਕੋਇਕ ਲੱਕ ਪਾਵੇ ਪੰਥ ਖਾਲਸਾ ਖੇਤੀ ਮੇਰੀ ਕਰੂੰ ਸੰਭਾਲਣ ਹੋ ਤਿਸ ਬੇਰੀ। ਆਲਮ ਸਿੰਘ ਬੰਦ ਕਰ ਦੋਏ ਕਿਹਾ ਕਿ ਦਰਸ਼ਨ ਪੀ ਤੁਮ ਹੋਏ। ਗੁਰੂ ਕਿਹਾ ਹਮ ਵੀ ਰਾਖੇ ਹਿਰਦੇ ਭਾਵਨੀ ਸੋਏ ਅੰਮ੍ਰਿਤਸਰ ਪਹੁੰਚੇਗੇ ਰਾਮ ਸਰੋਵਰ ਜੋਏ। ਸੂਰਜ ਪ੍ਰਕਾਸ਼ ਗ੍ਰੰਥ। ਇਤਿਹਾਸਿਕ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈਸਵੀ ਵਿੱਚ ਹੋਇਆ। 1708 ਈਸਵੀ ਹਜ਼ੂਰ ਸਾਹਿਬ ਨੰਦੇੜ ਵਿਖੇ ਨਰ ਨਾਟਕ ਕਰਨ ਵੇਲੇ ਆਯੂ 42 ਸਾਲ ਦੀ ਸੀ। 1812 ਈਸਵੀ ਤੱਕ ਬਾਬਾ ਅਜੈਪਾਲ ਸਿੰਘ ਦੇ ਨਾਮ 'ਤੇ ਰਹੇ 104 ਸਾਲ। ਸਾਰੀ ਆਯੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 146 ਸਾਲ ਹੋ ਕੇ 14 ਜੂਨ 1812 ਈਸਵੀ ਜੇਠ ਸੁਦੀ 5 1869 ਬਿਕਰਮੀ ਨੂੰ ਨਾਭੇ ਦੇ ਡੇਰੇ ਵਿੱਚ ਹੀ ਜੋਤੀ ਜੋਤ ਸਮਾ ਗਏ। ਗੁਰ ਇਤਿਹਾਸ ਜਾਣਕਾਰੀ ਕਰਮ ਸਿੰਘ ਪਟਵਾਰੀ ਦੇ ਗ੍ਰੰਥ ਸਫ਼ਾ 227 ਅਤੇ 228 'ਤੇ ਪੜ੍ਹੇ ਜਾ ਸਕਦੇ ਹਨ ਅਤੇ ਹੋਰ ਪੁਸਤਕਾਂ ਦੇ ਨਾਮ ਨਵੇੜੋਂ ਬਾਅਦ ਦਸਮ ਗੁਰੂ ਦਰਸ਼ਨ ਕਰਤਾ ਸੰਤ ਤਰਨ ਸਿੰਘ ਜੀ ਬਹਿਮੀ ਗੁਰੂ ਗੋਬਿੰਦ ਸਿੰਘ ਜੀ ਦਾ ਨਦੇੜੋਂ ਬਾਅਦ ਦਾ ਜੀਵਨ ਕਰਤਾ ਦਵਿੰਦਰ ਸਿੰਘ ਜੀਆਨਥਾ ਸ੍ਰੀ ਦਸਮੇਸ਼ ਨਦੇੜ ਪਿੱਛੋਂ ਕਰਤਾ ਸ੍ਰੀ ਅਮਰ ਭਾਰਤੀ ਜੀ। ਹੋਰ ਜਾਣਕਾਰੀ ਵਾਸਤੇ ਇਹ ਪੁਸਤਕਾਂ ਜ਼ਰੂਰ ਪੜ੍ਹੋ ਜੀ। ਸ਼੍ਰੀਮਾਨ ਬਾਬਾ ਬਾਂਕਾ ਜੀ ਲਵਾ ਲਵ ਕਰਦੇ ਰਹਿੰਦੇ ਸਨ। ਬ੍ਰਹਿਮ ਗਿਆਨੀ ਸ਼੍ਰੀਮਾਨ ਬਾਬਾ ਬਾਂਕਾ ਜੀ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਦੇ ਗੁਰਸਿੱਖ ਸਨ। ਇਹਨਾਂ ਦਾ ਜਨਮ ਹਜ਼ਰੋ ਸਾਹਿਬ ਤੋਂ 8 ਮੀਲ ਦੂਰ ਪਿੰਡ ਮਲਾਹ ਵਿਖੇ ਸੰਮਤ 1851 ਬਿਕਰਮੀ ਨੂੰ ਹੋਇਆ। ਜਦੋਂ ਬਾਬਾ ਜੀ ਨੇ ਸਤਿਗੁਰਾਂ ਤੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਤਾਂ ਆਪ ਮਸਤਾਨੇ ਹੋ ਗਏ ਅਤੇ ਦਿਨ ਰਾਤ ਮਸਤੀ ਦੇ ਆਲਮ ਵਿੱਚ ਹੀ ਵਿਚਰਨ ਲੱਗੇ। ਕੰਤੂ ਲਕਾਈ ਇਹਨਾਂ 'ਤੇ ਯਕੀਨ ਨਹੀਂ ਸੀ ਕਰਦੀ। ਇੱਕ ਦਿਨ ਮਸਤੀ ਵਿੱਚ ਹੀ 3 ਆਸਣ ਵਿਛਾ ਕੇ ਕਹਿਣ ਲੱਗੇ, ਆਓ ਬਾਬਾ ਬਾਲਕ ਸਿੰਘ ਜੀ ਬੈਠੋ, ਆਓ ਬਾਬਾ ਰਾਮ ਸਿੰਘ ਜੀ ਬੈਠੋ, ਆਓ ਬਾਬਾ ਬੁੱਧ ਸਿੰਘ ਜੀ ਬੈਠੋ। ਉਹ ਇਹਨਾਂ ਦਾ ਭਵਿੱਖ ਵਾਕ ਸੀ ਜੋ ਸਤਿਗੁਰੂ ਬਾਲਕ ਸਿੰਘ ਜੀ ਤੋਂ ਬਾਅਦ ਸਮੇਂ ਦੀ ਚਾਲ ਨਾਲ ਪੂਰਾ ਹੋਇਆ। ਸਤਿਗੁਰੂ ਰਾਮ ਸਿੰਘ ਜੀ ਦੇ ਅਵਤਾਰ ਧਾਰਨ ਸਮੇਂ ਦੀ ਅਲੌਕਿਕ ਘਟਨਾ ਨੂੰ ਚਿੱਤਰਿਆ ਗਿਆ ਹੈ। ਇਹ ਘਟਨਾ ਮਾਘ ਸੁਦੀ 5 ਅਤੇ 6 ਦੀ ਰਾਤ ਸੰਮਤ 1872 ਬਿਕਰਮੀ 1816 ਈਸਵੀ ਪਿੰਡ ਰਾਈਆਂ ਜ਼ਿਲ੍ਹਾ ਲੁਧਿਆਣੇ ਦੀ ਹੈ। ਪ੍ਰਸੂਤ ਸਮੇਂ ਮਾਤਾ ਸਦਾ ਕੌਰ ਦੇ ਉਦਰ ਤੋਂ ਇੱਕ ਮਾਸ ਪਾਣੀ ਦੀ ਮਸ਼ਕ ਜਿਹੀ ਪੈਦਾ ਹੋਈ ਸੀ। ਉਸ ਵਿੱਚੋਂ ਪਾਣੀ ਜਿਹਾ ਵਗਿਆ, ਉਸਨੂੰ ਘਰ ਵਿੱਚ ਹੀ ਦੱਬ ਦਿੱਤਾ ਗਿਆ। ਪਿਤਾ ਬਾਬਾ ਜੱਸਾ ਸਿੰਘ ਜੀ ਹੇ ਰਾਮ ਕੀ ਦਾ ਕੀ ਹੋ ਗਿਆ ਕਹਿੰਦੇ ਹੋਏ ਘਰੋਂ ਬਾਹਰ ਚਲੇ ਗਏ। ਮਾਤਾ ਸਦਾ ਕੌਰ ਜੀ ਜਦ ਇਸ਼ਨਾਨ ਕਰਕੇ ਕਮਰੇ ਵਿੱਚ ਆਏ ਤਾਂ ਇੱਕ ਅਸਚਰਜ ਕੌਤਕ ਵੇਖਿਆ। ਇੱਕ ਅਤ ਸੁੰਦਰ ਸੂਰਜ ਦੇ ਪ੍ਰਕਾਸ਼ ਵਰਗਾ ਤੇਜਸਵੀ ਬਾਲ ਮੰਜੇ 'ਤੇ ਖੇਡ ਰਿਹਾ ਸੀ। ਬਾਬਾ ਜੱਸਾ ਸਿੰਘ ਜੀ ਨੇ ਦਰਸ਼ਨ ਕੀਤੇ ਤਾਂ ਸਤਿਗੁਰਾਂ ਦਾ ਨਾਮ ਰਾਮਧਨ ਰੱਖਿਆ। ਸਤਿਗੁਰ ਪ੍ਰਤਾਪ ਸਿੰਘ ਜੀ ਦਾ ਪਵਿੱਤਰ ਉਪਦੇਸ਼। ਪਤਾ ਸੀ ਕਿ ਸਾਡੇ ਘਰ ਬੱਚਾ ਹੋਣਾ,
ਜਿਸ ਦਿਨ ਬੱਚਾ ਹੋਣ ਦਾ ਵਕਤ ਹੋਇਆ ਇਹੋ ਹੀ ਰਾਤ ਜਿਹੜੀ ਆਉਣ ਵਾਲੀ ਹੈ, ਗੁਦਾਈ ਨੂੰ ਬੁਲਾਇਆ, ਇੱਕ ਅੰਦਰੋਂ ਜਲ ਪਾਣੀ ਦੀ ਕੰਢ ਪਛੜੀ ਦੀ ਬਣੀ ਹੋਈ ਨਿਕਲੀ। ਦਾਈ ਨੇ ਬਾਬੇ ਉਹਨਾਂ ਨੂੰ ਸੱਦਿਆ ਕਿ ਆਹ ਕੁਛ ਨਿਕਲਿਆ ਹੈ ਹਿੰਦੂ ਮਤ ਅਨੁਸਾਰ, ਉਹਨੂੰ ਪੀਲਾ ਲਾਇਆ ਪਾਣੀ ਨਿਕਲ ਗਿਆ। ਹਿੰਦੂ ਮਤ ਅਨੁਸਾਰ ਜਿਹੜੀ ਇਹੋ ਜਿਹੀ ਚੀਜ਼ ਹੋਵੇ ਹਿੰਦੂ ਬਾਹਰ ਨੀ ਉਹਨੂੰ ਲਿਜਾਂਦੇ। ਉਹਨਾਂ ਉੱਥੇ ਦੁਆ ਬੁੱਢਿਆ, ਇੱਕ ਪਾਸੇ ਦੱਬ ਦਿੱਤੀ, ਬਾਬਾ ਜੀ ਰਾਮ ਰਾਮ ਦਾ ਭਜਨ ਕਰਦੇ ਹੁੰਦੇ, ਕਹਿਣ ਲੱਗੇ ਹੇ ਰਾਮ ਜੀ ਦਾ ਕੀ ਹੋ ਗਿਆ। ਹੁਣ ਇਹ ਗੱਲਾਂ ਕਰਦੇ ਹਨ, ਮਾਤਾ ਜੀ ਨੇ ਇਸ਼ਨਾਨ ਕਰ ਲਿਆ, ਸਤਿਗੁਰੂ ਜੀ ਪਰਮ ਉੱਤੇ ਛੇੜਦੇ ਹਨ। ਕਬੀਰ ਜੀ ਨੇ ਲਿਖਿਆ, ਸੰਤਕ ਨਹੀਂ ਪਰੈ ਜੋਨ ਨਹੀਂ ਆਵੈ, ਨਾਮ ਨਿਰੰਜਨ ਜਾ ਕੋਰੇ, ਕਬੀਰ ਗੋਸਵਾਮੀ ਹੈ ਸਭ ਠਾਕੁਰ ਜਾਂਚਣ ਮਾਈ ਨੋ ਬਾਪੂਰੇ। ਗੁਰੂ ਅਰਜਨ ਦੇਵ ਮਹਾਰਾਜ ਮੈਨੂੰ ਰਾਗ ਵਿੱਚ ਕਹਿੰਦੇ, ਸਗਲੀ ਤੀਰਥ ਪਾਸਦਾਰ ਰਾਖੀ, ਅਸ਼ਟਮ ਤੀਰਥ ਗੋਬਿੰਦ ਜਨਮਾ ਸੀ, ਬਰਮ ਭੂਲੇ ਨਰ ਕਰਤ ਕਿਤ ਰਾਇਣ, ਜਨਮ ਮਰਨ ਤੇ ਰਹਿਤ ਨਰਾਇਣ। ਉਹ ਜਨਮ ਨਾ ਮਰਾ ਹੈ, ਸਗਲ ਪ੍ਰਾਣ ਦੇ ਹਲੋ ਰੋਡੀ, ਸੁੰਖ ਜਲੋ ਜਿਤ ਹੈ ਠਾਕੁਰ ਜੋਨੀ। ਉਹ ਸੜ ਜਾਣੂ ਜਿਹੜਾ ਕਹਿੰਦਾ ਸਤਿਗੁਰੂ ਜੋਨ ਦੇ ਰਸਤੇ ਆਉਂਦਾ, ਕਿਉਂਕਿ ਉਹ ਅਜੋਨੀ ਹੈ। ਰੌਲਾ ਪਿਆ, ਦਾਈ ਤੇ ਆ ਕੇ ਆਖੇ ਜੱਸੇ ਦਰਬਾਰ ਦੇ ਗਲ ਪਛੜੀ ਜੰਮੀ ਹੈ, ਮੰਜੇ ਜਾ ਕੇ ਦਰਸ਼ਨ ਕਰਕੇ ਕਈ ਜਿਹੜੀਆਂ ਪਿੰਡ ਦੀਆਂ ਜਨਾਨੀਆਂ ਉਹਨੇ ਆਖਿਆ ਤੂੰ ਐਵੇਂ ਝੂਠ ਬੋਲਦੀ ਹੈ, ਉਹਦੇ ਸੂਰਜ ਵਰਗਾ ਪ੍ਰਕਾਸ਼ ਵਾਲਾ ਬੱਚਾ ਉਹਨਾਂ ਦੇ ਘਰ ਹੈ। ਦਾਈ ਕਹਿੰਦੀ ਆਪਣੇ ਆਪਣੇ ਹੱਥੀ ਕੰਮ ਕੇ ਆਈ ਹੈ ਮਸ਼ਕ। ਉਹ ਕਹਿੰਦੇ ਜਾ ਕੇ ਵੇਖ, ਜਿਸ ਵੇਲੇ ਦਾਈ ਨੇ ਜਾ ਕੇ ਦੇਖਿਆ ਮੁਸਲਮਾਨ ਸੀ, ਉਹਨੇ ਹੁਕਮ ਦਿੱਤਾ ਪਿੰਡ ਚ ਖਾਕੀ ਦੀ ਦੂਰੀ। 1708 ਈਸਵੀ ਦੇ ਦਸਮ ਪਾਤਸ਼ਾਹ ਦੇ ਨਦੇੜ ਦੇ ਕੌਤਕ ਤੋਂ ਬਾਅਦ ਸਿੱਖ ਮਿਸਲਾਂ ਸਮੇਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੋ ਸਿੱਖਾਂ ਵਿੱਚ ਅਚਾਨਕ ਤੌਰ ਤੇ ਗਿਰਾਵਟ ਆਈ ਸੀ ਉਸ ਦੀ ਝਾਕੀ ਦਿਖਾਈ ਹੈ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ, ਮਹਾਰਾਜਾ ਲੋ ਰਹਾਨਾ ਪੰਥ ਕਾ ਪੁਰਾਣਾ ਢੰਗ, ਫਿਰ ਬਦਲਾਨਾ ਰੰਗ ਕੂਪ ਪੰਗ ਜਿਉਂ ਪਰੈ। ਮਹਾਰਾਜਾ ਰਣਜੀਤ ਸਿੰਘ ਤੱਕ ਤਾਂ ਪੰਥ ਦਾ ਪੁਰਾਣਾ ਢੰਗ ਰਿਹਾ, ਸਿੱਧੇ ਦਸਤਾਰੇ, ਖੁੱਲ੍ਹੇ ਸਿੱਧੇ ਦਾੜੇ ਅਤੇ ਸਿੱਖੀ ਮਰਜ਼ਾਦਾ ਦੇ ਧਾਰਨੀ ਸਿੱਖ ਰਹੇ। ਮਹਾਰਾਜਾ ਦੇ ਪਿੱਛੋਂ ਸਿੱਖੀ ਚਰਿੱਤਰ ਵਿਗੜ ਗਿਆ, ਜਿਸ ਤਰ੍ਹਾਂ ਖੂਹ ਵਿੱਚ ਭੰਗ ਸੁੱਟਣ ਨਾਲ ਖੂਹ ਦੇ ਨਿਰਮਲ ਜਲ ਦਾ ਰੰਗ ਵੀ ਬਦਲ ਜਾਂਦਾ ਹੈ ਅਤੇ ਉਸ ਵਿੱਚੋਂ ਬਦਬੋ ਵੀ ਆਉਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਸਿੱਖੀ ਦੀ ਹਾਲਤ ਹੋਈ। ਗਿਆਨੀ ਗਿਆਨ ਸਿੰਘ ਜੀ ਇਸ ਤਰ੍ਹਾਂ ਲਿਖਦੇ ਹਨ, ਜਾਗ ਜਿਨ ਕੇ ਵਡੇਰੇ, ਬਾਣੀ ਪੜ੍ਹਦੇ ਸਵੇਰੇ, ਗੁਰੂ ਗ੍ਰੰਥ ਵਿਨ ਹੇਰੇ, ਅੰਨ ਜਲ ਪਾਨ ਨਾ ਕਰੈ, ਤਿੰਨ ਹੀ ਕੇ ਨਾਤੀ, ਧੂਪ ਦੀਪ ਕੀ ਕਹਾਂ ਬਖਿਆਤੀ, ਪਾਏ ਹੈ ਨਾ ਚਾਤੀ, ਮੂਸ ਖਾਤ ਗ੍ਰੰਥ ਤੇ ਪਰੈ, ਜਪ ਜੀ ਨਾ ਰਹਿ ਰਸ, ਪੜ੍ਹੇ ਸੁਣੇ ਕਵੀ ਖਾਸ, ਔਰ ਜੋ ਪੜ੍ਹਤ ਪਾਸ, ਹਾਸ ਤਿੰਨ ਜੋ ਕਰੈ, ਕਹਾਂ ਰਵ ਬਹਿਰਾ ਹੈ, ਗਹਿਰਾ ਪੁਕਾਰੇ ਜੋ ਤੂੰ, ਸ਼ਹਿਰਾਂ ਮੇਂ ਜਾਏ ਲੁਕਮੇ ਰਜਾਏ ਲੇਤ ਹੈ। ਪਹਿਲੇ ਵਾਲੇ ਸਿੱਖ ਆਪਣੇ ਭਜਨ ਬਾਣੀ ਦੇ ਨਿਤਨੇਮ ਦੇ ਇੰਨੇ ਪੱਕੇ ਸਨ ਕਿ ਇਸ਼ਨਾਨ ਕਰਕੇ ਆਪਣਾ ਨਿਤਨੇਮ ਪੂਰਾ ਕਰਨ ਤੋਂ ਬਿਨਾਂ ਨਾ ਤਾਂ ਪਾਣੀ ਪੀਂਦੇ ਸਨ ਅਤੇ ਨਾ ਹੀ ਲੰਗਰ ਛਕਦੇ ਸਨ। ਪਿੱਛੋਂ ਦੇ ਸਿੱਖ ਜੇ ਕੋਈ ਵਿਰਲਾ ਬਾਣੀ ਪੜ੍ਹਦਾ ਸੀ ਤਾਂ ਕਹਿੰਦੇ ਸੀ ਰੱਬ ਬੋਲਾ ਹੈ, ਜਿਸ ਨੂੰ ਉੱਚੀ ਉੱਚੀ ਸੁਣਾਉਣਾ ਹੈ। ਸਿੱਖੀ ਦੇ ਬਾਣੀ ਨੂੰ ਵੀ ਪਸੰਦ ਨਹੀਂ ਸਨ ਕਰਦੇ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ, ਔਰੇ ਰੀਤ, ਔਰੇ ਮੀਤ, ਔਰੇ ਪ੍ਰਤੀਤ ਪ੍ਰੀਤ, ਖਾਨ ਪਹਿਰਾਨ ਗਿਆਨ ਮਾਨ, ਔਰੇ ਜਨ ਕੇ ਡਾਰੇ ਦਸਤਾਰੇ, ਸਾਫੇ ਪਾਰੇ ਹੈ ਸੰਭਾਰੇ ਅੱਛੇ, ਕੱਛੇ ਤਜ ਗਏ ਧੋਤੀ ਸੁੱਠੂ ਤੰਗ ਤਨ ਕੇ, ਤਾਰੇ ਹੈ ਗਰਾਰੇ ਤੰਬੇ
ਤਹਿਮਤ ਅਧਕ ਲੰਬੇ, ਜਿਨੇ ਦੇਖ ਸਿੱਖੀ ਗਊ ਕੰਬੇ ਤੁਰਕ ਗਨ ਕੇ, ਸਿੱਖੀ ਦਸਮੇਸ਼ ਕੀ ਸੁੱਕੀ ਅਪਰ ਦੇਸ਼ ਕੀ, ਅਸਿੱਖੀ ਪਰਿਪੇਸ਼ਗੀ ਛਨਾਰ ਬਨ ਠਾਨ ਕੇ। ਕੋਈ ਬਾਰ ਪਾਰੈ ਉੱਚੈ, ਨਾਕ ਨੋਚੈ ਮੋਚਨੇ ਲੈ, ਕੋਈ ਖੋਚੇ ਲੱਤਨ ਕੋ ਸੋਚੇ ਨਾ ਲਿਖਾਏ ਹੈ। ਅੱਗੇ ਜਾ ਕੇ ਲਿਖਦੇ ਹਨ, ਸਿੱਖਣ ਕੇ ਪੂਤ ਮਜ਼ਬੂਤ ਸਿੰਘ ਨਾਮ ਬਾਰੇ, ਹਾਏ ਵੇ ਕਸਾਈ ਰਹੇ ਸਿੱਖੀ ਗਊ ਕਾਏ ਹੈ। ਸਿੱਖੀ ਦੀ ਇਹ ਹਾਲਤ ਹੋ ਗਈ, ਸ਼ਰਮ ਧਰਮ ਸਭ ਤਿਆਗ ਦਿੱਤੇ ਸਨ, ਮਾਸ ਖਾਣ ਵਿੱਚ ਫਖਰ ਸਮਝਦੇ ਸਨ, ਸ਼ਰਾਬ ਪੀ ਕੇ ਰੰਗ ਰਲੀਆਂ ਮਾਨਣ ਵਿੱਚ ਇੱਜ਼ਤ ਅਤੇ ਵਡਿਆਈ ਸਮਝਦੇ ਸਨ, ਆਪਣਾ ਸਿੱਖੀ ਬਾਣਾ ਵੀ ਪਾਉਣਾ ਛੱਡ ਦਿੱਤਾ ਸੀ, ਸ਼ਹਿਰੇ ਤਿਆਗ ਦਿੱਤੇ ਅਤੇ ਧੋਤੀਆਂ ਤੰਬੇ ਗਰਾਲੇ ਅਤੇ ਲੰਬੇ ਲੰਬੇ ਤਹਿਮਤ ਬੰਨ ਲਏ, ਕੇਸਾਂ ਦੀ ਵਿਆਪਦੀ ਕਰਨੋਂ ਵੀ ਨਹੀਂ ਸਨ ਡਰਦੇ। ਸ੍ਰੀ ਸਤਿਗੁਰ ਪ੍ਰਤਾਪ ਸਿੰਘ ਜੀ ਦਾ ਪਵਿੱਤਰ ਉਪਦੇਸ਼। ਜੋ ਪੁਰਸ਼ ਮਲੇਸ਼ ਕਰਮ ਕਰਦਾ ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ਅਨੁਸਾਰ, ਨਾਮ ਅਸੁਰ ਤਿੰਨ ਕੋ ਪੁੰਨ ਕਰ, ਉਹਨਾਂ ਦਾ ਨਾਮ ਅਸੁਰ ਹੋ ਗਿਆ ਤੇ ਇਹ ਹਾਲਤ ਸਿੱਖਾਂ ਦੀ ਹੋ ਗਈ। ਸਿੱਖਾਂ ਭਜਨ ਬਾਣੀ ਛੱਡ ਦਿੱਤਾ, ਸਿੱਖਾਂ ਕੰਜਰੀਆਂ ਰੱਖ ਲਈਆਂ, ਔਰਤਾਂ ਛੱਡ ਦਿੱਤੀਆਂ, ਮੁੰਡੇ ਰੱਖ ਲਏ, ਕੰਜਰੀਆਂ ਦੇ ਜਾਣ ਲੱਗ ਪਏ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲੇ ਹੀ ਸੌ ਸਾਡੀ ਦੇ ਲੈ ਗਏ ਸੀ, ਗਨਕਾ ਮੁਸਲੀ ਸੇਵਾ ਸਰਦਾਰ ਤਿੰਨ ਘਰ ਜਨਵੇ ਕੌਮ ਗਵਾਰ, ਸਰਦਾਰ ਕੰਜਰੀਆਂ ਮੁਸਲੀਆਂ ਸੇਵਣਗੇ, ਉਹਨਾਂ ਦੇ ਘਰ ਜੰਮਣ ਗਏ ਕਾਮੇ, ਕਿਉਂਕਿ ਉਹ ਵੀ ਤਾਂ ਵਿਚਾਰੀਆਂ ਨੇ ਨਾ ਬਚ ਸਕਦੀਆਂ, ਜਿਹੜੇ ਕਾਮੇ ਰਹਿੰਦੇ ਨੇ ਉਹਨਾਂ ਨਾਲ ਖਰਾਬ ਹੋਣਗੇ। ਉਸ ਹਾਲਤ ਵਿੱਚ ਸਤਿਗੁਰੂ ਰਾਮ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਕਿਉਂਕਿ ਗੁਰੂ ਗੋਬਿੰਦ ਨਾਨਕ ਦੇਵ ਨੇ ਕਰਨੀ ਨਵੇਂ ਦੇ ਲਿਖਿਆ, ਵਚਨ ਪਾਲ ਨਹੀਂ ਸਕਣਗੇ ਬਹੁਤ ਖਾਣਗੇ ਗਮ, ਫੇਰ ਕਰੂੰਗਾ ਖਾਲਸਾ ਦੂਸਰੀ ਵਾਰ ਖਾਲਸਾ ਪੈਦਾ ਕਰਾਂਗਾ। ਸਵੈਤ ਸਿੰਘ ਦਾ ਰੂਪ ਦਿਖਾਵਾ, ਚਿੱਟੇ ਬਸਤਰਾਂ ਵਾਲੇ ਹੋਣਗੇ, ਦਾਮਨ ਗਰਜ ਸ਼ਬਦ ਮੁੱਖੋਂ ਆਇਆ, ਉਹ ਸਮਾਂ ਆਇਆ। ਭਾਈ ਜਾਨ ਸਿੰਘ ਜੀ ਗਿਆਨੀ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਬਾਲਕ ਸਿੰਘ ਜੀ ਨੂੰ ਦਰਸ਼ਨ ਦਿੱਤਾ ਔਰ ਕਿਹਾ ਕਿ ਮੇਰਾ ਅਵਤਾਰ ਰਾਮ ਸਿੰਘ ਹੋਵੇਗਾ, ਐ ਭੈ ਗੁਰ ਦਸਮ ਦਰਸ ਦੈ ਜੋ ਕਹੋ ਤਾਂ ਹੈ, ਮੇਰੋ ਅਵਤਾਰ ਰਾਮ ਸਿੰਘ ਹੋਇਆ ਪਰ ਹੈ ਪਰੇ ਕਿਸੀ ਏਕ ਤਾਂ ਹੈ ਔਰ ਕਾਂ ਹੈ ਮਾਹ ਨਾ ਹੈ, ਨਿਜ ਸ਼ਬਦ ਰਖਾਈ ਗੁਰ ਵਾਕ ਦਿੜ ਥੇ ਕਰੇ, ਜਿਹੜੀ ਸ਼ਕਤੀ ਸੀ ਹੋਰ ਕਿਸੇ ਚ ਨਾ ਰੱਖੀ, ਕਿਉਂ ਕਿ ਗੁਰੂ ਦਾ ਹੁਕਮ ਸੀ ਗੁਰੂ ਗੋਬਿੰਦ ਸਿੰਘ ਦਾ ਕਿ ਮੇਰਾ ਰੂਪ ਹੋਣਗੇ ਠਾਕਰ ਆਉਣਗੇ, ਉਹ ਲੈਣਗੇ ਆਪਣੀ ਇਮਾਨਤ ਆ ਕੇ। ਖਾਲਸਾ ਰਾਜ ਸਮੇਂ ਸੰਨ 1841 ਈਸਵੀ ਅਤੇ 1898 ਵਿਕਰਮੀ ਨੂੰ ਕਵਰ ਨੌ ਨਿਹਾਲ ਸਿੰਘ ਵਾਲੀ ਅਰੇਂਜਮੈਂਟ ਪਿਸ਼ਾਵਰ ਜਾ ਰਹੀ ਸੀ, ਹਜ਼ਰੋ ਸਾਹਿਬ ਠਹਿਰੀ, ਜਿਸ ਵਿੱਚ ਸਤਿਗੁਰੂ ਰਾਮ ਸਿੰਘ ਜੀ ਵੀ ਸ਼ਾਮਲ ਸਨ। ਉਹ ਆਪਣੇ ਸਾਥੀਆਂ ਨਾਲ ਸਤਿਗੁਰੂ ਬਾਲਕ ਸਿੰਘ ਜੀ ਦੇ ਦਰਸ਼ਨ ਕਰਨ ਗਏ, ਜੋ ਅੱਗੋਂ ਉੱਠ ਕੇ ਮਿਲੇ ਅਤੇ ਆਖਿਆ, ਆਓ ਠਾਕਰ ਜੀ, ਅਸੀਂ ਆਪ ਜੀ ਦੀ ਇੰਤਜ਼ਾਰ ਕਰ ਰਹੇ ਹਾਂ। ਫਿਰ ਉਹਨਾਂ ਨੂੰ ਆਸਣ 'ਤੇ ਬਿਠਾ ਕੇ ਸਤਿਗੁਰੂ ਬਾਲਕ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਹੁਕਮ ਅਨੁਸਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ 5 ਪੈਸੇ ਅਤੇ ਨਾਰੀਅਲ ਅੱਗੇ ਰੱਖ ਕੇ ਗੁਰਗੱਦੀ ਦੀ ਅਮਾਨਤ ਸੌਂਪ ਦਿੱਤੀ। ਜਿਸਦੇ ਤੁਸੀਂ ਦਰਸ਼ਨ ਕਰ ਰਹੇ ਹੋ
ਇਹ ਅਕਾਲ ਬੰਗਾ ਸੀ ਸਤਿਗੁਰੂ ਰਾਮ ਸਿੰਘ ਜੀ ਦਾ ਤਪ ਅਸਥਾਨ ਹੈ। ਸਤਿਗੁਰੂ ਜੀ ਨੇ ਇੱਥੇ ਬਣੇ ਕੋਠੇ ਵਿੱਚ ਥੜੇ ਦੇ ਚਾਰ ਚਪੇਰੇ ਨਾਲੀ ਬਣਵਾਈ ਸੀ ਤਾਂ ਕਿ ਕੀੜਾ ਪਤੰਗਾ ਅੰਦਰ ਜਾ ਕੇ ਭਜਨ ਬੰਦਗੀ ਕਰਦਿਆਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਨਾ ਕਰੇ। ਇੱਥੇ ਸੱਚੇ ਪਾਤਸ਼ਾਹ ਜੀ ਨੇ 20 ਸਾਲ ਘੋਰ ਤਪੱਸਿਆ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ 12ਵੇਂ ਜਾਮੇ ਬਾਰੇ ਭਵਿਖਤ ਵਾਕ ਲਿਖਦੇ ਹਨ, ਗੁਰਿੰਡਨਾਮਾ ਪਾਤਸ਼ਾਹੀ 10ਵੀਂ ਥਿਤ ਕਸ਼ਟਮੀ ਸੁਰਗੁਰ ਵਾਰਾ ਅਸਮੰਤ ਨਗਰ ਸਤਨੁਦ ਕਨਾਰਾ ਰਾਮ ਸਿੰਘ ਮੇਰੋ ਹੋਏ ਨਾਮਾ ਵਾਢੀ ਸੁਦ ਪੈਣੀ ਕੋ ਤਾਮਾ ਦੁਆਦਸ਼ ਪੁਰਖ ਹੈ ਆਦਿ ਸੇ ਸਭ ਹਨ ਕੇ ਸਿਰ ਮੌਰ ਸ਼ਕਤ ਅਨੰਤੀ ਆਏ ਹੈ ਆਦਿ ਇਹ ਨਹੀਂ ਔਰ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਿੰਡਨਾਮੇ ਪਾਤਸ਼ਾਹੀ 10ਵੀਂ ਵਿੱਚ ਲਿਖਦੇ ਹਨ ਕਿ ਕਲ ਯੁਗ ਮੈਂ ਸਤਯੁਗ ਵਰਤਾਉਂ ਤਵੀ ਬਾਰ ਮਾਂ ਬਾਪ ਕਹਾਉਂ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ, ਪਾਏ ਇਹ ਹੁਕਮ ਪਰਮੇਸ਼ ਕਾ ਵਿਸ਼ੇਸ਼ ਫਿਰ ਰਾਮ ਮਰਗੇਸ਼ ਉਪਦੇਸ਼ ਦੇਣ ਲਾਗਿਓ ਹੁੱਕੇ ਛਡਵਾਏ ਰਖਵਾਏ ਕੇ ਸਮੋਨਿਓ ਕੇ ਸੁਧਾ ਸ਼ੱਕ ਥਾਏ ਸਿੱਖ ਭਾਗ ਜਿਨੇ ਜਾਗਿਓ ਫੈਲਿਓ ਜਸ ਪਾਰੀ ਸਿੱਖ ਥੀਏ ਤਾਂ ਕੇ ਉਪਾਰੀ ਸਿੰਘ ਪੰਥ ਵਿਰਦਾਇਓ ਨਾਮ ਰਸ ਪਾਗਿਓ ਫੀਮ ਭੰਗ ਪੋਸਤ ਸ਼ਰਾਬ ਮਾਸ ਚੋਰੀ ਯਾਰੀ ਠੱਗੀ ਤਾਈ ਥੀਏ ਸੰਤ ਸਤਯੁਗ ਆ ਗਿਓ। ਸੀ ਸਤਿਗੁਰ ਪ੍ਰਤਾਪ ਸਿੰਘ ਜੀ ਦਾ ਪਵਿੱਤਰ ਉਪਦੇਸ਼। ਸਾਰੀ ਧਰਤੀ ਤੋਂ ਗਊ ਦਾ ਦੁੱਖ ਮਿਟਾਉਣਾ ਹੈ। ਗੁਰਿੰਡਨਾਮੇ ਵਿੱਚ ਉਸਨੂੰ ਅਗਰ ਦੇਖਿਆ ਜਾਏ ਪੜ੍ਹਿਆ ਜਾਏ ਪਤਾ ਲੱਗਦਾ ਹੈ ਕੁਛ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹਨ, ਜਾਮੇ ਧਾਰੇ ਦਸ ਗੁਰੂ ਨਵ ਸਤ ਕਲਾ ਸੁਧਾਰ, ਦਸ ਜਾਮੇ 16 ਕਲਾ ਸੰਪੂਰਨ ਧਾਰੇ, ਗੁਪਤਿਆਵਾਂ ਖੇਲ ਸੀ ਕੋਈ ਨਾ ਪਾਵੇ ਪਾਰ। ਇੱਕ ਦਿਨ ਸਤਿਗੁਰ ਰਾਮ ਸਿੰਘ ਜੀ ਦੇ ਛੋਟੇ ਭਰਾ ਬਾਬਾ ਬੁੱਧ ਸਿੰਘ ਜੀ, ਸਤਿਗੁਰ ਹਰੀ ਸਿੰਘ ਜੀ ਜੋ ਪਹਿਲਾਂ ਸਤਿਗੁਰ ਰਾਮ ਸਿੰਘ ਜੀ ਦੇ ਧਰਮ ਪ੍ਰਚਾਰ ਆਦਿਕ ਵੱਲ ਧਿਆਨ ਨਹੀਂ ਸਨ ਦਿੰਦੇ, ਉਹ ਇੱਕ ਦਿਨ ਖੇਤਾਂ ਵਿੱਚੋਂ ਹਲ ਵਾਹ ਕੇ ਆਏ ਤਾਂ ਸਤਿਗੁਰ ਰਾਮ ਸਿੰਘ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਇਹ ਕਾਰ ਛੱਡ ਦਿਓ, ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕੋ, ਮਾਲਾ ਫੇਰੋ ਅਤੇ ਸੰਗਤ ਦੀ ਆਓ ਭਗਤ ਵੱਲ ਧਿਆਨ ਕਰੋ।
ਬਾਬਾ ਬੁੱਧ ਸਿੰਘ ਜੀ ਨੇ ਸਤ ਬਚਨ ਕਹਿ ਕੇ ਸਤਿਗੁਰਾਂ ਦਾ ਬਚਨ ਮੰਨ ਲਿਆ ਅਤੇ ਸੰਗਤ ਦੀ ਆਓ ਭਗਤ ਵੱਲ ਧਿਆਨ ਦੇਣ ਲੱਗੇ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਪੰਗੂਆਂ ਸਮੇਤ ਨਾ ਦਰਿਆ ਪਾਰ ਕਰ ਰਹੇ ਹਨ। ਸਤਿਗੁਰਾਂ ਦੀ ਜ਼ਾਹਰਾ ਕਰਾਮਾਤ ਦੇਖ ਕੇ ਬੇੜੀ ਵਿੱਚ ਸਵਾਰ ਹੋਏ ਲੋਕ ਅਤੇ ਮਲਾਹ ਹੈਰਾਨ ਹੋ ਰਹੇ ਹਨ ਕਿ ਇਹ ਕੋਈ ਰੱਬੀ ਅਵਤਾਰ ਹੀ ਹੋ ਸਕਦਾ ਹੈ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਬੀਬੀ ਸਾਹਿਬ ਕੌਰ ਅਤੇ ਉਸਦੇ ਪੁੱਤਰ ਨੂੰ ਅਗਨ ਭੇਟ ਕਰਕੇ ਬਖਸ਼ਣਾ, ਇਸ ਬਾਰੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਪਵਿੱਤਰ ਉਪਦੇਸ਼। ਗੰਗਾ ਦੇ ਕੰਢੇ ਉੱਤੇ ਮਾਈ ਸਾਬੋ ਬੱਦਰੀ ਵਾਲੀ ਨੂੰ ਉਹਦੇ ਪੁੱਤਰ ਲਾਲ ਸਿੰਘ ਸਣੇ ਮੈਨੂੰ ਸੁਭਾਗ ਪ੍ਰਾਪਤ ਹੋਇਆ, ਉਸ ਮਾਤਾ ਦਾ ਦਰਸ਼ਨ ਕੀਤਾ, 111 ਸਾਲ ਦੀ ਹੋ ਕੇ ਮਾਈ ਦਾ ਸਰੀਰ ਚੱਲਿਆ। ਉਹ ਲਾਲ ਸਿੰਘ ਜਿਹੜਾ ਉਹਦਾ ਪੁੱਤਰ ਸੀ ਉਹਨੂੰ ਵੀ ਮੈਂ ਚੰਗੀ ਤਰ੍ਹਾਂ ਦੇਖਦਾ ਰਿਹਾ। ਮਹਾਤਾ ਗੋਦੀ ਵਿੱਚ ਮਾਈ ਜਿਹੜਾ ਨਿਰਮਲੇ ਸੰਤਾਂ ਨੂੰ ਮਿਲ ਕੇ ਕਹਿੰਦੀ ਸੀ ਇਹ ਅਮਰ ਹੈ ਆਤਮਾ, ਪਰ ਕਹਿੰਦੀ ਸੀ ਸਤਿਗੁਰ ਕਹਿੰਦੇ ਸੀ ਤੇਰੀ ਕਥਨੀ ਹੈ ਅਜੇ, ਤੇਰੀ ਕਹਾਣੀ ਨਹੀਂ ਹੋਈ। ਗੰਗਾ ਦੇ ਕੰਢੇ ਉੱਤੇ ਬਣਾ ਕੇ ਚਿਖਾ ਉੱਤੇ ਬਹਾ ਦਿੱਤੀ ਮਾਈ, ਲਾ ਦਿੱਤੀ ਅੱਗ, ਲੱਗੀ ਮੱਛਣ। ਤਾਂ ਮਾਈ ਦੇ ਚਿੱਤ ਚ ਖਿਆਲ ਆਇਆ ਕਿ ਮੈਂ ਪੁੱਤਰ ਨੂੰ ਤੇ ਬਾਹਰ ਸੁੱਟ ਰਿਹਾ, ਗੋਦੀ ਚ ਪੁੱਤਰ ਸੀ ਤੇ ਬਾਹਰੋਂ ਖਲੋਤੇ ਆ ਰਹੇ, ਸੁੱਟ ਖਾ ਪੁੱਤਰ ਨੂੰ ਬਾਹਰ, ਜੇ ਨਹੀਂ ਜੇ ਨਾਲ ਇਹਦਾ ਢਿੱਡ ਨਾ ਪਾੜ ਦਿੱਤਾ। ਉਹਦੇ ਮਨ ਵਿੱਚ ਆਈ ਫਿਰ ਉਸ ਮਾਈ ਨੇ ਉਹ ਅੱਗ ਮੱਛੀ ਜਲੀ, ਕਹਿਣ ਲੱਗੀ ਮੇਰੇ ਉੱਤੇ ਇਸ ਤਰ੍ਹਾਂ ਕੰਬਲ ਲਈ ਹੋਈ। ਜਿਸ ਵੇਲੇ ਅੱਗ ਮੱਚੀ ਉੱਤੋਂ ਦੀ ਅੱਗ ਲੱਗੀ ਡਿੱਗਣ ਤੇ ਮੈਂ ਜੇ ਚਿੱਤ ਚ ਦੇਖਿਆ ਮੈਂ ਕਿ ਇਉਂ ਕਰਕੇ ਕੰਬਲ ਹਿਲਾਈ, ਹਿਲਾਈ ਤੇ ਕੋਲੇ ਉੱਤੋਂ ਡਿੱਗ ਪਏ ਤੇ ਕੰਬਲ ਦੇ ਵਾਲ ਬਾਹਰ ਨੇ ਨਾ ਸਿਰੇ, ਫਿਰ ਮੇਰੇ ਚਿੱਤ ਨੂੰ ਨਿਸ਼ਚਾ ਹੋ ਗਿਆ ਵੀ ਮੈਂ ਹੁਣ ਨਹੀਂ ਚੜ੍ਹ। ਹਰਿਦੁਆਰ ਦੇ ਕੁੰਭ ਸਮੇਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੰਗਤ ਦੀ ਪ੍ਰੀਖਿਆ ਲੈ ਰਹੇ ਹਨ। ਇੱਕ ਪਾਸੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਤੇ ਦੂਜੇ ਪਾਸੇ ਸਾਰੀ ਸੰਗਤ ਦਾ ਅੱਗ ਲੱਗੀ ਗੇਲੀ ਨੂੰ ਚੁੱਕਣਾ ਤੇ ਉਸਦਾ ਚੁੱਕਿਆ ਨਾ ਜਾਣਾ, ਇਸ ਪ੍ਰਕਾਰ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖ ਸੰਗਤ ਦੀ ਪ੍ਰੀਖਿਆ ਲੈ ਕੇ ਸਿੱਧ ਕਰ ਦਿੱਤਾ ਕਿ ਸੰਗਤ ਸਤਿਗੁਰੂ ਦਾ ਸਥਾਨ ਨਹੀਂ ਲੈ ਸਕਦੀ। ਜਿਹੜੀ ਗੇਲੀ ਸੰਗਤ ਤੋਂ ਨਾ ਚੁੱਕੀ ਗਈ ਉਹ ਸਤਿਗੁਰਾਂ ਨੇ ਗੁਰੂ ਹਰੀ ਸਿੰਘ ਜੀ ਨੂੰ ਸੱਦ ਕੇ ਕਿਹਾ ਕਿ ਆ ਭਾਈ ਇਹ ਤੇਰਾ ਮੇਰਾ ਹੀ ਕੰਮ ਹੈ, ਮੇਰੀ ਕਾਰ ਨੂੰ ਤੂੰ ਹੀ ਸੰਭਾਲ ਸਕੇਗਾ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸ਼ਿਕਾਰੀ ਦੇ ਪਿੰਜਰੇ ਚੋਂ ਨਿਰਦੋਸ਼ ਪੰਛੀਆਂ ਨੂੰ ਆਜ਼ਾਦ ਕਰਵਾ ਰਹੇ ਹਨ। ਸਤਿਗੁਰੂ ਰਾਮ ਸਿੰਘ ਜੀ ਨੇ ਧਰਮ ਪ੍ਰਚਾਰ ਦੌਰਿਆਂ ਦੇ ਸਮੇਂ ਉਹਨਾਂ ਅਨੇਕ ਮਨਮੁੱਖਾਂ ਨੂੰ ਗੁਰਮੁਖ ਬਣਾਇਆ ਜਿਨ੍ਹਾਂ ਦਾ ਆਹਾਰ ਮਾਸ ਅਤੇ ਸ਼ਰਾਬ ਸੀ। ਆਪ ਜੀ ਨੇ ਉਹਨਾਂ ਨੂੰ ਸੱਚ ਦਾ ਮਾਰਗ ਦਰਸਾਇਆ ਅਤੇ ਜੀਵਤ ਮਰੈ ਤਾਂ ਸਭ ਕੁਛ ਸੂਝੈ, ਅੰਤਰ ਜਾਣੇ ਸਰਬ ਦਇਆ, ਨਾਨਕ ਤਾਂ ਕੋ ਮਿਲੇ ਵਡਾਈ, ਆਪ ਪਛਾਣੇ ਸਰਬ ਜੀਆ ਦੀ ਸਿੱਖਿਆ ਦੇ ਕੇ ਉਹਨਾਂ ਦੇ ਪਿੰਜਰਿਆਂ ਵਿੱਚੋਂ ਨਿਰਦੋਸ਼ ਪੰਛੀਆਂ ਅਤੇ ਹੋਰ ਜੀਵਾਂ ਨੂੰ ਆਜ਼ਾਦ ਕਰਵਾਇਆ। ਇਸੇ ਤਰ੍ਹਾਂ ਅਕਾਲ ਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਵਿੱਤਰ ਉਪਦੇਸ਼ ਵਿੱਚ ਆਉਂਦਾ ਹੈ ਕਿ ਕਈਆਂ ਦੇ ਘਰਾਂ ਵਿੱਚ ਪਿੰਜਰਿਆਂ ਦੇ ਵਿੱਚ ਤੋਤੇ ਰੱਖੇ ਹੋਏ ਹੁੰਦੇ ਹਨ। ਜੇਕਰ ਸਾਨੂੰ ਕੋਈ ਪਿੰਜਰੇ ਵਿੱਚ ਪਾ ਦੇਵੇ ਸੋਹਣਾ ਦੇਖ ਕੇ ਤਾਂ ਸਾਡੀ ਕੀ ਹਾਲਤ ਹੋਵੇਗੀ।
ਸਭ ਜੀਆਂ 'ਤੇ ਤਰਸ ਕਰਿਆ ਕਰੋ, ਉਹਨਾਂ ਨੂੰ ਛਡਾ ਦਿਆ ਕਰੋ। 1858 ਈਸਵੀ ਵਿੱਚ ਭਾਈ ਰਾਏ ਸਿੰਘ ਨੂੰ ਸਿੱਖੀ ਦੀ ਰਹਿਤ ਮਰਿਆਦਾ ਦੀ ਰੀਤ ਲੈਣ ਵਾਸਤੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਹਜ਼ੂਰ ਸਾਹਿਬ ਭੇਜਿਆ। ਰਸਤੇ ਵਿੱਚ ਮੱਧ ਪ੍ਰਦੇਸ਼ ਦੇ ਭਿਆਨਕ ਜੰਗਲ ਲੰਘਣ ਸਮੇਂ ਇੱਕ ਹੋਰ ਸਾਥੀ ਵੀ ਇਸ ਦੇ ਨਾਲ ਰਲ ਗਿਆ। ਰਾਤ ਸ਼ੇਰ ਦੇ ਡਰ ਕਾਰਨ ਭਾਈ ਰਾਏ ਸਿੰਘ ਨੇ ਸਾਥੀ ਨੂੰ ਕਿਹਾ ਕਿ ਆਪਾਂ ਨੂੰ ਚੌਂਕੀ ਵਿੱਚ ਜਾ ਕੇ ਰਹਿਣਾ ਚਾਹੀਦਾ ਹੈ। ਨਾਲ ਦੇ ਸਾਥੀ ਨੇ ਕਿਹਾ ਕਿ ਤੂੰ ਸਿੱਖ ਹੋ ਕੇ ਸ਼ੇਰ ਤੋਂ ਡਰਦਾ ਹੈ। ਹੁਣ ਉਹਨਾਂ ਦੋਹਾਂ ਨੇ ਜੰਗਲ ਵਿੱਚ ਹੀ ਡੇਰਾ ਕਰ ਲਿਆ। ਰਾਤ ਨੂੰ ਸ਼ੇਰ ਆ ਪਿਆ ਅਤੇ ਨਾਲ ਦੇ ਸਾਥੀ ਨੂੰ ਸ਼ੇਰ ਨੇ ਮਾਰ ਦਿੱਤਾ। ਭਾਈ ਰਾਏ ਸਿੰਘ ਨੇ ਇੱਕ ਮਨ ਚਿੱਤ ਹੋ ਕੇ ਸਤਿਗੁਰੂ ਰਾਮ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਬਚਾਓ। ਸਤਿਗੁਰੂ ਰਾਮ ਸਿੰਘ ਜੀ ਘੋੜੀ 'ਤੇ ਸਵਾਰ ਹੋ ਕੇ 800 ਕੋਸ ਤੋਂ ਪਵਨ ਰੂਪ ਹੋ ਕੇ ਅੱਖ ਦੇ ਫੋਰੇ ਵਿੱਚ ਉਸ ਥਾਂ ਪਹੁੰਚੇ ਜਿੱਥੇ ਭਾਈ ਰਾਏ ਸਿੰਘ ਨੇ ਯਾਦ ਕੀਤਾ ਸੀ। ਸਤਿਗੁਰਾਂ ਕਿਹਾ, ਤੂੰ ਕਿਉਂ ਡਰਦਾ ਹੈ? ਸਤਿਗੁਰ ਤੇਰੇ ਅੰਗ ਸੰਗ ਹਨ। ਤੁਸੀਂ ਜਾ ਕੇ ਚੌਂਕੀ ਵਿੱਚ ਆਰਾਮ ਕਰੋ। ਸ਼ੇਰ ਦਾ ਇਸ ਨਾਲ ਪਿਛਲਾ ਹਿਸਾਬ ਸੀ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸਮਾਜਿਕ ਬੁਰਾਈਆਂ ਨੂੰ ਅਤੇ ਗੁਲਾਮ ਭਾਰਤ ਨੂੰ, ਜਿਸ ਵਿੱਚ ਸਿੱਖਾਂ ਨੂੰ ਧਰਮ ਤੋਂ ਪਤਿਤ ਕੀਤਾ ਜਾ ਰਿਹਾ ਸੀ, ਸ੍ਰੀ ਸਤਿਗੁਰੂ ਰਾਮ ਸਿੰਘ ਮਹਾਰਾਜ ਜੀ ਨੇ 1857 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਸਿੱਖੀ ਨੂੰ ਮੁੜ ਸੁਰਜੀਤ ਕੀਤਾ। ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਤਿਗੁਰੂ ਰਾਮ ਸਿੰਘ ਜੀ ਨੇ ਸੰਤ ਖਾਲਸਾ ਸਾਜਿਆ, ਜਿਸ ਵਿੱਚ ਸਿੱਖੀ ਰਹਿਤ, ਗਊ ਗਰੀਬ ਅਤੇ ਭਾਰਤ ਦੀ ਆਜ਼ਾਦੀ ਦਾ ਪਿਆਰ ਸਿੱਖਾਂ ਅਤੇ ਲੋਕਾਂ ਵਿੱਚ ਪੈਦਾ ਕੀਤਾ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਮਹਾਰਾਜ ਸੁਤੰਤਰਤਾ ਸੰਗਰਾਮ ਦੇ ਮੋਢੀ ਸਭਨ ਕੇ ਸਿਰ ਮੌਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸਭ ਤੋਂ ਪਹਿਲੇ 1857 ਈਸਵੀ ਦੀ ਵਿਸਾਖੀ ਨੂੰ ਸੰਤ ਖਾਲਸਾ ਸਾਜਨਾ ਕਰਕੇ ਗਫਲਤ ਦੀ ਖੂਬਸੂਰਤੀ ਨੀਂਦ 'ਚੋਂ ਲੁਕਾਈ ਨੂੰ ਜਗਾ ਕੇ ਅੰਗਰੇਜ਼ ਹਕੂਮਤ ਤੋਂ ਭਾਰਤ ਆਜ਼ਾਦ ਕਰਾਉਣ ਦਾ ਬੀੜਾ ਚੁੱਕਿਆ। ਕਲਯੁਗ ਮੇਂ ਸਤਯੁਗ ਵਰਤਾਊਂ, ਕਭੀ ਬਾਰ ਮਾਂ ਬਾਪ ਕਹਾਊਂ, ਗੁਰਿੰਡ ਨਾਵਾਂ ਪਾਤਸ਼ਾਹੀ ਦਸਵੇਂ। ਇੱਥੇ ਸੀ ਸਤਿਗੁਰੂ ਰਾਮ ਸਿੰਘ ਜੀ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਦੀ ਮਰਿਆਦਾ ਸ਼ੁਰੂ ਕਰ ਰਹੇ ਹਨ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਪਿੰਡ ਸਿਆਹ, ਜ਼ਿਲ੍ਹਾ ਲੁਧਿਆਣਾ, ਸੰਨ 1863 ਈਸਵੀ ਵਿੱਚ ਸੰਮਤ 1920 ਬਿਕਰਮੀ ਜੇਠ ਦੀ ਪੂਰਨਮਾਸ਼ੀ ਵਾਲੇ ਦਿਨ ਬੀਬੀਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੀ। ਯਾਦ ਰਹੇ, ਇਸ ਤੋਂ ਪਹਿਲਾਂ ਮਾਈਆਂ ਬੀਬੀਆਂ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦਾ ਅਧਿਕਾਰੀ ਨਹੀਂ ਸਮਝਿਆ ਜਾਂਦਾ ਸੀ ਅਤੇ ਦਸਮ ਪਾਤਸ਼ਾਹ ਜੀ ਨੇ 1699 ਈਸਵੀ ਦੀ ਵਿਸਾਖੀ ਸਮੇਂ ਬੀਬੀਆਂ ਨੂੰ ਅੰਮ੍ਰਿਤ ਨਹੀਂ ਛਕਾਇਆ ਸੀ। ਇਹ ਅਧਿਕਾਰੀ ਬੀਬੀਆਂ ਨੂੰ ਸਿਰਫ ਸਤਿਗੁਰੂ ਰਾਮ ਸਿੰਘ ਜੀ ਨੇ ਹੀ ਬਖਸ਼ੀ ਹੈ ਜੀ। ਇੱਥੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਅਨੰਦ ਮਰਜ਼ਾਦਾ ਦੀ ਰੀਤ ਸ਼ੁਰੂ ਕਰਦੇ ਹਨ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖਾਂ ਨੂੰ ਫੋਕੇ ਵਹਿਮਾਂ ਭਰਮਾਂ ਤੋਂ, ਬ੍ਰਾਹਮਣਾਂ ਦੇ ਕਰਮਕਾਂਡ ਤੋਂ ਬਚਾਉਣ ਲਈ ਸਿੱਖ ਇਤਿਹਾਸ ਵਿੱਚ
ਪਹਿਲੀ ਵਾਰ ਆਨੰਦ ਕਾਰਜ ਦੀ ਰਸਮ ਪਿੰਡ ਕੋਟੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ 3 ਜੂਨ 1863 ਈਸਵੀ ਜੇਠ ਸੁਦੀ 10 ਸੰਮਤ 1920 ਬਿਕਰਮੀ ਨੂੰ ਸ੍ਰੀ ਆਦਿ ਗ੍ਰੰਥ ਸਾਹਿਬ ਤੋਂ 4 ਨਾਵਾਂ ਦਾ ਪਾਠ ਪੜ੍ਹ ਕੇ ਹਮਨ ਦੁਆਲੇ 6 ਅੰਤਰਜਾਤੀ ਵਿਆਹ ਕੀਤੇ। ਇਸ ਨਵੀਂ ਮਰਯਾਦਾ ਤੋਂ ਉਸ ਸਮੇਂ ਬ੍ਰਹਿਮੰਡ ਲੋਕ ਬਹੁਤ ਦੁਖੀ ਹੋਏ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਪਵਿੱਤਰ ਉਪਦੇਸ਼। ਸਤਿਗੁਰੂ ਨੇ ਜਦੋਂ ਪਹਿਲੇ ਦਿਨ ਆਨੰਦ ਕੀਤੇ 1919 ਬਿਕਰਮੀ ਵਿੱਚ 4 ਜੂਨ 1863 ਈਸਵੀ ਨੂੰ ਕੋਟਿਆਂ ਵਿੱਚ 6 ਉਧਰ ਜਾਤ ਪਾਤ ਤੋੜ ਕੇ ਕੀਤੇ। ਦਰਗੀਆਂ ਦੀ ਲੜਕੀ ਜੱਟਾਂ ਦੇ ਆ, ਜੱਟਾਂ ਦੀ ਰੋੜਿਆਂ ਦੇ ਆ, ਰੋੜਿਆਂ ਦੀ ਨਾਈਆਂ ਦੇ ਆ, ਨਾਈਆਂ ਦੀ ਚਿਵੜਾਂ ਦੇ ਆ, ਕੋਈ ਨੀ ਫਰਕ ਰਹਿਣ ਦਿੰਦਾ। ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਜਿਹਨਾਂ ਨੂੰ ਅੰਮ੍ਰਿਤ ਛਕਾਇਆ, ਖੱਤਰੀ ਜੱਟ ਛੀਂਬਾ ਨਾਈ ਜੀਗੁਰ ਪੰਜਾਂ ਨੂੰ ਇਕੱਠੇ ਕਰਕੇ ਅੰਮ੍ਰਿਤ ਛਕਾਇਆ, ਉਸ ਚੀਜ਼ ਨੂੰ ਸਤਿਗੁਰਾਂ ਨੇ ਪੂਰਨ ਕਰਕੇ ਦਿਖਾਇਆ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਨੂਰਾਨੀ ਦਰਸ਼ਨ 1857 ਈਸਵੀ ਦੀ ਵਿਸਾਖੀ ਤੇ ਸੰਤ ਖਾਲਸਾ ਦੀ ਸਾਜਨਾ ਤੋਂ ਬਾਅਦ ਗੁਰੂ ਰਾਮ ਸਿੰਘ ਜੀ ਨੇ ਲੋਕਾਈ ਵਿੱਚ ਜਾਗਰਤ ਲਿਆਉਣ ਲਈ ਥਾਂ ਥਾਂ ਵੱਖ ਵੱਖ ਇਲਾਕਿਆਂ ਵਿੱਚ ਧਰਮ ਪ੍ਰਚਾਰ ਕਰਨ ਲਈ ਦੌਰੇ ਕਰਨੇ ਸ਼ੁਰੂ ਕੀਤੇ। ਉਹਨਾਂ ਦੇ ਦਰਸ਼ਨ ਕਰਨ ਨਿਹੰਗ ਸਿੰਘ, ਉਦਾਸੀ ਸਿੰਘ ਅਤੇ ਹੋਰ ਵੀ ਅਨੇਕਾਂ ਮਤਾਂ ਦੇ ਪ੍ਰਾਣੀ ਆਉਂਦੇ। ਸੱਚੇ ਪਾਤਸ਼ਾਹ ਜੀ ਜਿਸਦੇ ਵੀ ਕੰਨ ਵਿੱਚ ਭਜਨ ਦੱਸ ਦਿੰਦੇ, ਉਹ ਦੀਵਾਨ ਵਿੱਚ ਹੀ ਸੁਧ ਬਸੁਧ ਗੁਆ ਕੇ ਲੋਟ ਪੋਟ ਹੋ ਜਾਂਦਾ। ਮਹਾਤਮਾ ਹੁਕਮ ਕੌਰ ਜੀ ਨੂੰ ਨਾਮਧਾਰੀ ਇਤਿਹਾਸ ਵਿੱਚ ਮਾਈ ਹੁਕਮੀ ਅਤੇ ਮਾਈ ਮਹਾਤਮਾ ਜੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਉਹਨਾਂ ਦਾ ਜਨਮ ਪਿੰਡ ਵਰਾ ਜ਼ਿਲ੍ਹਾ ਅੰਮ੍ਰਿਤਸਰ ਦਾ ਸੀ। ਸਤਿਗੁਰੂ ਰਾਮ ਸਿੰਘ ਜੀ ਨੇ ਉਹਨਾਂ ਨੂੰ ਸੂਬਾ ਥਾਪਿਆ। ਉਹ ਮਰਦਾਨੀ ਬਸਤਾਂ ਵਿੱਚ ਹੀ ਰਹਿ ਕੇ ਸਾਰੀ ਉਮਰ ਸਤਿਗੁਰੂ ਰਾਮ ਸਿੰਘ ਜੀ ਦੇ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ। ਮਾਈ ਮਹਾਤਮਾ ਜੀ ਨੂੰ ਅੰਗਰੇਜ਼ ਸਰਕਾਰ ਨੇ ਕੁਝ ਸਮਾਂ ਫਿਰੋਜ਼ਪੁਰ ਜੇਲ੍ਹ ਵਿੱਚ ਵੀ ਰੱਖਿਆ ਸੀ, ਪਰੰਤੂ ਉਹ ਨਿਡਰ ਹੋ ਕੇ ਸਤਿਗੁਰਾਂ ਦੇ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ। ਮਾਨਾ ਵਾਲੇ ਹੋਲਾ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ 6 ਹੋਲੇ ਨਾਮਧਾਰੀ ਜਗਤ ਨੇ ਮਨਾਏ। ਚੌਥਾ ਹੋਲਾ ਮਾਨਾ ਵਾਲੇ ਸੰਮਤ 1925 ਬਿਕਰਮੀ 1969 ਈਸਵੀ ਨੂੰ ਸਤਿਗੁਰਾਂ ਨੇ ਮਨਾਇਆ। ਆਪ ਜੀ ਹਾਥੀ ਦੇ ਸਵਾਰ ਸਨ ਅਤੇ ਹੋਰ ਸੂਬੇ ਘੋੜਿਆਂ 'ਤੇ ਸਵਾਰ ਹੋ ਕੇ ਸੰਗਤ ਸਮੇਤ ਹੋਲਾ ਮਹੱਲਾ ਦੀ ਸ਼ਾਨ ਵਧਾ ਰਹੇ ਸਨ। ਅਚਾਨਕ ਬਾਬਾ ਗਿਆਨੀ ਸਿੰਘ ਜੀ ਦੀ ਘੋੜੇ ਦੀ ਫੇਟ ਨਾਲ ਇੱਕ ਘੁਮਿਆਰੀ ਦਾ ਬੱਚਾ ਬੇਹੋਸ਼ ਹੋ ਗਿਆ। ਦੇਖਣ ਵਾਲਿਆਂ ਨੂੰ ਪਰਪੱਕ ਨੀਚਾ ਹੋ ਗਿਆ ਸੀ ਕਿ ਬੱਚਾ ਮਰ ਗਿਆ ਹੈ। ਘੁਮਿਆਰੀ ਬੀਬੀ ਦੇ ਕੀਰਨੀਆਂ ਨੇ ਸਾਰੀ ਸੰਗਤ ਵਿੱਚ ਹਲਚਲ ਮਚਾ ਦਿੱਤੀ। ਬੱਚੇ ਦੇ ਮਰਨ ਦੀ ਖਬਰ ਸਤਿਗੁਰਾਂ ਤੱਕ ਵੀ ਪਹੁੰਚੀ। ਘੱਟ ਘੱਟ ਦੇ ਜਾਣਨ ਹਾਰ ਸੀ ਸਤਿਗੁਰੂ ਜੀ ਆਪ ਉਸ ਜਗ੍ਹਾ ਆਏ ਜਿੱਥੇ ਉਹ ਬੱਚਾ ਬੇਸੁਰ ਹੋਇਆ ਪਿਆ ਸੀ। ਸਤਿਗੁਰਾਂ ਨੇ ਆਪਣਾ ਚਰਨ ਬੱਚੇ ਦੀ ਛਾਤੀ 'ਤੇ ਲਗਾਇਆ ਅਤੇ ਬੱਚਾ ਇੱਕਦਮ ਅੱਖਾਂ ਖੋਲ੍ਹ ਕੇ ਬੈਠ ਗਿਆ। ਸਭ ਪਾਸੇ ਖੁਸ਼ੀਆਂ ਹੋਣ ਲੱਗੀਆਂ। ਸਤਿਗੁਰਾਂ ਦੀ ਮਹਿਮਾ ਦੇ ਗੁਣ ਸੰਗਤ ਗਾਉਣ ਲੱਗੀ। ਹਰ ਪ੍ਰਾਣੀ ਦੇ ਮੂੰਹੋਂ ਇਹੋ ਹੀ ਸੁਣੀਦਾ ਸੀ, ਧੰਨ ਸਤਿਗੁਰੂ ਰਾਮ ਸਿੰਘ ਜੀ, ਧੰਨ ਸਤਿਗੁਰੂ ਰਾਮ ਸਿੰਘ ਜੀ, ਧੰਨ ਸਤਿਗੁਰੂ ਰਾਮ ਸਿੰਘ ਜੀ। ਇਸ ਫੋਟੋ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਗਤ ਦੇ ਤਾਰਨਹਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਅਤੇ ਸੂਬਾ ਲੱਖਾ ਸਿੰਘ ਜੀ ਅਤੇ ਸੂਬਾ ਸਾਹਿਬ ਸਿੰਘ ਜੀ ਘੋੜਿਆਂ 'ਤੇ ਹਨ, ਅਤੇ ਪੈਦਲ ਸੰਤ ਹੀਰਾ ਸਿੰਘ ਜੀ ਅਤੇ ਸੰਤ ਲਹਿਣਾ ਸਿੰਘ ਜੀ ਆਦਿ ਸ਼ਹੀਦਾਂ ਦਾ ਜਥਾ ਜਾ ਰਿਹਾ ਹੈ।
ਗੁਰਦੁਆਰਿਆਂ ਦੀ ਪਵਿੱਤਰਤਾ ਭੰਗ ਕਰਨ ਵਾਸਤੇ ਅੰਗਰੇਜ਼ਾਂ ਨੇ ਗੁਰਦੁਆਰਿਆਂ ਦੇ ਲਾਗੇ ਹੀ ਬੁੱਚੜਖਾਨੇ ਖੋਲ੍ਹੇ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਘੰਟਾ ਘਰ ਦੇ ਕੋਲ, ਇਸੇ ਤਰ੍ਹਾਂ ਹੀ ਰਾਏਕੋਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦੁਆਰੇ ਲਾਗੇ ਬੁੱਚੜਖਾਨਾ ਖੋਲ੍ਹਿਆ ਅਤੇ ਇੱਕ ਹੋਰ ਮਲੇਰਕੋਟਲੇ ਵੀ ਬੁੱਚੜਖਾਨਾ ਖੋਲ੍ਹਿਆ। ਨਾਮਧਾਰੀ ਸਿੰਘ ਇਹਨਾਂ ਪਵਿੱਤਰ ਅਸਥਾਨਾਂ ਦੀ ਵਿਆਪਦੀ ਸਹਾਰ ਨਾ ਸਕੇ। ਪਹਿਲੇ ਅੰਮ੍ਰਿਤਸਰ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਬੁੱਚੜਖਾਨਾ ਸੀ, ਉੱਥੇ ਦੇ ਬੁੱਚੜ ਮਾਰੇ ਅਤੇ ਗਊਆਂ ਦੇ ਰੱਸੇ ਖੋਲ੍ਹ ਕੇ ਗਊਆਂ ਨੂੰ ਛਡਾਇਆ। ਆਪ ਹਨੇਰੇ ਵਿੱਚ ਹੀ ਅਲੋਪ ਹੋ ਗਏ। ਅੰਗਰੇਜ਼ ਸਰਕਾਰ ਨੇ ਬੇਦੋਸ਼ੀਆਂ ਨੂੰ ਹੀ ਫੜ ਕੇ ਭੈੜੀਆਂ ਭੈੜੀਆਂ ਸਜਾਵਾਂ ਦੇਣੀਆਂ ਸ਼ੁਰੂ ਕੀਤੀਆਂ। ਇਹਨਾਂ ਵਿੱਚ ਅਕਾਲ ਬੁੰਗੇ ਦੇ ਪੁਜਾਰੀ ਅਤੇ ਨਿਹੰਗ ਸਿੰਘ ਵੀ ਸਨ। ਇਹਨਾਂ ਸਭਨਾਂ ਨੇ ਭੈੜੀਆਂ ਸਜਾਵਾਂ ਨਾ ਸਹਾਰਦੇ ਹੋਏ ਆਪਣਾ ਜੁਰਮ ਮੰਨ ਲਿਆ। ਜਿਹਨਾਂ ਨਾਮਧਾਰੀ ਸਿੰਘਾਂ ਨੇ ਇਹ ਕੰਮ ਕੀਤਾ ਸੀ ਉਹ ਸ੍ਰੀ ਭੈਣੀ ਸਾਹਿਬ ਪਹੁੰਚੇ ਅਤੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਕਿਹਾ ਕਿ ਅਸੀਂ ਜਦੋਂ ਦੇਖਿਆ ਕਿ ਕਾਂ ਇੱਲਾਂ ਮਾਸ ਦੀਆਂ ਬੋਟੀਆਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਵੱਲ ਚਲੇ ਜਾਂਦੇ, ਪਰਿਕਰਮਾ ਵਿੱਚ ਅਤੇ ਸਰੋਵਰ ਵਿੱਚ ਵੀ ਡਿੱਗਦੀਆਂ, ਹਰਿਮੰਦਰ ਸਾਹਿਬ ਦੇ ਉੱਪਰ ਵੀ ਜਾਨਵਰ ਲੈ ਜਾਂਦੇ, ਧਰਮ ਸਥਾਨ ਦੀ ਇਹ ਵਿਆਪਦੀ ਅਸੀਂ ਸਹਾਰ ਨਾ ਸਕੇ ਅਤੇ ਬੁੱਚੜ ਮਾਰੇ ਅਤੇ ਗਊਆਂ ਛਡਾਈਆਂ ਹਨ। ਅਸੀਂ ਹਨੇਰੇ ਵਿੱਚ ਹੀ ਗੁੰਮ ਹੋ ਗਏ ਸੀ। ਸਤਿਗੁਰ ਰਾਮ ਸਿੰਘ ਜੀ ਨੇ ਕਿਹਾ ਕਿ ਮਿਹਨਤ ਕੋਈ ਕਰੇ ਅਤੇ ਫਲ ਕੋਈ ਖਾਵੇ, ਇਹ ਗੱਲ ਠੀਕ ਨਹੀਂ ਹੈ, ਤੁਸੀਂ ਜਾ ਕੇ ਬਦੋਸ਼ੀਆਂ ਨੂੰ ਛਡਾਵੋ। ਨਾਮਧਾਰੀ ਕੁੱਕੇ ਸਿੰਘਾਂ ਨੇ ਆਪ ਆ ਕੇ ਅਦਾਲਤ ਵਿੱਚ ਕਿਹਾ ਜਿਹਨਾਂ ਨੂੰ ਤੁਸੀਂ ਬਹੁਤ ਦੁੱਖ ਦੇ ਕੇ ਮਨਾਇਆ ਹੈ ਅਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ, ਇਹ ਸਭ ਬਦੋਸ਼ੀ ਹਨ, ਇਹਨਾਂ ਨੂੰ ਛੱਡੋ, ਬੁੱਚੜਾਂ ਨੂੰ ਅਸੀਂ ਮਾਰਿਆ ਹੈ। ਜੱਜ ਨਹੀਂ ਸੀ ਮੰਨਦਾ ਕਿ ਇਹ ਸਾਧੂ ਆਦਮੀ ਹਨ, ਇਹ ਸਿਰਫ ਇਹਨਾਂ ਨੂੰ ਛਡਾਉਣਾ ਹੀ ਚਾਹੁੰਦੇ ਹਨ। ਕੁੱਕੇ ਸਿੰਘਾਂ ਨੇ ਬੁੱਚੜਾਂ ਨੂੰ ਮਾਰਨ ਦਾ ਪੂਰਾ ਸਬੂਤ ਦਿੱਤਾ, ਆਪਣੀਆਂ ਤਲਵਾਰਾਂ ਅਤੇ ਕੱਪੜੇ ਦੱਬੇ ਹੋਏ ਦਿਖਾਲੇ ਅਤੇ ਸਾਰੇ ਬਦੋਸ਼ੀਆਂ ਨੂੰ ਛਡਾਇਆ। ਜੱਜ ਨੇ ਕਿਹਾ ਤੁਹਾਡੀ ਕੋਈ ਮੰਗ ਹੈ? ਕੁੱਕੇ ਸਿੰਘਾਂ ਨੇ ਕਿਹਾ ਫਾਂਸੀ ਲਈ ਸਾਨੂੰ ਰੇਸ਼ਮ ਦਾ ਰੱਸਾ ਚਾਹੀਦਾ ਹੈ, ਤੰਦੀ ਦਾ ਨਹੀਂ, ਦੂਸਰੇ ਸਾਨੂੰ ਕੋਈ ਹੱਥ ਨਾ ਲਾਵੇ, ਅਸੀਂ ਆਪ ਫਾਂਸੀ ਲਵਾਂਗੇ। ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚੋਂ ਸੰਤ ਲਹਿਣਾ ਸਿੰਘ, ਸੰਤ ਫਤਿਹ ਸਿੰਘ, ਸੰਤ ਹਾਕਮ ਸਿੰਘ, ਸੰਤ ਬੇਲਾ ਸਿੰਘ, ਇਹਨਾਂ ਚੌਹਾਂ ਸਿੰਘਾਂ ਨੇ ਇਸ਼ਨਾਨ ਕਰਕੇ ਢੋਲਕੀ ਛੈਣਿਆਂ ਨਾਲ ਸ਼ਬਦ ਪੜ੍ਹਦੇ ਹੋਏ ਜਾਂਦੇ ਹਨ, ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸਰਨ ਸਾੜੀ ਜੀਓ। ਇਹ ਸ਼ਬਦ ਪੜ੍ਹਦੇ ਹੋਏ ਫਾਂਸੀ ਵਾਲੀ ਜਗ੍ਹਾ ਪਹੁੰਚੇ ਅਤੇ ਫਾਂਸੀ ਦੇ ਰੱਸੇ ਆਪ ਹੀ ਗਲਾਂ ਵਿੱਚ ਪਾ ਕੇ 15 ਸਤੰਬਰ 1871 ਨੂੰ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸੇ ਤਰ੍ਹਾਂ ਰਾਏਕੋਟ ਵਿੱਚ ਤਿੰਨ ਕੁੱਕੇ ਸਿੰਘਾਂ ਨੂੰ ਸੰਤ ਮੰਗਲ ਸਿੰਘ, ਸੰਤ ਗੁਰਮੁਖ ਸਿੰਘ, ਸੰਤ ਮਸਾਨ ਸਿੰਘ ਜੀ ਨੂੰ ਸ਼ਰੇਆਮ ਇੱਕ ਦਰਖਤ ਨਾਲ 5 ਅਗਸਤ 1871 ਨੂੰ ਫਾਂਸੀ ਦਿੱਤਾ ਗਿਆ। ਇਸੇ ਤਰ੍ਹਾਂ ਹੀ ਬੁੱਚੜਾਂ ਦੇ ਹੱਥੋਂ ਗਊਆਂ ਛਡਾਉਣ ਦੇ ਜ਼ੁਰਮ ਵਿੱਚ ਹੀ ਸੰਤ ਰਤਨ ਸਿੰਘ ਅਤੇ ਗਿਆਨੀ ਰਤਨ ਸਿੰਘ ਜੀ ਨੂੰ ਲੁਧਿਆਣੇ ਸੈਂਟਰ ਜੇਲ੍ਹ ਦੇ ਬਾਹਰ ਸ਼ਰੇਆਮ 26 ਨਵੰਬਰ 1871 ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਦੇਸ਼ ਦੀ ਆਜ਼ਾਦੀ ਦੀ ਪ੍ਰਾਪਤੀ ਲਈ ਪਹਿਲੀ ਵਾਰ ਅੰਗਰੇਜ਼ ਹਕੂਮਤ ਨਾਲ ਟੱਕਰ ਲੈਣ ਲਈ ਇੱਕ ਨਵਾਂ ਅੰਦੋਲਨ ਸ਼ੁਰੂ ਕੀਤਾ। ਉਸ ਅੰਦੋਲਨ ਦਾ ਨਾਮ ਸੀ ਅੰਗਰੇਜ਼ ਹਕੂਮਤ ਦੀ ਹਰ ਚੀਜ਼ ਦਾ ਬਾਈਕਾਟ ਕਰਨਾ। ਨਾਮਧਾਰੀਆਂ ਨੇ ਅੰਗਰੇਜ਼ ਦੀ ਹਰ ਵਸਤੂ ਦਾ ਬਾਈਕਾਟ ਕੀਤਾ। ਅੰਗਰੇਜ਼ ਦੇ
ਬਣੀ ਹੋਈ ਗੱਡੀ ਤੇ ਕੋਈ ਨਾ ਚੜ੍ਹੇ, ਅੰਗਰੇਜ਼ ਦੀ ਬਣੀ ਹੋਈ ਖੰਡ ਕੋਈ ਨਾ ਖਾਵੇ, ਅੰਗਰੇਜ਼ ਦੀ ਬਣੀ ਹੋਈ ਸੜਕ ਤੇ ਕੋਈ ਨਾ ਚੜ੍ਹੇ, ਅੰਗਰੇਜ਼ ਦਾ ਬਣਿਆ ਹੋਇਆ ਕੱਪੜਾ ਕੋਈ ਨਾ ਪਹਿਨੇ, ਅੰਗਰੇਜ਼ ਦੀ ਬਣੀ ਹੋਈ ਅਦਾਲਤ ਵਿੱਚ ਕੋਈ ਨਾ ਜਾਵੇ। ਸਤਿਗੁਰੂ ਜੀ ਨੇ ਡਾਕ ਵਿਭਾਗ ਵੀ ਆਪਣਾ ਚਾਲੂ ਕੀਤਾ ਸੀ, ਜਿਸ ਤੋਂ ਅੰਗਰੇਜ਼ ਹਕੂਮਤ ਬਹੁਤ ਘਬਰਾ ਗਈ ਸੀ। ਇਉਂ ਆਜ਼ਾਦੀ ਦੀ ਪ੍ਰਾਪਤੀ ਦੀ ਪਹਿਲੀ ਜੱਦੋ ਜਹਿਦ ਦੀ ਲਹਿਰ ਸ੍ਰੀ ਭੈਣੀ ਸਾਹਿਬ ਤੋਂ ਚੱਲੀ। ਸੂਬਾ ਸਾਹਿਬ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਮੁੱਖ ਸੂਬਿਆਂ ਵਿੱਚੋਂ ਸਨ। ਸਰਕਾਰੀ ਕਾਗਜ਼ਾਂ ਵਿੱਚ ਉਹਨਾਂ ਨੂੰ ਸਤਿਗੁਰੂ ਰਾਮ ਸਿੰਘ ਜੀ ਦਾ ਜਾਨਸ਼ੀਨ ਕਲਪਿਆ ਗਿਆ ਹੈ ਅਤੇ ਉਹਨਾਂ ਨੂੰ ਬਹੁਤ ਚਲਾਕ ਅਤੇ ਹੁਸ਼ਿਆਰ ਦੱਸਿਆ ਹੈ। ਉਹਨਾਂ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਿੰਡ ਬਰਮਾਲੀਪੁਰ ਮਿਸਤਰੀ ਨਿਹਾਲ ਸਿੰਘ ਦੇ ਘਰ ਹੋਇਆ ਸੀ। ਸਤਿਗੁਰਾਂ ਦੁਆਰਾ ਚਾਲੂ ਕੀਤੇ ਪੋਸਟਲ ਸਿਸਟਮ ਡਾਕ ਵਿਭਾਗ ਦੇ ਉਹ ਇੰਚਾਰਜ ਸਨ। ਸੰਤ ਹੀਰਾ ਸਿੰਘ ਜੀ ਇੱਕ ਦਿਨ ਸਮਾਧੀ ਲਾ ਕੇ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਲਾਈ ਬੈਠੇ ਸੀ, ਜਿਸ ਤਰ੍ਹਾਂ ਪਹਿਲੇ ਲਾਉਂਦੇ ਹੀ ਸੀ। ਉਸ ਦਿਨ ਇੱਕ ਬਹੁਤ ਹੀ ਭਿਆਨਕ ਦ੍ਰਿਸ਼ ਦੇਖਿਆ। ਉਹ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪਾਸ ਆਏ, ਮੱਥਾ ਟੇਕਦੇ ਹੋਏ ਵਿਰਾਗੀ ਹੋ ਗਏ। ਸੱਚੇ ਪਾਤਸ਼ਾਹ ਜੀ, ਜੋ ਮੈਂ ਆਪ ਜੀ ਦੇ ਸਿੱਖਾਂ ਦਾ ਹਾਲ ਦੇਖਿਆ ਹੈ, ਉਹ ਮੇਰੇ ਪਾਸੋਂ ਦੱਸ ਨਹੀਂ ਹੁੰਦਾ। ਅੰਤਰਜਾਮੀ ਸਭ ਕੁਝ ਜਾਣੇ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਕਹਿੰਦੇ, ਸਿੰਘ ਹੋ ਕੇ ਅੰਮ੍ਰਿਤਪਾਨ ਕਰਕੇ ਇਸ ਤਰ੍ਹਾਂ ਰੋਣਾ ਸੂਰਮਿਆਂ ਦਾ ਕੰਮ ਨਹੀਂ ਹੈ। ਸਿੱਖਾਂ ਦਾ ਕੰਮ ਤਾਂ ਹਰ ਆਉਣ ਵਾਲੀ ਵਿਪਤਾ ਦਾ ਵੀਰਤਾ ਨਾਲ ਟਾਕਰਾ ਕਰਨਾ ਹੈ। ਦੱਸ ਕੀ ਦੇਖਿਆ ਹੈ? ਸੱਚੇ ਪਾਤਸ਼ਾਹ ਜੀ, ਆਪਣੇ ਪੰਥ ਨੂੰ ਕਿਸੇ ਤਰ੍ਹਾਂ ਵੀ ਬਚਾਵੋ। ਹੀਰਾ ਸਿੰਘਾ, ਪੰਥ ਦਾ ਫਿਕਰ ਨਾ ਕਰ, ਇਸ ਦੀਆਂ ਜੜ੍ਹਾਂ ਤਾਂ ਗੁਰੂ ਜੀ ਨੇ ਪਤਾਲ ਵਿੱਚੋਂ ਲਾਈਆਂ ਹਨ। ਇਸ ਨੂੰ ਕੋਈ ਵੀ ਸ਼ਕਤੀ ਹਿਲਾ ਨਹੀਂ ਸਕਦੀ। ਜੋ ਤਾਂ ਦੇਖਿਆ ਹੈ ਉਹ ਅੱਛੀ ਤਰ੍ਹਾਂ ਨਾਲ ਖੁੱਲ ਕੇ ਦੱਸ। ਸੱਚੇ ਪਾਤਸ਼ਾਹ ਜੀ, ਕਈ ਤੇਰੇ ਲਾਡਲੇ ਸਿੱਖ ਫਾਂਸੀ ਤੇ ਚੜ ਰਹੇ ਹਨ, ਕਈ ਤੋਪਾਂ ਅੱਗੇ ਰੂਹ ਵਾਂਗੂ ਪਿੰਜੇ ਹੋਏ ਉੱਡ ਰਹੇ ਹਨ, ਕਈਆਂ ਨੂੰ ਪਿੰਜਰੇ ਵਿੱਚ ਪਾ ਕੇ ਸਮੁੰਦਰ ਵਿੱਚ ਡੋਬਿਆ ਜਾਂਦਾ ਹੈ, ਨਾਮਧਾਰੀਆਂ ਦੀਆਂ ਜ਼ਮੀਨਾਂ ਨਿਲਾਮ ਕੀਤੀਆਂ ਜਾਂਦੀਆਂ ਦੇਖੀਆਂ ਹਨ, ਕਈ ਸਿੰਘਾਂ ਨੂੰ ਕਾਲੇ ਪਾਣੀ ਭੇਜ ਦਿੱਤਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ, ਸੂਬਾ ਸਾਹਿਬ ਸਿੰਘ ਜੀ ਨੂੰ ਹੱਥ ਕੜੀ ਲੱਗੀ ਹੋਈ ਦੇਖੀ ਹੈ, ਚਾਰ ਗੋਰੇ ਨੰਗੀ ਤਲਵਾਰ ਵਾਲੇ ਅੱਗੇ ਹਨ ਅਤੇ ਚਾਰ ਪਿੱਛੇ ਹਨ। ਇਸ ਤਰ੍ਹਾਂ ਹੋਰ ਸੂਬਿਆਂ ਦਾ ਵੀ ਇਸੇ ਤਰ੍ਹਾਂ ਹੀ ਹਾਲ ਕਰਦੇ ਹਨ, ਜੇਲ੍ਹਾਂ ਵਿੱਚ ਬੰਦ ਕਰ ਦਿੰਦੇ ਹਨ, ਬੜੀਆਂ ਤਕਲੀਫਾਂ ਦਿੰਦੇ ਹਨ। ਗਰੀਬ ਨਵਾਜ਼ ਜੀ ਫਿਰ ਗੋਰੇ ਆਪ ਜੀ ਨੂੰ ਵੀ ਲੈ ਜਾਂਦੇ ਹਨ। ਸੰਗਤ ਦਰਸ਼ਨਾਂ ਲਈ ਵਿਆਕੁਲ ਹੋਈ ਫਿਰਦੀ ਹੈ। ਬਹੁਤ ਵਰਲਾਪ ਕਰਦੀ ਹੈ, ਸਾਰੀ ਸੰਗਤ ਦੇ ਵਰਲਾਪ ਸੁਣੇ ਨਹੀਂ ਜਾਂਦੇ। ਆਪ ਜੀ ਦੇ ਭਜਨ ਕਰਨ ਵਾਲੇ ਅੰਦਰ ਮਲੇਸ਼ ਹੁੱਕਾ ਪੀਂਦੇ ਹਨ। ਨਾਮਧਾਰੀ ਸਿੰਘਾਂ ਦੀ ਨਿਗਰਾਨੀ ਰੱਖਣ ਲਈ ਪੁਲਿਸ ਬੈਠੀ ਹੈ ਅਤੇ ਭੈਣੀ ਸਾਹਿਬ ਦੇ ਦਰਵਾਜ਼ੇ ਵਿੱਚ ਪੁਲਿਸ ਚੌਂਕੀ ਬੈਠੀ ਹੈ। ਕਿਸੇ ਵੀ ਸਿੱਖ ਨੂੰ ਪੰਜਾਂ ਤੋਂ ਜ਼ਿਆਦਾ ਦਰਸ਼ਨ ਕਰਨ ਨਹੀਂ ਜਾਣ ਦਿੰਦੇ। ਹੀਰੇ ਸਿੰਘਾ, ਇਹਨਾਂ ਗੱਲਾਂ ਦਾ ਫਿਕਰ ਨਾ ਕਰੋ, ਜਿੰਨਾ ਚਿਰ ਇਹ ਕਾਰ ਨਹੀਂ ਵਰਤਦੀ ਓਨਾ ਚਿਰ ਧਰਮ ਨਹੀਂ ਤੁਰਨਾ ਅਤੇ ਪਾਪੀਆਂ ਦਾ ਨਾਸ਼ ਨਹੀਂ ਹੋਣਾ।
ਉਹਨਾਂ ਚਿਰ ਭਾਰਤ ਗੁਲਾਮੀ ਦੇ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦਾ। ਹੀਰਾ ਸਿੰਘਾ, ਕਰਤਾਰ ਦੇ ਰੰਗ ਦੇਖਦੇ ਰਹੋ, ਜੋ ਵੀ ਹੋਵੇਗਾ ਉਹ ਠੀਕ ਹੀ ਹੋਵੇਗਾ। ਬਾਕੀ ਰਹੀ ਗੱਲ ਮੇਰੇ ਸਰੀਰ ਦੀ, ਜਿੰਨੀ ਦੇਰ ਧਰਮ ਨਹੀਂ ਵਰਦਾ ਉਤਨੀ ਦੇਰ ਮੇਰੇ ਸਰੀਰ ਦਾ ਕੋਈ ਬਾਹਰ ਨਹੀਂ ਪਿੰਗਾ ਕਰ ਸਕਦਾ। ਮੈਂ ਇਸੇ ਹੀ ਸਰੀਰ ਵਿੱਚ ਵਾਪਸ ਆਵਾਂਗਾ। ਸੱਚੇ ਪਾਤਸ਼ਾਹ ਜੀ ਨੇ ਸੂਬੇ ਸਾਹਿਬ ਸਿੰਘ ਨੂੰ ਆਖਿਆ, ਤੁਸੀਂ ਨਿਰਵਾਣ ਸਿੰਘ ਨੂੰ ਆਖੋ ਸੰਗਤ ਨੂੰ ਹੁਣੇ ਹੀ ਚਿੱਠੀਆਂ ਲਿਖ ਦੇਵੇ ਕਿ ਐਤਕਾਂ ਮਾਘੀ ਦਾ ਮੇਲਾ ਸ੍ਰੀ ਭੈਣੀ ਸਾਹਿਬ ਵੀ ਹੋਵੇਗਾ। ਸਭ ਸੰਗਤਾਂ, ਮਾਈ ਭਾਈ, ਬੁੱਢੇ ਅਤੇ ਬੱਚੇ ਮੇਲੇ ਤੇ ਸਾਧ ਸੰਗਤ ਦੇ ਦਰਸ਼ਨ ਕਰਨ ਜ਼ਰੂਰ ਆਵੇ। ਸਤਿਵਚਨ ਸੱਚੇ ਪਾਤਸ਼ਾਹ ਜੀ। ਫਰਵਾਹੀ ਪਿੰਡ ਦਾ ਨੰਬਰਦਾਰ ਸੰਤ ਗੁਰਮੁਖ ਸਿੰਘ ਮਲੇਰਕੋਟਲੇ ਮਾਮਲਾ ਤਾਰਨ ਜਾ ਰਿਹਾ ਸੀ। ਰਸਤੇ ਵਿੱਚ ਇੱਕ ਮੁਸਲਮਾਨ ਗੁਰੂ ਜਿਹੜਾ ਇੱਕ ਬਲਦ ਉੱਪਰ ਸਬਜ਼ੀਆਂ ਦਾ ਚੋਖਾ ਪਾਰ ਲੱਦੀ ਜਾ ਰਿਹਾ ਸੀ ਅਤੇ ਆਪ ਵੀ ਉੱਪਰ ਹੀ ਬੈਠਾ ਹੋਇਆ ਸੀ। ਬਲਦ ਦਾ ਭਾਰ ਨਾਲ ਬੁਰਾ ਹਾਲ ਹੋ ਰਿਹਾ ਸੀ। ਸੰਤ ਗੁਰਮੁਖ ਸਿੰਘ ਜੀ ਨੇ ਤਰਸ ਕਰਦੇ ਹੋਏ ਨੇ ਉਸ ਮੁਸਲਮਾਨ ਨੂੰ ਕਿਹਾ ਕਿ ਤੂੰ ਬਲਦ ਉੱਪਰੋਂ ਉੱਤਰ ਜਾ ਤਾਂ ਕਿ ਬਲਦ ਨੂੰ ਕੁਛ ਆਰਾਮ ਆ ਜਾਵੇ। ਪਰੰਤੂ ਉਹ ਕਰੂੰਜੜਾ ਸੰਤਾਂ ਨਾਲ ਝਗੜ ਪਿਆ ਅਤੇ ਅਖੀਰ ਸਾਰਾ ਮਾਮਲਾ ਮਲੇਰਕੋਟਲੇ ਕੋਤਵਾਲੀ ਪਹੁੰਚਿਆ ਤਾਂ ਉੱਥੇ ਸੰਤ ਗੁਰਮੁਖ ਸਿੰਘ ਜੀ ਨੂੰ ਨਿਆਂ ਤਾਂ ਕੀ ਮਿਲਣਾ ਸੀ, ਉਸਨੂੰ ਉਲਟਾ ਬੇਇੱਜ਼ਤ ਕੀਤਾ ਗਿਆ ਅਤੇ ਸੰਤਾਂ ਦੇ ਸਾਹਮਣੇ ਹੀ ਬਲਦ ਹਲਾਲ ਕਰ ਦਿੱਤਾ ਗਿਆ। ਸ੍ਰੀ ਭੈਣੀ ਸਾਹਿਬ ਮਾਘੀ ਦੇ ਮੇਲੇ ਦਾ ਭੋਗ ਪੈਣ ਤੋਂ ਬਾਅਦ ਸੰਗਤਾਂ ਘਰਾਂ ਨੂੰ ਚਾਲੇ ਪਾਉਣ ਲੱਗੀਆਂ। ਸੰਤ ਭਗਵਾਨ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ ਚੌਕਦਾਰ ਨੇ ਸੰਗਤ ਨੂੰ ਉੱਚੀ ਆਵਾਜ਼ ਦੇ ਕੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿਸੇ ਨੇ ਵੀ ਦੁੱਖ ਸੁੱਖ ਦੀ ਅਰਜ਼ ਕਰਨੀ ਹੋਵੇ ਉਹ ਆ ਜਾਵੇ। ਭਾਈ ਸੋਭਾ ਸਿੰਘ ਜੀ ਰੱਬੋ ਨਗਰ ਦੇ ਸਿੰਘ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ ਮਲੇਰਕੋਟਲੇ ਵਿੱਚ ਜਿੱਥੇ 100-200 ਰਾਮ ਗਊਆਂ ਦੀਆਂ ਡਾਰਾਂ ਫਿਰਦੀਆਂ ਸਨ, ਅੱਜ ਉੱਥੇ 1-2 ਰਾਮ ਗਊਆਂ ਵੀ ਫਿਰਦੀਆਂ ਨਜ਼ਰ ਨਹੀਂ ਆਉਂਦੀਆਂ। ਸਭ ਰਾਮ ਗਊਆਂ ਮਾਰ ਕੇ ਖਾ ਗਏ ਹਨ। ਹਿੰਦੂ ਸਿੱਖਾਂ ਦੀ ਸੁਣਦਾ ਕੋਈ ਨਹੀਂ ਹੈ। ਬਹੁਤ ਪਾਪ ਵੱਧ ਰਿਹਾ ਹੈ। ਕੋਟਲੇ ਦੇ ਪਠਾਣਾਂ ਦੇ ਹੌਸਲੇ ਬੜੇ ਵੱਧ ਗਏ ਹਨ। ਹਿੰਦੂ ਅਤੇ ਸਿੱਖ ਬੇਜ਼ੁਬਾਨ ਹਨ, ਡਰਦੇ ਕੁਸਕਦੇ ਨਹੀਂ ਹਨ। ਗਰੀਬ ਨਵਾਜ ਜੀ, ਕੋਈ ਉਪਾਅ ਦੱਸੋ ਜਿਸ ਨਾਲ ਗਊ ਘਾਤ ਦਾ ਦੁੱਖ ਮਿਟੇ। ਸਿੰਘੋ, ਪਾਪ ਰਾਜ ਦਾ ਬੇੜਾ ਭਰ ਚੁੱਕਾ ਹੈ, ਹੁਣ ਡੁੱਬਣ ਵਾਲਾ ਹੀ ਹੈ। ਤੁਸੀਂ ਧੀਰਜ ਧਰੋ ਅਤੇ ਸ਼ਾਂਤੀ ਰੱਖੋ, ਭਜਨ ਕਰੋ। ਮੇਰੀ ਅਜੇ ਮਰਜ਼ੀ ਅਜਿਹਾ ਕਰਨ ਦੀ ਨਹੀਂ ਹੈ। ਇਹ ਭਜਨ ਕਰਕੇ ਸੱਚੇ ਪਾਤਸ਼ਾਹ ਜੀ ਉੱਠ ਖੜ੍ਹੇ ਹੋਏ। ਸੱਚੇ ਪਾਤਸ਼ਾਹ ਜੀ ਨੇ ਲੱਖਾ ਸਿੰਘ ਨੂੰ ਪੁੱਛਿਆ, ਮਸਤਾਨਿਆਂ ਦਾ ਕੀ ਹਾਲ ਹੈ? ਲੱਖਾ ਸਿੰਘ ਨੇ ਕਿਹਾ, ਬੜਾ ਰੌਲਾ ਪਾਉਂਦੇ ਹਨ ਜੀ। ਭਾਈ ਗੁਰਮੁਖ ਸਿੰਘ ਨੇ ਮਲੇਰਕੋਟਲੇ ਦੀ ਸਾਰੀ ਵਾਰਤਾ ਬੈਲ ਮਾਰਨ ਤੱਕ ਸੁਣਾਈ। ਮਸਤਾਨੇ ਸਿੰਘ ਸੁਣ ਕੇ ਸਹਾਰ ਨਹੀਂ ਸਕੇ, ਉਹ ਤਾਂ ਮਰਨ ਮਾਰਨ 'ਤੇ ਤੁਲੇ ਹੋਏ ਹਨ। ਸੱਚੇ ਪਾਤਸ਼ਾਹ ਜੀ ਮਸਤਾਨੇ ਸਿੰਘਾਂ ਪਾਸ ਪਹੁੰਚੇ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪ੍ਰੇਰਨਾ ਕੀਤੀ, ਸਭ ਆਪੋ ਆਪਣੇ ਘਰੀ ਚਲੇ ਜਾਓ। ਪਰ ਸਰਦਾਰ ਹੀਰਾ ਸਿੰਘ ਜੀ ਨੇ ਹੱਥ ਬੰਨ੍ਹ ਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ, ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਦੇ ਕੇ ਆਗਿਆ ਦਿੱਤੀ ਹੈ ਕਿ ਮਲੇਰਕੋਟਲੇ ਜਾ ਕੇ ਗਊਆਂ ਵਾਸਤੇ ਆਪਣੇ ਸਰੀਰ ਬਲੀਦਾਨ ਕਰੋ।
ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹੁਕਮ ਨੂੰ ਮੈਂ ਵੀ ਨਹੀਂ ਮੋੜ ਸਕਦਾ। ਸੱਚੇ ਪਾਤਸ਼ਾਹ ਜੀ ਨੇ ਲੰਗਰ ਤਿਆਰ ਕਰਵਾਇਆ ਅਤੇ ਆਪਣੇ ਲਾਡਲੇ ਮਸਤਾਨਿਆਂ ਨੂੰ ਆਪ ਪ੍ਰਸ਼ਾਦ ਛਕਾਇਆ। ਸਰਦਾਰ ਹੀਰਾ ਸਿੰਘ ਨੇ ਧਰਮ ਯੁੱਧ ਲਈ ਅਰਦਾਸਾ ਕੀਤਾ ਅਤੇ ਮਲੇਰਕੋਟਲੇ ਬੁੱਚੜਖਾਨੇ 'ਤੇ ਹਮਲਾ ਕਰਨ ਦੀ ਤਿਆਰੀ ਕੀਤੀ। 13 ਜਨਵਰੀ 1872 ਨੂੰ ਦਿਨ ਦੇ 2 ਵਜੇ 125 ਮਸਤਾਨਿਆਂ ਨੇ ਮਲੇਰਕੋਟਲੇ ਨੂੰ ਚਾਲੇ ਪਾਏ। ਰਾਤ ਦੇ 10 ਵਜੇ ਰੱਬੋ ਪਹੁੰਚੇ। ਪਿੰਡੋਂ ਬਾਹਰ ਇੱਕ ਖੂਹ 'ਤੇ ਡੇਰਾ ਲਾਇਆ ਅਤੇ ਮਸਤਾਨੇ ਰੱਬੋ ਪਿੰਡ ਤੋਂ ਮਲੌਦ ਪਹੁੰਚੇ। ਉੱਥੇ ਸਰਦਾਰ ਬਦਨ ਸਿੰਘ ਪਾਸੋਂ ਘੋੜੇ 'ਤੇ ਸ਼ਾਸਤਰ ਮੰਗੇ, ਉਸਨੇ ਨਾਂਹ ਕਰ ਦਿੱਤੀ। ਮਸਤਾਨੇ ਸਿੰਘਾਂ ਨੇ ਹੀਰਾ ਸਿੰਘ ਦੇ ਹੁਕਮ ਦੇਣ 'ਤੇ ਜ਼ਬਰਦਸਤੀ ਘੋੜੇ 'ਤੇ ਸ਼ਾਸਤਰ ਖੋ ਲਏ। ਪਿੰਡ ਵਿੱਚ ਰੌਲਾ ਪੈ ਗਿਆ। 14 ਜਨਵਰੀ ਨੂੰ ਅੰਗਰੇਜ਼ ਸਰਕਾਰ ਨੂੰ ਵੀ ਪਤਾ ਲੱਗ ਗਿਆ ਸੀ। ਮਲੌਦ ਤੋਂ ਮਲੇਰਕੋਟਲਾ 9 ਮੀਲ ਸੀ। 15 ਜਨਵਰੀ ਸਵੇਰੇ 7 ਵਜੇ ਹੀ ਮਲੇਰਕੋਟਲੇ ਦੇ ਬੁੱਚੜਾਂ 'ਤੇ ਅਤੇ ਮਹੱਲਾ ਚਿੜੀ ਮਾਰਾਂ 'ਤੇ ਸਿੰਘਾਂ ਹਮਲਾ ਕਰ ਦਿੱਤਾ। 8 ਬੁੱਚੜ ਮਾਰੇ, 13 ਜ਼ਖਮੀ ਹੋਏ, ਹੋਰ ਸਭ ਭੱਜ ਗਏ। 7 ਸਿੰਘ ਸ਼ਹੀਦ ਹੋ ਗਏ। 2 ਫੱਟੜ ਹੋਏ ਸਿੰਘਾਂ ਨੂੰ ਨਾਲ ਲੈ ਕੇ ਮਲੇਰਕੋਟਲੇ ਤੋਂ ਬਾਹਰ ਚਲੇ ਗਏ। 3-4 ਮੀਲ 'ਤੇ ਸਮੁੰਦ ਖਾਂ ਪਠਾਨ ਘੋੜੇ 'ਤੇ ਚੜ੍ਹ ਕੇ ਸਿੰਘਾਂ ਦੇ ਪਿੱਛੇ ਆਇਆ ਅਤੇ ਸੰਤ ਹੀਰਾ ਸਿੰਘ ਨੂੰ ਆਪਣੇ ਨਾਲ ਯੁੱਧ ਕਰਨ ਨੂੰ ਕਿਹਾ। ਸੰਤ ਹੀਰਾ ਸਿੰਘ ਨੇ ਕਿਹਾ ਕਿ ਪਹਿਲੇ ਤੂੰ ਵਾਰ ਕਰ ਲੈ। ਹੀਰਾ ਸਿੰਘ ਪਾਸ ਢਾਲ ਨਹੀਂ ਸੀ, ਉਸਨੇ ਆਪਣੇ ਖੱਬੇ ਹੱਥ ਨਾਲ ਵਾਰ ਰੋਕਿਆ, ਹੱਥ ਕੱਟਿਆ ਗਿਆ। ਫਿਰ ਸੰਤ ਹੀਰਾ ਸਿੰਘ ਨੇ ਤਲਵਾਰ ਨਾਲ ਸਮੁੰਦ ਖਾਨ ਦਾ ਸਿਰ ਕਲਮ ਕਰਕੇ ਦੋਜਕਾਂ ਵਿੱਚ ਪਹੁੰਚਾ ਦਿੱਤਾ। ਸਾਰੇ ਸਿੰਘ ਹੀਰਾ ਸਿੰਘ ਦੇ ਹੁਕਮ ਅਨੁਸਾਰ ਰੜ ਪਿੰਡ ਰਿਆਸਤ ਪਟਿਆਲਾ ਵਿੱਚ ਪਹੁੰਚੇ। ਪਹਿਲੇ ਸੰਤ ਹੀਰਾ ਸਿੰਘ ਨੇ ਕੜਾਹੀ ਵਿੱਚ ਤੇਲ ਪਾ ਕੇ ਆਪਣਾ ਟੁੰਡ ਤਲਿਆ, ਜਿਸ ਨਾਲ ਖੂਨ ਬੰਦ ਹੋ ਗਿਆ। ਸ਼ੇਰਪੁਰ ਦੇ ਥਾਣੇਦਾਰ ਉੱਤਮ ਸਿੰਘ ਇਹਨਾਂ ਸਿੰਘਾਂ ਕੋਲ ਆਇਆ। ਇਹਨਾਂ ਸਭ ਨੇ ਆਪਣੇ ਆਪ ਗ੍ਰਿਫਤਾਰੀ ਦਿੱਤੀ। ਨਿਆਜ਼ ਅਲੀ ਨੇ ਇਹਨਾਂ 6 ਸਿੰਘਾਂ ਅਤੇ 2 ਮਾਈਆਂ ਨੂੰ ਸ਼ੇਰਪੁਰ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ। ਇਹਨਾਂ ਵਿੱਚ 29 ਫੱਟੜ ਸਨ। ਰੱਕੜ ਵਿੱਚ 7 ਤੋਪਾਂ ਬੀਜੀਆਂ ਹੋਈਆਂ ਸਨ। ਕਾਵਨ ਨੇ ਕਿਸੇ ਤਰ੍ਹਾਂ ਦਾ ਮੁਕੱਦਮਾ ਚਲਾਉਣ ਤੋਂ ਬਿਨਾਂ ਹੀ ਇਹਨਾਂ 66 ਕੂਕਿਆਂ ਨੂੰ ਤੋਪਾਂ ਨਾਲ ਅੜਾ ਦੇਣ ਦਾ ਫੈਸਲਾ ਕੀਤਾ ਅਤੇ ਮਾਈ ਇੰਦ ਕੌਰ ਨੂੰ ਅਤੇ ਖੇਮ ਕੌਰ ਨੂੰ ਪਟਿਆਲਾ ਪੁਲਿਸ ਦੇ ਹਵਾਲੇ ਕਰ ਦਿੱਤਾ। ਮਸਤਾਨੇ ਸ਼ਹੀਦ ਸਿੰਘ ਆਪਣੇ ਰੰਗ ਵਿੱਚ ਉੱਚੀ ਉੱਚੀ ਤੁਰੇ ਜਾਂਦੇ ਪੜ੍ਹਦੇ ਹਨ। ਇਹ ਮਲੇਸ਼ ਨੰਨੋਂ ਆਏ, ਇਹਨਾਂ ਬੁੱਚੜਖਾਨੇ ਲਾਏ, ਸਾਨੂੰ ਗਊਆਂ ਦਾ ਦੁੱਖ ਖਾਏ, ਸਿੰਘੋ ਸੀਸ ਦੇਣ ਹੁਣ ਆਏ, ਨਾਮ ਅਕਾਲ ਦੇ। 17 ਅਤੇ 18 ਜਨਵਰੀ 1872 ਈਸਵੀ ਨੂੰ ਮਲੇਰਕੋਟਲੇ ਦੇ ਰੱਕੜ ਵਿੱਚ ਤੋਪਾਂ ਤਿਆਰ ਸਨ। ਇਹ ਤੋਪਾਂ ਲਾਭਾ, ਪਟਿਆਲਾ, ਜੀਂਦ ਅਤੇ ਮਲੇਰਕੋਟਲੇ ਦੀਆਂ ਫੌਜਾਂ ਵੀ ਸਨ, ਸਿਪਾਹੀ ਵੀ ਸਿੰਘ ਹੀ ਸਨ। ਕੋਲ ਲੁਧਿਆਣੇ ਵਾਲੇ ਜ਼ਿਲ੍ਹੇ ਦਾ ਗੋਰਾ ਖੜ੍ਹਾ ਸੀ। ਪਹਿਲੇ ਦਰਸ਼ਕਾਂ ਲਈ ਹਾ 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 ਕਾਰ ਮਚੀ ਹੋਈ ਸੀ। ਗੋਰੇ ਨੇ ਸਿੰਘਾਂ ਨੂੰ ਕਿਹਾ, ਤੁਸੀਂ ਤਿਆਰ ਹੋ ਜਾਓ। ਸਿੰਘ ਤਾਂ ਪਹਿਲੇ ਹੀ ਤਿਆਰ ਸਨ, ਉੱਠ ਕੇ ਖੜ੍ਹੇ ਹੋ ਗਏ। ਉਸ ਵੇਲੇ ਕੋਈ ਉੱਚੀ ਸਾਹ ਨਹੀਂ ਸੀ ਲੈਂਦਾ। ਜਥੇਦਾਰ ਸੰਤ ਹੀਰਾ ਸਿੰਘ ਜੀ ਨੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਚਰਨਾਂ ਵਿੱਚ ਧਿਆਨ ਧਰ ਕੇ ਬੜੇ ਹੀ ਪਿਆਰ ਨਾਲ ਅਰਦਾਸ ਕੀਤੀ, ਜਿਸ ਨੂੰ ਸੁਣ ਕੇ ਪੱਥਰ ਦਿਲ ਵੀ ਤਾਂ ਹੀ ਮਾਰ ਉੱਠੇ। ਉਸ ਦਾ ਕੁਝ ਕੁਝ ਭਾਵ ਇਹ ਸੀ, ਦੀਨ ਦਿਆਲ ਜੀ, ਅਸੀਂ ਨਾਚੀਜ਼ ਬੰਦੇ ਗਊ ਗਰੀਬ ਅਤੇ ਦੇਸ਼ ਧਰਮ ਤੋਂ ਸ਼ਹੀਦ ਹੋਣ ਲੱਗੇ ਹਾਂ। ਸਾਡੇ ਦਿਲ ਵਿੱਚ ਆਪਣੀ ਮਾਤਰੀ ਭੂਮੀ ਦੀ
ਆਜ਼ਾਦੀ ਦੀ ਲਗਨ ਸੀ, ਭਾਰਤ ਦੀ ਸੁਤੰਤਰਤਾ ਦੀ ਉਮੰਗ ਸੀ। ਅਸੀਂ ਜਨਨੀ ਜਨਮ ਭੂਮੀ ਨੂੰ ਗੁਲਾਮੀ ਦੇ ਬੰਧਨਾਂ ਵਿੱਚ ਬੱਧੀ ਹੋਈ ਨਹੀਂ ਸਾਂ ਵੇਖ ਸਕਦੇ। ਅਸੀਂ ਗਊ ਗਰੀਬ ਦੇ ਦੁੱਖ ਨੂੰ ਨਹੀਂ ਝੱਲ ਸਕਦੇ ਸੀ। ਇਸੇ ਅਪਰਾਧ ਖਾਤਰ ਅੱਜ ਅਸੀਂ ਕੋਪਾਂ ਨਾਲ ਉੱਡਣ ਲੱਗੇ ਹਾਂ। ਇਹ ਦੀਨਾਨਾਥ ਸਾਡੇ ਅੰਗ ਸੰਗ ਰਹਿਣਾ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ਣੀ, ਜਿਸ ਆਜ਼ਾਦੀ ਦੀ ਵੇਲ ਨੂੰ ਅਸੀਂ ਆਪਣੀ ਸ਼ਾਹ ਰਗ ਦੇ ਖੂਨ ਨਾਲ ਪਾ ਕੇ ਬੀਜਣ ਲੱਗੇ ਹਾਂ, ਇਸ ਨੂੰ ਮਰਜਾਉਣ ਨਾ ਦੇਣਾ। ਸਮੇਂ ਸਮੇਂ ਸਿਰ ਭਾਰਤ ਦੇ ਸਪੁੱਤਰਾਂ ਨੂੰ ਪ੍ਰੇਰ ਕੇ ਇਸ ਦੀ ਪਾਲਣਾ ਕਰਵਾਉਂਦੇ ਰਹਿਣਾ। ਜਦੋਂ ਵੀ ਤੁਸੀਂ ਆਵੇ ਅਸੀਂ ਤੇਰੇ ਨਾਲ ਆਈਏ। ਸਾਡੇ ਆਜ਼ਾਦ ਭਾਰਤ ਉੱਤੇ ਕਦਮ ਟਿਕਣ, ਗਊ ਗਰੀਬ ਦੇ ਦੁੱਖ ਦੂਰ ਹੋਏ ਹੋਏ ਹੋਣ, ਰਾਮ ਰਾਜ ਦੀ ਸਥਾਪਨਾ ਹੋਈ ਹੋਈ ਹੋਵੇ, ਬਸ ਇਹੋ ਹੀ ਸਾਡੀ ਮੰਗ ਹੈ, ਇਹੋ ਹੀ ਸਾਡੀ ਅਰਦਾਸ ਹੈ। ਸੰਤ ਹੀਰਾ ਸਿੰਘ ਗੋਰੇ ਨੂੰ ਆਖਣ ਲੱਗੇ ਕਿ ਖਬਰਦਾਰ, ਜੇ ਸਾਨੂੰ ਕਿਸੇ ਨੇ ਹੱਥ ਲਾਇਆ ਅਸੀਂ ਆਪਣੇ ਆਪ ਹੀ ਤੋਪਾਂ ਅੱਗੇ ਆ ਕੇ ਖੜੇ ਹੋਵਾਂਗੇ। ਇਸ ਗੱਲ ਨੂੰ ਗੋਰੇ ਨੇ ਪ੍ਰਵਾਨ ਕਰ ਲਿਆ। ਸਭ ਤੋਂ ਪਹਿਲੇ ਜਥੇਦਾਰ ਹੀਰਾ ਸਿੰਘ ਜੀ ਅੱਗੇ ਵਧੇ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਪੜਦੇ ਹੋਏ ਤੋਪ ਅੱਗੇ ਖੜੇ ਹੋਏ, ਤੋਪ ਤਿੰਨ ਵਾਰੀ ਪਲੀਤਾ ਝੱਟ ਗਈ, ਨਾ ਹੀ ਚੱਲ ਸਕੀ। ਜਥੇਦਾਰ ਹੀਰਾ ਸਿੰਘ ਨੇ ਕਿਹਾ, ਬਿੱਲਿਆ ਤੇਰਾ ਕਾਨੂੰਨ ਝੂਠਾ ਕਰਨਾ ਸੀ, ਹੁਣ ਚਲਾ ਤੋਪ, ਮੇਰੇ ਸਤਿਗੁਰ ਦਾ ਹੁਕਮ ਹੈ, ਤੁਸੀਂ ਵੀ ਝੂਠੇ, ਤੁਹਾਡਾ ਕਾਨੂੰਨ ਵੀ ਝੂਠਾ। ਚੌਥੀ ਵਾਰ ਤੋਪ ਚੱਲੀ, ਸੰਤ ਹੀਰਾ ਸਿੰਘ ਸ਼ਹੀਦ ਹੋ ਗਏ। ਇਸੇ ਤਰ੍ਹਾਂ ਹੀ ਵਾਰੀ ਵਾਰੀ ਸਿੰਘ ਖੁਸ਼ੀ ਖੁਸ਼ੀ ਤੋਪਾਂ ਅੱਗੇ ਦੌੜ ਦੌੜ ਕੇ ਆਉਂਦੇ ਰਹੇ ਅਤੇ ਸ਼ਹੀਦੀਆਂ ਪਾਉਂਦੇ ਰਹੇ। ਅਠਾਰਾਂ ਜਨਵਰੀ 1872 ਈਸਵੀ ਨੂੰ ਬਿਨਾਂ ਮੁਕੱਦਮਾ ਚਲਾਏ ਅੰਗਰੇਜ਼ ਹਕੂਮਤ ਨੇ 66 ਸਿੱਖਾਂ ਨੂੰ ਤੋਪਾਂ ਨਾਲ ਉਡਾ ਦਿੱਤਾ। ਉਹਨਾਂ ਸ਼ਹੀਦ ਸਿੰਘਾਂ ਵਿੱਚੋਂ ਇੱਕ ਸਿੰਘ ਦਾ ਨਾਮ ਵਰਿਆਮ ਸਿੰਘ ਸੀ, ਜੋ ਕਿ ਪਟਿਆਲੇ ਦੇ ਮਹਾਰਾਜੇ ਦਾ ਰਿਸ਼ਤੇਦਾਰ ਸੀ। ਉਹ ਵਰਿਆਮ ਸਿੰਘ ਨੂੰ ਛੁਡਾਉਣਾ ਚਾਹੁੰਦਾ ਸੀ। ਜਦੋਂ ਵਰਿਆਮ ਸਿੰਘ ਦੀ ਸ਼ਹੀਦ ਹੋਣ ਦੀ ਵਾਰੀ ਆਈ ਤਾਂ ਤੋਪਕੀ ਨੇ ਕਿਹਾ ਕਿ ਤੇਰਾ ਕੱਦ ਮਧਰਾ ਹੈ, ਤੋਪ ਦੇ ਬਰਾਬਰ ਨਹੀਂ ਆ ਰਿਹਾ, ਤੂੰ ਪਰੇ ਹੋ ਜਾ। ਵਰਿਆਮ ਸਿੰਘ ਨੇ ਲਾਗਿਓਂ ਖੇਤ ਵਿੱਚੋਂ ਟੀਮਾਂ ਇਕੱਠੀਆਂ ਕਰਕੇ ਉਸ ਉੱਪਰ ਖੜ੍ਹੇ ਹੋ ਕੇ ਕਹਿਣ ਲੱਗਾ, ਦੇਖ ਬਿੱਲਿਆ, ਮੇਰਾ ਕੱਦ ਤੇਰੀ ਤੋਪ ਦੇ ਬਰਾਬਰ ਹੋ ਗਿਆ ਨਾ, ਹੁਣ ਚਲਾ ਗੋਲਾ। ਬਿੱਲਿਆ ਦੇਖ, ਜਲਦੀ ਕਰ, ਮੇਰਾ ਸਾਹ ਜਾਂਦਾ ਹੈ, ਜਲਦੀ ਕਰ। ਤੋਪ ਚੱਲੀ, ਵਰਿਆਮ ਸਿੰਘ ਸ਼ਹੀਦ ਹੋ ਗਿਆ। ਇਸੇ ਤਰ੍ਹਾਂ ਹੋਰ ਵੀ ਸਿੰਘ ਤੋਪਾਂ ਨਾਲ ਸ਼ਹੀਦ ਕੀਤੇ ਗਏ। ਉਹਨਾਂ ਨੂੰ ਅੱਗੇ ਦਿਸਦਾ ਸੀ ਕਿ ਜੋ ਵੀ ਸਿੰਘ ਸ਼ਹੀਦ ਹੁੰਦਾ ਹੈ ਉਹ ਸਤਿਗੁਰੂ ਰਾਮ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਬੈਠਦਾ ਜਾਂਦਾ ਹੈ। ਇਸੇ ਕਰਕੇ ਹੀ ਸਾਰੇ ਸਿੰਘ ਦੌੜ ਦੌੜ ਕੇ ਤੋਪਾਂ ਅੱਗੇ ਖੜ੍ਹੇ ਹੋ ਜਾਂਦੇ ਸਨ, ਸ਼ਹੀਦ ਹੁੰਦੇ ਸਨ।
ਸ਼ਹੀਦ ਬਿਸ਼ਨ ਸਿੰਘ ਇਹ ਮਾਈ ਖੇਮਕੋਟ ਦਾ ਪੁੱਤਰ ਸੀ। ਇਸ ਦੀ 12 ਸਾਲ ਦੀ ਉਮਰ ਸੀ। ਕਾਵਨ ਦੀ ਮੇਮ ਨੇ ਸੋਹਣੀ ਸੂਰਤ ਦੇਖ ਕੇ ਕਿਹਾ, ਇਹ ਬੱਚਾ ਹੈ, ਇਸ ਨੂੰ ਮੁਆਫ ਕਰ ਦੇਵੋ। ਕਾਵਨ ਨੇ ਕਿਹਾ ਕਿ ਇਹ ਕਹਿ ਦੇਵੇ ਕਿ ਮੈਂ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ, ਫਿਰ ਛੱਡ ਦਿੱਤਾ ਜਾਵੇਗਾ। ਬਿਸ਼ਨ ਸਿੰਘ ਨੇ ਕਿਹਾ ਕਿ ਮੈਂ ਕਾਵਨ ਦੇ ਕੰਨ ਵਿੱਚ ਦੱਸਾਂਗਾ। ਕਾਵਨ ਦੀ ਦਾੜੀ ਵੱਡੀ ਸੀ। ਬਿਸ਼ਨ ਸਿੰਘ ਨੇ ਕੋਲ ਆ ਕੇ ਜ਼ੋਰ ਨਾਲ ਦਾੜੀ ਫੜੀ, ਛੱਡੀ ਨਹੀਂ। ਲਾਗੇ ਖੜ੍ਹੇ ਸਿਪਾਹੀਆਂ ਨੇ ਬਿਸ਼ਨ ਸਿੰਘ ਨੂੰ ਸ਼ਹੀਦ ਕੀਤਾ, ਫਿਰ ਦਾੜੀ ਹੱਥੋਂ ਛੁੱਟੀ। ਗਿਆਨੀ ਗਿਆਨ ਸਿੰਘ ਜੀ ਆਪਣੇ ਅੱਖੀਂ ਦੇਖਿਆ ਹਾਲ ਇਸ ਤਰ੍ਹਾਂ ਲਿਖਦੇ ਹਨ। ਉਨ ਹਿਤ ਹੁਕਮ ਅੰਗਰੇਜ਼ੀ ਆਇਓ, ਇਨਕੋ ਤੋਪਨ ਸੰਗ ਅੜਾਇਓ, ਜਬ ਇਹ ਹੁਕਮ ਉਹਨੇ ਸੁਣ ਪਾਇਓ, ਖੁਸ਼ੀ ਪੈ ਅਤਿ ਹਿਉ ਅਲਸਾਇਓ। ਮੁਖ ਪਰ ਲਾਲੀ ਚੜੀ ਵਧੇਰੇ, ਗਾਵਤ ਗੁਰ ਕੇ ਸ਼ਬਦ ਅਚੇਰੇ, ਦੀਵੇ ਪਰ ਜਿਉਂ ਆਏ ਪਤੰਗੇ, ਤਾ ਜੋ ਤੋਪਨ ਦਿਸ ਜਾਏ ਨਿਸੰਗੇ, ਉੱਡੇ ਖੁਸ਼ੀ ਹੈ ਹੈ ਕਰ ਸਾਰੇ, ਜਰਾ ਨਾ ਕੀਨੇ ਪ੍ਰਾਣ ਪਿਆਰੇ, ਇਹ ਹਮਨੇ ਖੁਦ ਨੈਣ ਨਿਹਾਰੇ, ਦੇਖਦ ਥੇ ਜੋ ਲੋਕ ਉਪਾਰੇ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ, ਕੂਕੇ ਨਾਮਧਾਰੀ ਸਿੰਘਾਂ ਦੀ ਜਾਣਕਾਰੀ ਕਰਾਉਂਦੇ ਹਨ। ਸ਼ੁਕਲ ਬਸਨ ਵਾਲਾ ਸੂਧੀ ਦਸਤਾਰ ਦਾੜੀ, ਕਰ ਹੈ ਹਮਨ ਪਾਠ ਗ੍ਰੰਥ ਗੁਰੂ ਜੀ ਕੇ ਹੈ, ਦਸਵੇਂ ਗੁਰੂ ਕੇ ਸਿੰਘ ਸਾਧਕ ਸਹੀ ਹੈ ਸਭ, ਲਾਲਸਾ ਲਲਾਮ ਰਾਜ ਲੈਬੇ ਕੀ ਅਚੂਕੇ ਹੈ, ਤੇਰੇ ਜੈਸੇ ਲੱਖਣ ਹੈ ਤੇਰੇ ਤੈਸੇ ਗਿਆਨ ਸਿੰਘ, ਐਸੇ ਪ੍ਰਸਿੱਧ ਹੀ ਅਵਿਧ ਸਿੱਖ ਹੂਕੇ ਹੈ। ਇਹਨਾਂ 66 ਸਿੰਘਾਂ ਨੂੰ ਤੋਪਾਂ ਨਾਲ ਉਡਾਉਣ ਪਿੱਛੋਂ ਕਮਿਸ਼ਨਰ ਫਾਰਸਤ ਨੇ ਇੱਕ ਦਰਬਾਰ ਕੀਤਾ, ਜਿਸ ਵਿੱਚ ਕਾਵਨ ਦੀ ਸਿਫਾਰਿਸ਼ ਨਾਲ ਉਹਨਾਂ ਆਦਮੀਆਂ ਨੂੰ ਇਨਾਮ ਦਿੱਤੇ ਗਏ ਜਿਨ੍ਹਾਂ ਨੇ ਇਸ ਕੰਮ ਵਿੱਚ ਸਹਾਇਤਾ ਕੀਤੀ ਸੀ, ਅਤੇ ਰਾਜਿਆਂ ਨੂੰ ਜਿਨ੍ਹਾਂ ਨੇ ਤੋਪਾਂ ਭੇਜੀਆਂ ਸਨ, ਧੰਨਵਾਦ ਦੀਆਂ ਚਿੱਠੀਆਂ ਭੇਜੀਆਂ ਗਈਆਂ। 18 ਜਨਵਰੀ ਨੂੰ ਹੀ ਕਮਿਸ਼ਨਰ ਫਾਰਸਤ ਮਲੌਦ ਪਹੁੰਚਾ। ਉੱਥੋਂ ਜੋ 4 ਸਿੰਘ ਫੜੇ ਹੋਏ ਸਨ, ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਜਨਵਰੀ 1872 ਈਸਵੀ ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਸ੍ਰੀ ਪੈਣੀ ਸਾਹਿਬ ਤੋਂ ਲੁਧਿਆਣੇ ਬੁਲਾਇਆ ਗਿਆ ਅਤੇ ਪ੍ਰਦੇਸ਼ ਗਵਨ ਦੀਆਂ ਤਿਆਰੀਆਂ ਹੋ ਗਈਆਂ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਆਪਣੇ ਛੋਟੇ ਭਰਾ ਭਾਈ ਬੁੱਧ ਸਿੰਘ ਜੀ ਨੂੰ, ਸਤਿਗੁਰੂ ਹਰੀ ਸਿੰਘ ਜੀ ਅਤੇ ਸਮੂਹ ਸੰਗਤ ਨੂੰ ਧੀਰੀ ਦੇ ਰਹੇ ਹਨ। 17 ਜਨਵਰੀ 1872 ਈਸਵੀ ਨੂੰ ਗਾਡੀਵਾਨ ਸੰਤ ਗੁਰਦਿੱਤ ਸਿੰਘ ਜੀ ਸਨ ਅਤੇ ਸਤਿਗੁਰੂ ਰਾਮ ਸਿੰਘ ਜੀ ਨੇ ਜਿਉਂ ਹੀ ਉੱਚੀ ਬਾਂਹ ਕਰਕੇ ਸੰਗਤ ਨੂੰ ਧੀਰੀ ਦੇਣਾ ਚਾਹਿਆ ਤਾਂ ਸੰਗਤਾਂ ਬੁੱਬਾਂ ਮਾਰ ਮਾਰ ਰੋਣ ਲੱਗੀਆਂ ਅਤੇ ਮਸਤਾਨੀਆਂ ਹੋ ਗਈਆਂ। ਸਤਿਗੁਰਾਂ ਦਾ ਵਿਛੋੜਾ ਅਸਹਿ ਹੋ ਗਿਆ ਸੀ। ਅੱਜ ਤੱਕ ਨਾਮਧਾਰੀ ਜਗਤ ਸਤਿਗੁਰਾਂ ਦੀ ਉਡੀਕ ਵਿੱਚ ਹਨ। ਸਤਿਗੁਰੂ ਜੀ ਨੇ ਕਿਹਾ ਹੈ ਕਿ ਬਿੱਲੇ ਮੇਰੇ ਬਾਰੇ ਬਹੁਤ ਕੁਝ ਆਖਣਗੇ,
ਤੁਸੀਂ ਨਹੀਂ ਮੰਨਣਾ, ਮੈਂ ਇਸੇ ਰੂਪ ਵਿੱਚ ਹੀ ਵਾਪਸ ਆਵਾਂਗਾ। ਨਾ ਜਾਵੀ ਪਰਦੇਸ ਪ੍ਰੀਤਮਾ, ਨਾ ਜਾਵੀ ਭਾਈ। ਦੁਸ਼ਮਨ ਸਾਰੀ ਦੁਨੀਆ ਹੋਈ, ਦੁਨੀਆ ਹੋਈ ਸਣੇ ਫਰੰਗੀ ਦੇਸ਼ ਤੁਰੋਈ, ਦੇਸ਼ ਤੁਰੋਈ ਇਹਨਾਂ ਕੀਤੇ ਖੜੇ ਨੇ ਤਿਲੇ ਨਿਸੰਗ ਤੇ ਮੈਂ ਜਾਣਾ ਪਰਦੇ ਲੁਧਿਆਣੇ। ਕਮਿਸ਼ਨਰ ਫਾਰਸਤ ਅੰਬਾਲਾ ਨੇ 18 ਜਨਵਰੀ 1872 ਨੂੰ ਤੜਕੇ 4 ਵਜੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ, ਉਹਨਾਂ ਦੇ ਨਿੱਜੀ ਸੇਵਕ ਨਾਨੂ ਸਿੰਘ ਅਤੇ 4 ਸੂਬੇ ਲੱਖਾ ਸਿੰਘ, ਸਾਹਿਬ ਸਿੰਘ, ਜਵਾਹਰ ਸਿੰਘ, ਅਰੂੜ ਸਿੰਘ ਸਮੇਤ ਗੋਰਖਾ ਗਾਰਦ ਅਤੇ ਮਿਸਟਰ ਜੈਕਸਨ ਦੀ ਦੇਖਭਾਲ ਹੇਠ ਸਪੈਸ਼ਲ ਟ੍ਰੇਨ 'ਤੇ ਚਾੜ ਕੇ ਅਲਾਹਾਬਾਦ ਪਹੁੰਚਾ ਦਿੱਤਾ ਗਿਆ। ਉਸੇ ਦਿਨ ਹੀ ਕਰਨਲ ਬੇਲੀ ਦੇ ਹੁਕਮ ਅਨੁਸਾਰ 40 ਗੋਰਖੇ ਸਵਾਰ ਨਾਲ ਲੈ ਕੇ ਸ੍ਰੀ ਪੈਣੀ ਸਾਹਿਬ ਆਇਆ। ਸੂਬਾ ਪਹਾੜਾ ਸਿੰਘ, ਬ੍ਰਹਮਾ ਸਿੰਘ, ਸੁਜਾਨ ਸਿੰਘ, ਕਾਨ ਸਿੰਘ, ਗੋਪਾਲ ਸਿੰਘ, ਹੁਕਮਾ ਸਿੰਘ, ਇਹਨਾਂ 6 ਸੂਬਿਆਂ ਨੂੰ ਗ੍ਰਿਫਤਾਰ ਕਰਕੇ ਲੁਧਿਆਣੇ ਭੇਜਿਆ ਗਿਆ ਅਤੇ ਦੂਸਰੀ ਸਪੈਸ਼ਲ ਟ੍ਰੇਨ 'ਤੇ ਚਾੜ ਕੇ ਇਹਨਾਂ ਨੂੰ ਵੀ ਇਲਾਹਾਬਾਦ ਭੇਜ ਦਿੱਤਾ ਗਿਆ। ਅੰਗਰੇਜ਼ ਅੱਜ ਤੱਕ ਯਿਸੂ ਮਸੀਹ ਨੂੰ ਉਡੀਕ ਰਹੇ ਹਨ। ਸਭ ਦੇ ਸਾਹਮਣੇ ਫਾਂਸੀ ਦਿੱਤੀ ਗਈ। ਫਾਂਸੀ ਦਾ ਸੋਗ ਗਲ ਵਿੱਚ ਨਿਕਟਾਈ ਲਾ ਕੇ ਮਨਾਉਂਦੇ ਹਨ। ਚਰਚਾਂ ਵਿੱਚ ਮੋਮਬੱਤੀਆਂ ਜਗਾ ਕੇ, ਬੂਹੇ ਖੁੱਲ੍ਹੇ ਰੱਖ ਕੇ ਅਜੇ ਵੀ ਆਪਣੇ ਪੀਰ ਨੂੰ ਮਿਲਣ ਦੀ ਤਰਲੇ ਕਰਦੇ ਹਨ। ਵਿਛੋੜੇ ਦੇ ਦੁੱਖ ਦਾ ਪਤਾ ਹੁੰਦਿਆਂ ਹੋਇਆਂ ਵੀ ਨਾਮਧਾਰੀ ਸਿੱਖਾਂ ਦੇ ਈਸਾ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਵਿਛੋੜਨ ਲਈ ਇਹਨਾਂ ਨੂੰ ਤਰਸ ਨਹੀਂ ਆਇਆ। ਉਸ ਵੇਲੇ ਦੀ ਅੰਗਰੇਜ਼ ਹਕੂਮਤ ਬੜੀ ਬੇਦਰਦੀ ਨਾਲ ਨਾਮਧਾਰੀਆਂ ਸਿੰਘਾਂ ਨੂੰ ਪੇਸ਼ ਆਉਂਦੀ ਸੀ, ਕਿਉਂਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਸੀ। ਇਹ ਭਾਰਤ ਦੇਸ਼ ਨੂੰ ਛੱਡਣਾ ਨਹੀਂ ਚਾਹੁੰਦੇ, ਇਸ ਕਰਕੇ ਇਹਨਾਂ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦਿੱਤਾ ਅਤੇ ਨਾਮਧਾਰੀਆਂ ਨੂੰ ਅਨੇਕਾਂ ਹੀ ਕਸ਼ਟ ਝੱਲਣੇ ਪਏ। ਮੰਗਲ ਸਿੰਘ ਬਿਸ਼ਨਪੁਰੀਏ ਨੂੰ ਮਹਾਰਾਜਾ ਪਟਿਆਲਾ ਨੇ ਗ੍ਰਿਫਤਾਰ ਕਰਕੇ ਗੌਰਮੈਂਟ ਦੇ ਹਵਾਲੇ ਕਰ ਦਿੱਤਾ। ਅੰਗਰੇਜ਼ ਸਰਕਾਰ ਨੇ ਇਸ ਨੂੰ ਵੀ ਇਲਾਹਾਬਾਦ ਦੇ ਕਿਲ੍ਹੇ ਵਿੱਚ ਹੀ ਭੇਜ ਦਿੱਤਾ। ਇਲਾਹਾਬਾਦ ਤੋਂ 6 ਮਾਰਚ 1872 ਨੂੰ 10 ਸੂਬਿਆਂ ਨੂੰ ਵੱਖ ਵੱਖ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ। ਸਰਦਾਰ ਮੰਗਲ ਸਿੰਘ ਦਾ ਮਨ ਅੰਦਰੋਂ ਡੋਲਣ ਲੱਗਾ। ਅੰਤਰਜਾਮੀ ਸਭ ਕੁਝ ਜਾਣੇ ਇਸ ਦੀ ਮਨ ਦੀ ਭਾਵਨਾ ਦੇਖ ਕੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਤੂੰ ਫਿਕਰ ਨਾ ਕਰ, ਸਤਿਗੁਰਾਂ ਕਿਰਪਾ ਕੀਤੀ
ਇਸ ਨੂੰ ਛੱਡ ਦਿੱਤਾ ਗਿਆ। ਸੱਚੇ ਪਾਤਸ਼ਾਹ ਜੀ ਇਸ ਰਾਹੀਂ ਸੰਗਤ ਨੂੰ ਸੁਨੇਹਾ ਭੇਜ ਰਹੇ ਹਨ, ਜਾ ਕੋ ਸਾਡੇ ਸੱਜਣਾ ਤਾਈਂ ਨਾ ਥਿੜਕਣ ਨਾ ਡੋਲਣ, ਹੁਕਮ ਅੰਦਰ ਸਵਕਾਰ ਹੋ ਰਹੀ ਨੈਣ ਅੰਦਰਲੇ ਖੋਲਣ, ਜਦ ਤੱਕ ਧਰਮ ਤੁਜਾ ਹੋ ਉੱਚੀ ਤਰਤੇ ਨਾ ਲੈ ਰਾਸੀ, ਭੁੱਲ ਕੇ ਖਾ ਭੁਲੇਖਾ ਕੋਈ ਗਿਆ ਨਾ ਮੂੰਹੋਂ ਆਖਣ। ਸੱਚੇ ਪਾਤਸ਼ਾਹ ਜੀ ਨੂੰ ਵੀ 11 ਮਾਰਚ 1872 ਨੂੰ ਸੇਵਕ ਨਾਨੂ ਸਿੰਘ ਸਮੇਤ ਇਲਾਹਾਬਾਦ ਤੋਂ ਰੰਗੂਨ ਨੂੰ ਭੇਜਣ ਦੀ ਤਿਆਰੀ ਕੀਤੀ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਕਲਕੱਤੇ ਦੀ ਬੰਦਰਗਾਹ ਤੋਂ ਪੁਲਿਸ ਗਾਰਡ ਦੇ ਪਹਿਰੇ ਹੇਠ ਸੇਵਕ ਨਾਨੂ ਸਿੰਘ ਜੀ ਨਾਲ 11 ਮਾਰਚ 1872 ਨੂੰ ਸ਼ਾਮ ਦੇ 7 ਵਜੇ ਰੰਗੂਨ ਜਾਣ ਲਈ ਰਵਾਨਾ ਹੋਏ ਲੱਗੇ ਤਾਂ ਪੁਲਿਸ ਅਫਸਰ ਨੇ ਕਿਹਾ ਕਿ ਬਾਬਾ ਜੀ ਅਬ ਕਿਆ ਕਰੋਗੇ। ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਬਿੱਲਿਆ ਮੈਂ ਘਰ ਘਰ ਰਾਮ ਸਿੰਘ ਕਰ ਚੱਲਿਆ ਹਾਂ, ਇਹ ਅੱਗ ਹੁਣ ਬੁਝੇਗੀ ਨਹੀਂ ਜੋ ਮੈਂ ਲਾ ਚੱਲਿਆ ਹਾਂ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਦੇਸ਼ ਗਮਨ ਤੋਂ ਬਾਅਦ ਬਹੁਤ ਸਮਾਂ ਨਾਮਧਾਰੀ ਸੰਗਤ ਨੂੰ ਪਤਾ ਹੀ ਨਹੀਂ ਲੱਗਾ ਕਿ ਸਤਿਗੁਰਾਂ ਨੂੰ ਅੰਗਰੇਜ਼ ਸਰਕਾਰ ਨੇ ਕਿੱਥੇ ਰੱਖਿਆ ਹੋਇਆ। ਸਤਿਗੁਰਾਂ ਕਿਰਪਾ ਕੀਤੀ, ਮਿਸਟਰ ਬਾਰਬਟਨ ਦੀ ਮੇਮ ਤੋਂ ਜਦੋਂ ਭਾਈ ਦਰਬਾਰਾ ਸਿੰਘ ਨੂੰ ਪਤਾ ਲੱਗਾ ਕਿ ਸਤਿਗੁਰਾਂ ਨੂੰ ਰੰਗੂਨ ਵਿੱਚ ਬਹਾਦਰ ਸ਼ਾਹ ਬਾਦਸ਼ਾਹ ਵਾਲੇ ਬੰਗਲੇ ਵਿੱਚ ਰੱਖਿਆ ਹੋਇਆ ਹੈ, ਉਸਨੇ ਆ ਕੇ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਨੂੰ ਦੱਸਿਆ ਤਾਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਤੂੰ ਜਾ ਕੇ ਦਰਸ਼ਨ ਕਰਕੇ ਆ। ਸਭ ਤੋਂ ਪਹਿਲੇ ਸੰਤ ਦਰਬਾਰਾ ਸਿੰਘ ਜੀ ਦਰਸ਼ਨ ਕਰਕੇ ਆਏ ਸਨ, ਫਿਰ ਹੋਰ ਸਿੱਖ ਜਾਨ ਹਥੇਲੀ 'ਤੇ ਰੱਖ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਜਾਂਦੇ ਰਹੇ ਹਨ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਰੰਗੂਨ ਵਿੱਚ 8 ਸਾਲ 6 ਮਹੀਨੇ ਰਹੇ। ਬਿੱਲਿਆਂ ਨੇ ਸਲਾਹ ਕੀਤੀ ਕਿ ਪੰਜਾਬੀ ਸਿੰਘ ਰਾਜਾ ਰਾਮ ਜੀ ਨੂੰ ਇੱਥੇ ਮਿਲਣ ਬਹੁਤ ਆਉਂਦੇ ਹਨ, ਇਹਨਾਂ ਨੂੰ ਕਿਸੇ ਹੋਰ ਜਗ੍ਹਾ ਭੇਜਿਆ ਜਾਵੇ ਤਾਂ ਠੀਕ ਹੈ। ਸਤਿਗੁਰੂ ਰਾਮ ਸਿੰਘ ਜੀ ਨੂੰ ਅਤੇ ਸੇਵਕ ਨਾਨੂ ਸਿੰਘ ਨੂੰ ਮਰਗੋਈ ਟਾਪੂ ਵਿੱਚ ਭੇਜ ਦਿੱਤਾ। ਸਤਿਗੁਰੂ ਜੀ ਨੇ ਕਿਹਾ ਜਿੱਥੇ ਮਰਜ਼ੀ ਭੇਜ ਦੇਵੋ, ਤੁਹਾਡੇ ਜਵਾਈਆਂ ਨੇ ਇੱਥੇ ਵੀ ਆ ਜਾਣਾ ਹੈ। ਸਿੰਘ ਉੱਥੇ ਵੀ ਭੇਸ ਬਿਟਾ ਕੇ ਦਰਸ਼ਨ ਕਰਨ ਜਾਂਦੇ ਰਹੇ। ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਹੁਕਮ ਅਨੁਸਾਰ ਸੰਤ ਮੀਹਾਂ ਸਿੰਘ ਜੀ ਪਹਿਲੀ ਵਾਰ ਆਪਣਾ ਭੇਸ ਬਦਲ ਕੇ ਮਰਗੋਈ ਟਾਪੂ ਵਰਮਾ ਵਿੱਚ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਨ ਲਈ ਗਏ। ਅੰਗਰੇਜ਼ ਪੁਲਿਸ ਨੇ ਬੰਗਲੇ ਦੇ ਲਾਗੇ ਫਿਰਦਿਆਂ ਨੂੰ ਪਕੜ ਲਿਆ ਅਤੇ ਵੱਡੇ ਪੁਲਿਸ ਅਫਸਰ ਪਾਸ ਲੈ ਗਏ। ਇੱਥੇ ਸੰਤ ਮੀਹਾਂ ਸਿੰਘ ਜੀ ਅੰਗਰੇਜ਼ਾਂ ਦੀ ਹਿਰਾਸਤ ਵਿੱਚ ਖੜ੍ਹੇ ਹਨ। ਪੁਲਿਸ ਅਫਸਰ ਨੇ ਇਹਨਾਂ ਨੂੰ ਮਰਗੋਈ ਜੇਲ੍ਹ ਵਿੱਚ ਭੇਜ ਦਿੱਤਾ। ਇੱਥੇ ਸੰਤ ਮੀਹਾਂ ਸਿੰਘ ਜੀ ਨੂੰ ਕੈਦੀ ਬਣਾ ਕੇ ਪੱਥਰ ਕੁੱਟਣ 'ਤੇ ਲਾਇਆ ਹੋਇਆ ਹੈ। ਪੂਰੀ ਸਜ਼ਾ ਭੁਗਤਣ ਤੋਂ ਬਾਅਦ ਇਹਨਾਂ ਨੂੰ ਛੱਡ ਦਿੱਤਾ ਗਿਆ। ਫਿਰ ਦੂਸਰੀ ਵਾਰੀ ਸੰਤ ਮੀਹਾਂ ਸਿੰਘ ਜੀ ਜਾਨ ਹਥੇਲੀ 'ਤੇ ਰੱਖ ਕੇ ਮਰਗੋਈ ਟਾਪੂ ਵਿੱਚ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਨ ਲਈ ਪਹਿਰੇਦਾਰਾਂ ਤੋਂ ਬਚ ਕੇ ਜੰਗਲਾਂ ਟੱਪ ਕੇ ਸਤਿਗੁਰਾਂ ਦੇ ਸਥਾਨ 'ਤੇ ਜਾ ਕੇ ਮੱਥਾ ਟੇਕ ਕੇ ਚੰਗੀ ਤਰ੍ਹਾਂ ਨਾਲ ਦਰਸ਼ਨ ਕੀਤੇ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਫਿਰ ਬਾਅਦ ਵਿੱਚ ਉਹਨਾਂ ਨੂੰ ਅੰਗਰੇਜ਼ ਸਰਕਾਰ ਵੱਲੋਂ ਦਿੱਤੀਆਂ ਸਜ਼ਾਵਾਂ ਵੀ ਭੁਗਤਣੀਆਂ ਪਈਆਂ। ਅੱਖੜ ਚਾਂਗੀ ਮੀਹੋਂ ਵਰਸੇ, ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ
ਬਹੁ ਖਰਾ ਗੁਰ ਸਿੱਖ ਲੰਗ ਗੁਰੂ ਪੈ ਜਾਈ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਆਪਣੇ ਸੇਵਕ ਨਾਨੂ ਸਿੰਘ ਨੂੰ ਕਈ ਵਾਰੀ ਕਿਹਾ ਸੀ ਕਿ ਤੂੰ ਹੁਣ ਪੰਜਾਬ ਨੂੰ ਚਲੇ ਜਾ, ਮੈਂ ਹੁਣ ਇਕੱਲਾ ਰਹਿਣਾ ਚਾਹੁੰਦਾ ਹਾਂ। ਸੇਵਕ ਨਾਨੂ ਸਿੰਘ ਦਾ ਮਨ ਨਹੀਂ ਸੀ ਮੰਨਦਾ ਜਾਣ ਨੂੰ। ਇੱਕ ਦਿਨ ਸਤਿਗੁਰੂ ਰਾਮ ਸਿੰਘ ਜੀ ਨੇ ਬਾਂਸ ਇਕੱਠੇ ਕਰਕੇ ਉਹਨਾਂ ਨੂੰ ਅੱਗ ਲਾ ਦਿੱਤੀ। ਨਾਨੂ ਸਿੰਘ ਨੇ ਦੇਖੀ ਅਤੇ ਕਿਹਾ ਜੇ ਨਾ ਬੁਝਾਈ ਤਾਂ ਬੰਗਲੇ ਨੂੰ ਅੱਗ ਲੱਗ ਜਾਵੇਗੀ। ਜਦੋਂ ਬੁਝਾਉਣ ਲੱਗਾ ਸਤਿਗੁਰਾਂ ਨੇ ਬਾਂਸ ਨਾਲ ਨਾਨੂ ਸਿੰਘ ਨੂੰ ਬਹੁਤ ਕੁੱਟਿਆ ਅਤੇ ਕਿਹਾ ਤੂੰ ਹੁਣ ਇੱਥੋਂ ਚਲੇ ਜਾ ਪੰਜਾਬ ਨੂੰ। ਸਤਿਗੁਰੂ ਜੀ ਦੀ ਰਜ਼ਾ ਨਾਲ ਅੰਗਰੇਜ਼ ਸਰਕਾਰ ਨੇ ਇਸ ਨੂੰ ਪੰਜਾਬ ਭੇਜ ਦਿੱਤਾ ਅਤੇ ਸੱਚੇ ਪਾਤਸ਼ਾਹ ਜੀ ਬੰਗਲੇ ਵਿੱਚੋਂ ਹੀ ਅਲੋਪ ਹੋ ਗਏ। ਅੰਗਰੇਜ਼ ਸਰਕਾਰ ਨੂੰ ਕੋਈ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਚਲੇ ਗਏ ਹਨ। ਅੰਗਰੇਜ਼ ਅਫਸਰ ਬੜੇ ਹੀ ਹੈਰਾਨ ਸਨ ਕਿ ਸਖ਼ਤ ਪਹਿਰਾ ਹੁੰਦਿਆਂ ਹੋਇਆਂ ਵੀ ਕੋਈ ਪਤਾ ਨਹੀਂ ਲੱਗਦਾ ਕਿੱਥੇ ਚਲੇ ਗਏ ਹਨ। ਫਿਰ ਅੰਗਰੇਜ਼ ਸਰਕਾਰ ਨੇ ਇਹ ਗੱਲ ਬਣਾਈ ਕਿ ਸਤਿਗੁਰੂ ਰਾਮ ਸਿੰਘ ਜੀ ਦਾ ਡਾਇਰੀਆ ਜਾਂ ਡੈਸੈਂਚਰੀ ਨਾਲ ਸਰੀਰ ਸ਼ਾਂਤ ਹੋ ਗਿਆ ਹੈ। ਉਸ ਵੇਲੇ ਕੋਈ ਵੀ ਇਹਨਾਂ ਦਿਨਾਂ ਵਿੱਚ ਡਾਇਰੀਆ ਜਾਂ ਡੈਸੈਂਚਰੀ ਨਾਲ ਕੋਈ ਵੀ ਕੈਦੀ ਨਹੀਂ ਮਰਿਆ। ਉਹਨਾਂ ਨੇ ਨਿਸ਼ਾਨੀ ਵਜੋਂ ਇੱਕ ਕੁੜਤਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਨੂੰ ਦਿੱਤਾ ਕਿ ਇਹ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਕੁੜਤਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਤਾਂ ਮੇਰੇ ਨਾਲੋਂ ਬਹੁਤ ਉੱਚੇ ਸੀ, ਇਹ ਤਾਂ ਮੇਰੇ ਵੀ ਨਹੀਂ ਆ ਸਕਦਾ। ਉਹਨਾਂ ਦਾ ਗੜਵਾ ਦਿਖਾ ਲਓ। ਗੜਵਾ ਆਸਣ ਪੁਗੇ ਮਾਲਾ ਕੁਝ ਵੀ ਨਹੀਂ ਦਿਖਾ ਸਕੇ। ਅਕਾਲ ਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਪਵਿੱਤਰ ਉਪਦੇਸ਼। ਕਿਰਪਾ ਕੀਤੀ ਅਤੇ ਇਸ ਜ਼ਿਕਰ ਦੇ ਬਜਾਏ ਕਰੂ ਰਾਮ ਸਿੰਘ ਨੂੰ ਬੇਦ ਨਿਵਾਸ ਕਰ ਦਿੱਤਾ ਗਿਆ। ਔਰ 1885 ਵਿੱਚ ਇਹ ਗੱਲ ਕਰ ਦਿੱਤੀ ਰਾਮ ਸਿੰਘ ਦਾ ਸਰੀਰ ਚੱਲ ਗਿਆ ਜਾ ਗਿਆ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਆਖਿਆ ਸਾਨੂੰ ਉਹਨਾਂ ਨੇ ਨਿਸ਼ਾਨੀ ਲਿਆ ਕੇ ਦਿਓ। ਇੱਕ ਕੁੜਤਾ ਲਿਆ ਕੇ ਦਿੱਤਾ, ਉਹਨੂੰ ਇਤਨੀ ਵੇਖ ਨਹੀਂ ਚਾਹੁੰਦਾ। ਉਹਨੇ ਆਖਿਆ ਉਹ ਮੇਰੇ ਨਾਲ ਇੱਥੇ ਸਾਰੇ ਲੰਬੇ ਸਨ, ਕੋਈ ਗੁਟਕਾ, ਕੋਈ ਮਾਲਾ, ਕੋਈ ਗੜਵਾ, ਕੋਈ ਨਿਸ਼ਾਨੀ ਕਰਨ ਵਾਲੀ ਕੋਈ ਚੀਜ਼ ਨਹੀਂ ਦੇ ਸਕੇ। ਔਰ ਜੇ ਉਸ ਵੇਲੇ ਉਹਨਾਂ ਨੇ ਕਿਹਾ ਕਿ ਡਾਇਰੀਆ ਜਾਂ ਡੈਸੈਂਚਰੀ ਨਾਲ ਗੁਰੂ ਰਾਮ ਸਿੰਘ ਦਾ ਸਰੀਰ ਸ਼ਾਂਤ ਹੋਇਆ, ਇਹਨਾਂ ਦਿਨਾਂ ਵਿੱਚ ਇਸ ਕਾਲ ਵਿੱਚ ਕੋਈ ਡਾਇਰੀਆ ਡੈਸੈਂਚਰੀ ਨਾਲ ਕਦੇ ਨਹੀਂ ਮਰਿਆ। 1886 ਵਿੱਚ ਇੱਕ ਚਿੱਠੀ ਕਿਸੇ ਇੱਕ ਅਫਸਰ ਤੋਂ ਦੂਸਰੇ ਵੀ ਜਾਂਦੀ ਹੈ ਕਿ ਸਤਿਗੁਰੂ ਰਾਮ ਸਿੰਘ ਦੂਜੇ ਪਾਸੇ ਨੂੰ ਇਸ ਜਗ੍ਹਾ ਤੋਂ ਕਿਸੇ ਹੋਰ ਜਗ੍ਹਾ ਲੈ ਜਾਓ, ਕਿਸੇ ਰਿਮੋਟ ਦੇ ਉੱਤੇ ਇੱਥੇ ਸਿੱਖ ਆ ਕੇ ਮਿਲ ਕੇ ਜਾਂਦੇ ਨੇ। ਉਹਨਾਂ ਦੀ 1885 ਵਾਲੀ ਗੱਲ ਕਰ ਤੋਂ ਅੰਗਰੇਜ਼ਾਂ ਨੇ ਆਪਣੇ ਕਾਰਜ ਦਿੱਤਾ। ਇਸ ਤੋਂ ਬਿਨਾਂ ਬਹੁਤ ਸਾਰੇ ਤਰੀਕ ਜਦੋਂ 1914 ਦੀ ਜਰਮਨੀ ਦੀ ਜੰਗ ਲੱਗੀ ਹੈ, ਉਹਨਾਂ ਦਿਨਾਂ ਵਿੱਚ ਆਪਣਾ ਨਾਮ ਭਗਤ ਸਿੰਘ ਵੀ ਫੌਜ ਵਿੱਚ ਸੀ, ਧੰਨਾ ਸਿੰਘ ਦਾ ਨਾਮ ਸੀ, ਹੰਸਰੋ ਪਿੰਡ ਦਾ ਜਲੰਧਰ ਦਾ। ਉਹਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਸਤਿਗੁਰੂ ਰਾਮ ਸਿੰਘ ਇੱਥੇ ਜਰਮਨੀ 'ਚ ਕਿਸੇ ਜਗ੍ਹਾ ਹੈ ਅਤੇ ਉਹ ਇਹ ਦੋ ਜਣੇ ਸਨ, ਇੱਕ ਉਹ ਦਾਲ ਸੀ ਅਤੇ ਉਹ ਰੋਟੀਆਂ ਸਨ। ਇਕੱਠੇ ਤੁਰੇ ਜਾਂਦਿਆਂ ਜਾਂਦਿਆਂ ਮਜ਼ਾ ਹਨੇਰੀ ਆ ਗਈ ਜਾਂ ਕਿਸੇ ਤਰ੍ਹਾਂ ਇਹ ਵੱਖਰੇ ਵੱਖਰੇ ਹੋ ਗਏ ਅਤੇ ਜਿਹੜਾ ਇਹ ਨਾਮ ਦਾ ਸਿੱਖ ਸੀ ਨਾ ਗਏ ਨਾਮ ਦਾ ਸਿੱਖ, ਉਹਨੂੰ ਜਾ ਕੇ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਹੋ ਗਏ। ਉਹਨੇ ਫਿਰ ਇਹਨੂੰ ਆ ਕੇ ਦੱਸਿਆ ਵੀ ਮੈਂ ਸਤਿਗੁਰੂ ਦੇ ਦਰਸ਼ਨ ਕਰਕੇ ਆਇਆ 1914 ਤੋਂ ਬਾਅਦ ਵੀ ਜਾ। ਇਹਨਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਦਿੱਤਾ ਕਿ ਤੁਹਾਨੂੰ ਇਹਨਾਂ ਨੇ ਆਖਣਾ ਕਿ ਮਰ ਗਿਆ ਬਿਲਕੁਲ ਲਿਖਣ ਦੇ, ਤੁਸੀਂ ਨਹੀਂ ਮਰਨਾ, ਮੈਂ ਇਸ ਚੀਜ਼ ਨੂੰ ਸਵੇਰੇ ਆਵਾਂਗਾ।
ਜਿਹੜਾ ਧਰਮ ਹੈ ਉਹਨੂੰ ਬਲ ਮਿਲੇਗਾ। ਸਤਿਗੁਰੂ ਰਾਮ ਸਿੰਘ ਨੇ ਇਸੇ ਚੀਜ਼ ਨੂੰ ਧਿਆਉਣਾ। ਸ੍ਰੀ ਭੈਣੀ ਸਾਹਿਬ ਸਖਤੀਆਂ ਦੇ ਦੌਰ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ। 18 ਜਨਵਰੀ 1872 ਈਸਵੀ ਨੂੰ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਦੇਸ਼ ਗਮਨ ਤੋਂ ਬਾਅਦ ਸ੍ਰੀ ਭੈਣੀ ਸਾਹਿਬ ਇੱਕ ਬੰਦੀਖਾਨੇ ਦਾ ਰੂਪ ਬਣ ਗਿਆ ਸੀ। ਰੀਸ ਚੌਂਕੀ ਗੁਰਦੁਆਰੇ ਦੇ ਮੁੱਖ ਦੁਆਰ 'ਤੇ ਬੈਠ ਗਈ। ਸੰਗਤ ਦੀ ਆਵਾਜਾਵੀ ਸ੍ਰੀ ਭੈਣੀ ਸਾਹਿਬ ਘੱਟ ਗਈ। ਜੇਕਰ ਸੰਗਤ ਆ ਜਾਂਦੀ ਤਾਂ ਲੰਗਰ ਦੀ ਬਹੁਤ ਮੁਸ਼ਕਲ ਬਣ ਗਈ। ਸਿਪਾਹੀ ਸੰਗਤ ਨੂੰ ਲੰਗਰ ਨਾ ਛਕਣ ਦਿੰਦੇ, ਸੋ ਰਾਤ ਦੇ ਹਨੇਰੇ ਵਿੱਚ ਪਹਿਰੇਦਾਰਾਂ ਤੋਂ ਨਜ਼ਰ ਬਚਾ ਕੇ ਗੁਰਦੁਆਰੇ ਦੀ ਛੱਤ ਤੋਂ ਟੋਕਰੀਆਂ ਨਾਲ ਲੰਗਰ ਥੱਲੇ ਲਾ ਕੇ ਦੂਰ ਟਿੱਬਿਆਂ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਲਈ ਬੈਠੀ ਸੰਗਤ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਸੰਗਤ ਤੱਕ ਪਹੁੰਚਾਇਆ ਜਾਂਦਾ ਸੀ। ਉਸ ਵੇਲੇ ਦੇ ਅੰਗਰੇਜ਼ ਹਾਕਮਾਂ ਵੱਲੋਂ ਕੀਤੇ ਜ਼ੁਲਮ ਦਾ ਬੁੱਕਿਆਂ ਉੱਪਰ 50 ਸਾਲ ਤੱਕ ਚੱਖੜ ਝੁਲਦਾ ਰਿਹਾ। ਇਹ ਤਾਂ ਮੰਨਣਾ ਹੀ ਪਵੇਗਾ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਅਤੇ ਉਹਨਾਂ ਦੇ ਅਨੁਯਾਈਆਂ ਨੇ ਵਿਦੇਸ਼ੀ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ, ਸਗੋਂ ਇਹ ਸੂਰਮੇ ਉਹਨਾਂ ਵੱਲੋਂ ਕੀਤੀਆਂ ਸਖਤੀਆਂ ਨੂੰ ਵੀ ਅੰਮ੍ਰਿਤ ਜਾਣ ਕੇ ਚੱਲਦੇ ਰਹੇ। ਲਗਾਤਾਰ 90 ਸਾਲ ਤੱਕ ਲੜਦਿਆਂ ਰਹਿਣਾ ਕੋਈ ਮਾਮੂਲੀ ਗੱਲ ਨਹੀਂ। ਕੂਕਿਆਂ ਨੂੰ ਖਤਮ ਕਰਨ ਲਈ ਕਈ ਪ੍ਰਕਾਰ ਦੇ ਯਤਨ ਕੀਤੇ ਗਏ। ਸਾਡੇ ਸਿੱਖ ਭਰਾਵਾਂ ਨਾਲੋਂ ਵੱਖ ਕਰਕੇ ਕੂਕਿਆਂ ਨੂੰ ਬਦਨਾਮ ਕਰਨ ਖਾਤਰ ਸਾਡੇ ਸਿੱਖ ਇਤਿਹਾਸ ਨੂੰ ਵੀ ਗਲਤ ਮਲਤ ਕੀਤਾ। ਕੂਕਿਆਂ ਨਾਲ ਕਈ ਪ੍ਰਕਾਰ ਦੀਆਂ ਗਲਤ ਗੱਲਾਂ ਜੋੜੀਆਂ ਗਈਆਂ, ਪਰ ਇਹ ਸਨ ਨਿਰਾ ਸੱਚ ਜਿਹੜਾ ਕਦੇ ਵੀ ਮੈਲਾ ਨਹੀਂ ਹੁੰਦਾ। ਅਕਾਲ ਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਪਵਿੱਤਰ ਉਪਦੇਸ਼ ਸਾਡੇ ਅੰਦਰ ਦਿੱਤੀ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੇ 35 ਸਾਲ ਇੱਥੇ ਬੜੀ ਕਠਿਨਾਈ ਦੇ ਵਿੱਚ ਕੱਢੇ। 5 ਆਦਮੀ ਜਿਹੜੇ ਤੁਸੀਂ ਗੁਰਦੁਆਰੇ ਦਰਸ਼ਨ ਲੈ ਕੇ ਆਏ ਹੋਵੇ, ਉਸ ਦੇ ਅੰਦਰ 5 ਆਦਮੀ 5 ਸਿੱਖ ਦਰਸ਼ਨ ਕਰਨ ਵਾਸਤੇ ਜਾ ਸਕਦੇ ਹਨ, ਅਤੇ ਉਹ 5-5 ਵੀ ਆਉਣ ਵਾਸਤੇ ਬਾਹਰ ਜਮ੍ਹਾਂ ਨਹੀਂ ਹੋ ਸਕਦੇ। ਜਿਸ ਪਿੰਡ ਵਿੱਚ ਕੋਈ ਨਾਮਧਾਰੀ ਪਤਾ ਲੱਗ ਗਿਆ ਵੀ ਰਾਤ ਕੱਟ ਗਿਆ, ਉਸ ਦੇ ਲੰਬੜਦਾਰਾਂ ਨੂੰ ਇੱਕ ਦੂਜੇ ਦੀ ਦਾੜੀ ਫੜਾ ਕੇ ਚਪੇੜਾਂ ਕਰਵਾਈਆਂ ਜਾਂਦੀਆਂ ਹਨ ਸਰਕਾਰ ਵੱਲੋਂ, ਇਹਨਾਂ ਦੁਖੀ ਕੀਤਾ ਜਾਂਦਾ ਸੀ। ਅਤੇ ਨਾਮਧਾਰੀ ਇੱਥੇ ਚੋਰੀ ਲੁੱਟ ਕੇ ਬਾਹਰ ਹੁਣ ਤਾਂ ਬੜੀ ਆਬਾਦੀ ਹੈ, ਜਿਸ ਤਰ੍ਹਾਂ ਬਾਹਰ ਜੰਗਲ ਦੇ ਵਿੱਚ ਹਰਨਾ ਅਤੇ ਵਿਗਿਆੜਾਂ ਦੇ ਵਿੱਚ ਰਹਿ ਕੇ ਉਹ ਬਾਹਰ ਰਾਤ ਕੱਟਦੇ ਸਨ। ਅਤੇ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ, ਮਾਤਾ ਜੀਵਨ ਕੌਰ ਸਾਡੇ ਦਾਦੀ ਜੀ ਜਾਂ ਹੋਰ ਕੋਈ ਸਿੱਖ ਸੇਵਕ ਜਿਹੜੇ ਸਨ, ਉਹ ਜੰਗਲ ਦੇ ਬਹਾਨੇ ਦਾਲਾਂ ਜਾਂ ਸਾਡੇ ਗਲਵੇ 'ਚ ਲਿਜਾ ਕੇ ਉਹਨਾਂ ਨੂੰ ਬਾਹਰ ਜਾ ਕੇ ਦਿੰਦੇ ਸੀ। ਉਹ ਸਾਡੇ ਜਾਂਦੇ ਗੁਰੂ ਪ੍ਰਤਾਪ ਸਿੰਘ ਜੀ ਦਾ ਜਿਹੜਾ ਜਨਮ ਉਹ ਕਾਰਾਵਾਸ ਵਿੱਚ, ਇਹ ਭੈਣੀ ਸਾਹਿਬ ਜਿਹੜਾ ਉਸ ਵੇਲੇ ਜੇਲ੍ਹ ਸੀ ਸਾਡਾ ਪਿੰਡ ਜਿਹੜਾ, ਉਹਨੂੰ ਦੁਆਰੇ ਪਹਿਲਾਂ ਲੱਗਿਆ ਸੀ ਕੋਈ ਆਦਮੀ ਅੰਦਰ ਨਹੀਂ ਜਾ ਸਕਦਾ, ਅੰਦਰ ਪਾਠ ਨਹੀਂ ਸਨ ਕਰਨ ਦਿੰਦੇ, ਜਾ ਕੇ ਚੋਰੀ ਉਹਨਾਂ ਨੇ ਵੇਖਣਾ, ਚੋਰੀ ਪਾਠ ਕਰਦੇ ਸਨ। ਫਿਰ ਸਮਾਂ ਮਿਲ ਗਿਆ, ਫਿਰ ਤੁਹਾਨੂੰ ਸਮਾਂਗੇ ਕਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਨੇ ਆਪਣੇ ਜਾਣ ਤੋਂ ਪਹਿਲਾਂ ਹੀ ਉਹਦੀ ਐਸੀ ਜਗ੍ਹਾ ਬਣਾਈ ਸੀ ਜਿਹੜਾ ਹਰ ਇੱਕ ਆਦਮੀ ਨੂੰ ਝਟਪਟ ਪਤਾ ਨਹੀਂ ਲੱਗਦਾ ਐਸੀ ਕੋਈ ਛਿਪੇ ਹੋਏ ਨਾ ਬਣਾਈ ਹੈ। ਕਦੇ ਕਿਸੇ ਨੇ ਸ਼ਿਕਾਇਤ ਕਰਨੀ ਅਤੇ ਫਿਰ ਪਾਠੀਆਂ ਵਿਚਾਰਿਆਂ ਨੂੰ ਲੁਕਾਉਣਾ, ਅਤੇ ਬੜਾ ਕਿੰਨਾ ਪੜ੍ਹਿਆ ਨੂੰ ਪਤਾ ਲੱਗਦਾ ਉਹ ਕੀ ਖੁਸ਼ੀ ਹੋ ਗਈ। ਗੁਰੂ ਰਾਮ ਸਿੰਘ
स्वतंत्रता को भी धर्म का अंग समझते थे। हमारे देश में महात्मा गांधी ने जो ऐसा योग इतने जोर से चलाया, उसका गुरु राम सिंह ने प्रायः 50 वर्ष पूर्व ही नामधारियों में प्रचार किया था। उनके सिद्धांतों में 5 चीजें हैं: सरकारी नौकरी का बहिष्कार, सरकारी अदालतों का बहिष्कार, सरकारी स्कूलों का बहिष्कार, विदेशी वस्त्रों का बहिष्कार, ऐसे कानून मानने से इनकार जो अपनी आत्मा के विरुद्ध हों। उन्हें उस वेले ठीक उही नामिरवर्तन का प्रचार किया जो 1920 विच महात्मा गांधी ने किया सी। कई गल्लां विच उस तो भी वध अदालतों का बाइकाट, अपनी पंचायतों की कायमी, सरकारी तालीम का बाइकाट, विदेशी सरकार के पूरे बाइकाट के नाल रेल तार अते डाक के बाइकाट का भी प्रचार किया। उस वेले देश इन्ना सतहीन हो के उन्हां चीज़ां ते इन्ना निर्भर हो गया सी कि उन्हां दे बाइकाट की गल सोची भी नहीं सी जा सकती। इस तरह उन्हां डाक का प्रबंध अपना इन्ना चंगा कर लिया सी कि भाई परमानंद अनुसार उन्हां दी डाक सरकारी डाकना भी शताब्दी पुजदी सी।